ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪਾਂ ਪਿਛਲੀ ਵਾਰੀ ਵੀ ਖਰੜ ਵਿਖੇ ਬੈਠੇ ਸਾਂ, ਇੱਕ ਪ੍ਰਣ ਕੀਤਾ ਸੀ ਉਸ ਦਿਨ ਕਿ ਜਿਹੜੇ ਵੀ ਸਾਡੇ ਪੰਥਕ ਕੌਮੀ ਮਸਲੇ ਪੰਜਾਬ ਦੇ ਖੜ੍ਹੇ ਹੋ ਰਹੇ ਨੇ, ਉਹਦੇ ਪਿੱਛੇ ਦੋਸ਼ੀ ਕੌਣ ਆ। ਉਹਨਾਂ ਮਸਲਿਆਂ ਪ੍ਰਤੀ ਆਪਾਂ ਬੈਠੇ ਸੀ ਕਿ ਸਾਨੂੰ ਲੋੜ ਕਿਸ ਚੀਜ਼ ਦੀ ਹੈ, ਮਾਰ ਕਿੱਥੋਂ ਪੈ ਰਹੀ ਹੈ। ਤਾਂ ਗੱਲ ਨਿਕਲ ਕੇ ਆਈ ਸੀਗੀ ਕਿ ਸਿੱਖ ਲੀਡਰਸ਼ਿਪ। ਉਸੇ ਸੰਬੰਧ 'ਚ ਆਪਾਂ ਅਗਲਾ ਜਿਹੜਾ ਪਾਰਟ 2 ਪ੍ਰੋਗਰਾਮ ਹੈ, ਦੂਜਾ ਭਾਗ, ਉਹ ਅਸੀਂ ਅੱਜ ਇੱਥੇ ਰੱਖਿਆ ਅਤੇ ਹੁਣ ਉਸ ਬਾਬਤ ਗੱਲ ਕਰਨੀ ਹੈ। ਸੋ ਮੇਰੀ ਸਾਰੇ ਵੀਰਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਅਸੀਂ ਭਾਈ ਕਰਮਜੀਤ ਸਿੰਘ ਨਾਲ ਜੀ ਨਾਲ ਵੀ ਹੁਣ ਵੀ ਵਿਚਾਰ ਹੋਏ ਨੇ ਪਹਿਲਾਂ ਵੀ ਕਿ ਤੁਹਾਡੇ ਵਿਚਾਰ ਲੈਣੇ ਬੜੇ ਜ਼ਰੂਰੀ ਨੇ, ਅਤੇ ਤੁਹਾਨੂੰ ਬੇਨਤੀ ਹੈ ਕਿ ਸਾਰੇ ਸਿੰਘਾਂ ਦੇ ਵਿਚਾਰ ਅਸੀਂ ਲੈਣੇ ਨੇ 20 ਮਿੰਟਾਂ ਦੇ ਵਿੱਚ ਬਸ। ਸੋ ਬੇਨਤੀ ਹੈ ਵੀ ਜਿਹੜੇ ਜਿਹੜੇ ਸਿੰਘ ਨੂੰ ਬੋਲਣ ਲਈ ਬੇਨਤੀ ਕੀਤੀ ਜਾਵੇ, ਇੱਕ ਤਾਂ ਬੋਲਣਾ ਜ਼ਰੂਰ ਹੈ, ਅਤੇ ਉਹ ਵੀਰ ਬੋਲੇ ਸਿਰਫ 1 ਜਾਂ ਅੱਧੇ ਮਿੰਟ ਦੇ ਵਿੱਚ ਆਪਣੀ ਗੱਲ ਸਮਾਪਤ ਕਰੇ। ਜਿਹੜਾ ਵੀ ਆਪਾਂ ਕੁਐਸਚਨ ਰੱਖਦੇ ਹਾਂ ਕਿ ਪੰਜਾਬ ਦੇ ਵਿੱਚ ਖਾਲਸਾ ਪੰਥ ਦੀ ਚੜ੍ਹਦੀ ਕਲਾ ਭਾਵ ਕਿੱਦਾਂ ਹੋਵੇ, ਕਿੱਦਾਂ ਅਸੀਂ ਨੌਜਵਾਨਾਂ ਨੂੰ ਨਾਲ ਲੈ ਕੇ ਤੁਰ ਸਕੀਏ, ਕਿੱਦਾਂ ਪੰਥ ਅਤੇ ਕੌਮ ਦੀ ਖਾਲਸਾ ਪੰਥ ਅਗਵਾਈ ਕਰੇ, ਇਹ ਸਾਰੀ ਗੱਲਾਂ ਦੇ ਬਾਬਤ ਤੁਸੀਂ ਵਿਚਾਰ ਦੇਣੇ ਨੇ, ਆਪਾਂ ਕੀ ਕਰੀਏ। ਸੋ ਹੁਣ ਆਪਾਂ ਸ਼ੁਰੂਆਤ ਕਰਾਂਗੇ, ਨਾਲੇ ਅੱਜ ਦੀ ਜਿਹੜੀ ਸਟੇਜ ਦੀ ਸੇਵਾ ਹੈ ਭਾਈ ਸਰਵਣ ਸਿੰਘ ਨੇ ਤਰਨ ਤਾਰਨ ਸਾਹਿਬ ਤੋਂ, ਇਹ ਵੀ ਆਪਣੀ ਪਾਰਟੀ ਦੇ ਕੌਮੀ ਪੰਚ ਹਨ, ਵਿਸ਼ੇਸ਼ ਤੌਰ ਤੋਂ ਆਪਣੇ ਸਾਥੀ ਸਿੰਘਾਂ ਨਾਲ ਇੱਥੇ ਪਹੁੰਚੇ ਨੇ, ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਆਪਣੇ ਵਿਚਾਰ ਦੇਣੇ ਨੇ ਸਾਰੇ ਸਿੰਘਾਂ ਨੇ 1-2 ਮਿੰਟ ਲਈ ਵੀ ਆਪਾਂ ਕਿਵੇਂ ਮੈਂਬਰਸ਼ਿਪ ਵਧਾਈਏ, ਜੋ ਵੀ ਆਪਣੇ ਪੰਥ ਨਾਲ ਸੰਬੰਧਿਤ ਨੇ ਉਹਨਾਂ ਬਾਬਤ ਆਪਾਂ ਗੱਲ ਕਰਨੀ ਹੈ 1-2 ਮਿੰਟ ਦੇ ਲਈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ। ਖੜੇ ਹੋ ਕੇ ਕਰ ਦਿਓ ਜੇ ਜ਼ਿਆਦਾ ਵਧੀਆ, ਸਾਰਿਆਂ ਨੂੰ ਦਿਖ ਜਾਊਗਾ। ਆਪਣਾ ਨਾਂ ਤੇ ਦੱਸ ਦਿਆ ਕਰੋ ਨਾਲ ਨਾਲ ਪਾਰਟੀ ਦਾ। ਨਾਂ ਜਗਵੀਰ ਸਿੰਘ, ਪਿੰਡ ਬਨੇਰਾ ਕਲਾਂ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ। ਇਹ ਜਿਹੜਾ ਅੱਜ ਕੱਲ੍ਹ ਸੋਸ਼ਲ ਮੀਡੀਆ ਅਤੇ ਹੋਰ ਬਹੁਤ ਕੁਛ ਚੱਲ ਰਿਹਾ, ਜਿਹੜਾ ਆਪਣਾ ਪੰਥ ਦਾ ਇੱਕ ਹੈ, ਅੱਜ ਆਪਣਾ ਜਿਹੜਾ ਮੁੱਖ ਮਕਸਦ ਹੈ ਇਹ ਅਕਾਲ ਤਖ਼ਤ ਸਾਹਿਬ ਨੂੰ ਆਜ਼ਾਦ ਕਰਾਉਣ ਵਾਸਤੇ ਹੈ। ਇਹ ਇੱਕੋ ਗੱਲ ਨਾਲ ਹੋ ਸਕਦਾ, ਜਿਹੜਾ ਆਪਣੇ ਦਿਮਾਗ 'ਚ ਆਉਂਦਾ, ਆਪਾਂ ਤਾਂ ਕੋਈ ਐਡੇ ਪ੍ਰਚਾਰਕ ਨਹੀਂ, ਕੋਈ ਹੋਰ ਨਹੀਂ, ਪਤਾ ਖੇਤੀ ਕਰਨ ਵਾਲੇ ਦੇਸੀ ਬੰਦੇ ਹਾਂ, ਕਈ ਵਾਰੀ ਸੋਚਿਆ ਵੱਟਾਂ 'ਤੇ ਬਹਿ ਕੇ ਵੀ ਜਿਹੜੇ ਆਪਣੇ ਅੱਜ ਕੱਲ੍ਹ ਪ੍ਰਚਾਰਕ ਨੇ ਜਾਂ ਕੋਈ ਹੋਰ ਨੇ, ਆਪਾਂ ਲੋਕ ਉਹਨਾਂ ਨੂੰ ਨਿੰਦੀ ਜਾਂਦੇ ਹਾਂ ਜਾਂ ਕੁਛ ਹੋਰ ਕਹੀ ਜਾਂਦੇ ਹਾਂ, ਉਹਨਾਂ ਨੂੰ ਕੁਛ ਕਹਿਣ ਦੀ ਲੋੜ ਨਹੀਂ। ਆਪਾਂ ਬਸ ਗੁਰਬਾਣੀ ਨਾਲ ਜੁੜ ਕੇ ਅਤੇ ਆਪਣੀ ਯੂਨਾਈਟਿਡ ਸਿੱਖ ਪਾਰਟੀ ਨਾਲ ਵਿਚਾਰ ਕਰਕੇ ਆਪਾਂ ਆਪਣੇ ਅਕਾਲ ਤਖ਼ਤ ਸਾਹਿਬ ਨੂੰ ਆਜ਼ਾਦ ਕਰਾਈਏ, ਸਭ ਤੋਂ ਬੜਾ ਅੱਜ ਇਹੀ ਮੁੱਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਮਨਿੰਦਰਜੀਤ ਸਿੰਘ, ਪਿੰਡ ਲਵਾਣਾ, ਜ਼ਿਲ੍ਹਾ ਪਟਿਆਲਾ ਜੀ, ਤਹਿਸੀਲ ਨਾਭਾ। ਵੀਰ ਸੱਚ ਕਹਿ ਕੇ ਗਿਆ ਵੀ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਛਡਵਾਉਣਾ ਉਹਨਾਂ ਦੇ ਸ਼੍ਰੋਮਣੀ ਕਮੇਟੀ ਦੇ ਜੀ, ਉੱਥੋਂ ਹੀ ਮਤਲਬ ਕਿ ਆਪਣੇ ਅਕਾਲ ਤਖ਼ਤ ਨੂੰ ਛਡਾਉਣਾ ਹੀ ਸਾਡੇ ਵਾਸਤੇ ਅੱਜ ਮੇਨ ਮੁੱਦਾ ਹੈ, ਤਾਂਹੀਓ ਆਪਾਂ ਨੂੰ ਕਿਸੇ ਗੱਲ ਰਾਹ ਪੈ ਸਕਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਮੱਖਣ ਸਿੰਘ ਨਾਭੇ ਤੋਂ।
ਮੇਨ ਜਿਵੇਂ ਜਗਰੂਪ ਸਿੰਘ ਜੀ ਨੇ ਦੱਸਿਆ, ਮੇਨ ਮਸਲਾ ਆਪਣਾ ਹੈ, ਕੌਮ ਦਾ ਇਹੀ ਹੈ। ਕਿਸੇ ਵੀ ਕੌਮ ਦੀ ਜਦ ਤੱਕ ਲੀਡਰਸ਼ਿਪ ਆਪਣੀ ਨਾ ਹੋਵੇ, ਉਹ ਕੌਮ ਦੇ ਮਸਲੇ ਬੜੇ ਤੋਂ ਬੜੇ ਤੱਕ ਹੀ, ਛੋਟੇ ਤੋਂ ਛੋਟੇ ਵੀ ਨਹੀਂ ਹੱਲ ਹੋ ਸਕਦੇ। ਅੱਜ ਛੋਟੇ ਤੋਂ ਛੋਟੇ ਮਸਲਿਆਂ ਵਿੱਚ ਵੀ ਕੌਮ ਉਲਝੀ ਪਈ ਹੈ, ਉਸ ਦਾ ਹੱਲ ਹੈ ਲੀਡਰਸ਼ਿਪ ਆਪਣੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਸਾਧੂ ਸਿੰਘ, ਯੂਨਾਈਟਿਡ ਸਿੱਖ ਪਾਰਟੀ ਨਾਲ ਜੁੜਿਆ ਹੋਇਆ। ਸਿੱਖ ਮਸਲੇ ਦਿਨ ਪਰ ਦਿਨ ਗੰਭੀਰ ਹੁੰਦੇ ਜਾ ਰਹੇ ਹੈ, ਇਹਨਾਂ ਨੂੰ ਵਿਦਵਾਨ ਬੁੱਧੀਮਾਨ ਸੱਜਣ ਹੀ ਸੁਲਝਾ ਸਕਦੇ ਹੈ, ਕਿਉਂਕਿ ਅੱਜ ਕੱਲ੍ਹ ਰੋਜ਼ ਮੀਡੀਆ ਵਿੱਚ ਨਵੇਂ ਤੋਂ ਨਵੇਂ ਵਿਚਾਰ ਆ ਰਹੇ ਹੈ। ਵਿਚਾਰ ਕਿਆ, ਸਿੱਖੀ ਨੂੰ ਤਾਂ ਇੱਕ ਤਰ੍ਹਾਂ ਦੇ ਖਤਮ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਇਹਨਾਂ ਬਾਰੇ ਵਿਚਾਰ ਕਰਨ ਦੀ ਬਹੁਤ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਤਮਾ ਸਿੰਘ ਬਾਜਵਾ ਖਰੜ ਤੋਂ, ਮੈਂ ਇੱਕ ਹੀ ਸੁਝਾਅ ਦੇਣਾ ਚਾਹੁੰਦਾ ਕਿ ਜਦੋਂ ਵੀ SGP ਦੀਆਂ ਇਲੈਕਸ਼ਨ ਹੋਣ, ਉਸ 'ਚ ਸਾਡੇ ਸਿੰਘ ਵੱਧ ਤੋਂ ਵੱਧ ਚੁਣ ਕੇ ਆਉਣ ਅੱਗੇ ਆ ਕੇ, ਤਾਂ ਹੀ ਅਸੀਂ ਜੇ ਜਦ ਤੱਕ ਅਸੀਂ ਕਮੇਟੀ ਵਿੱਚ ਰੋਲ ਨਹੀਂ ਅਦਾ ਸਕਦੇ। ਔਰ ਬਾਕੀ ਜਿਹੜੇ ਮਸਲੇ ਜਿੱਦਾਂ ਅਕਾਲ ਤਖਤ ਸਾਹਿਬ ਕਹਿ ਰਹੇ ਹਾਂ ਆਪਾਂ, ਦੂਸਰਾ ਹਰ ਇੱਕ ਮਸਲੇ ਹੱਲ ਹੋ ਸਕਦੇ ਨੇ ਜਦ ਤੱਕ ਅਸੀਂ SGPC ਦੀ ਇਲੈਕਸ਼ਨ ਵਿੱਚ ਵੱਧ ਤੋਂ ਵੱਧ ਹਿੱਸਾ ਲੈ ਕੇ ਨਹੀਂ ਅੱਗੇ ਆਉਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਮੁੱਦਾ ਸਾਰਿਆਂ ਲਈ ਸਭ ਨੂੰ ਪਤਾ ਹੈ, ਇੱਕੋ ਹੀ ਕੌਮਨ ਹੈ, ਜੋ ਕਿ ਹੈ ਸਿੱਖ ਪੰਥ ਦੀ ਚੜ੍ਹਦੀ ਕਲਾ। ਔਰ ਜਿਹਦੇ ਲਈ ਸਾਨੂੰ ਸਭ ਤੋਂ ਜ਼ਿਆਦਾ ਜਾਗਰੂਕ ਦੀ ਲੋੜ ਹੋਣ ਦੀ ਲੋੜ ਹੈ ਕਿ ਸਿੱਖ ਆਪਣੇ ਧਰਮ ਪ੍ਰਤੀ ਜਾਗਰੂਕ ਹੋਵੇ, ਆਪਣੇ ਸਿਧਾਂਤਾਂ ਪ੍ਰਤੀ ਜਾਗਰੂਕ ਹੋਵੇ। ਮੇਨ ਮੁੱਦਾ ਆਉਂਦਾ ਕਿ ਜਦੋਂ ਸਾਡੇ ਅੰਮ੍ਰਿਤਧਾਰੀ ਸਿੰਘ ਵੀ ਜਦੋਂ ਸ਼ਨੀਦੇਵ 'ਤੇ ਜਾ ਕੇ ਤੇਲ ਚੜ੍ਹਾਉਂਦੇ ਨੇ, ਸਾਨੂੰ ਉੱਥੋਂ ਇਹ ਪਤਾ ਲੱਗ ਜਾਂਦਾ ਕਿ ਸਾਡੇ ਜਿਹੜੇ ਸਿਧਾਂਤਾਂ ਨੂੰ ਉਹ ਜਾਣੋ ਨਹੀਂ ਹੈ, ਸਿਰਫ ਅੰਮ੍ਰਿਤਧਾਰੀ ਜ਼ਰੂਰ ਹੋ ਗਏ ਨੇ। ਜਦ ਤੱਕ ਸਾਡੀ ਬੇਸਿਕ ਸਾਨੂੰ ਗਿਆਨ ਨਹੀਂ ਹੁੰਦਾ ਸਾਡੇ ਪੰਥ ਬਾਰੇ, ਸਾਡੇ ਇਤਿਹਾਸ ਬਾਰੇ, ਅਤੇ ਸਾਡਾ ਅੱਗੇ ਵਧਣ ਦਾ ਜਿਹੜਾ ਮਕਸਦ ਆ ਮੁਕੰਮਲ ਨਹੀਂ ਹੁੰਦਾ। ਇਸ ਲਈ ਇਹ ਜ਼ਰੂਰੀ ਹੈ ਕਿ ਸਾਨੂੰ ਅੱਗੇ ਵਧਣ ਦੇ ਨਾਲ ਨਾਲ ਸਾਨੂੰ ਗਿਆਨ ਵੀ ਦਿੱਤਾ ਜਾਵੇ, ਸਿੱਖ ਦਾ ਇਤਿਹਾਸ ਦਾ ਗਿਆਨ ਅਤੇ ਸਿੱਖ ਸਿਧਾਂਤਾਂ ਦਾ ਗਿਆਨ ਅੱਗੇ ਚੱਲਦੇ ਹੋਏ, ਅਤੇ ਅਸੀਂ ਉਸ ਕਦਮ ਤੋਂ ਅੱਗੇ ਚੱਲੀਏ, ਅਤੇ ਤਾਂ ਕਿ ਸਾਨੂੰ ਸਫਲਤਾ ਜ਼ਰੂਰ ਮਿਲੇ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਰਿੰਦਰ ਸਿੰਘ ਰਾਜਪੁਰੇ ਤੋਂ। ਸਭ ਤੋਂ ਪਹਿਲਾਂ ਤਾਂ ਜੀ ਗੱਲ ਇਹ ਹੈ ਵੀ ਜੋ ਆਪਣੇ ਅੰਦਰ ਜਾਤ ਪਾਤ ਦਾ ਰੌਲਾ ਹੈ ਨਾ, ਵੀ ਇਹ ਨੀਵੀਂ ਜਾਤ ਦਾ ਹੈ, ਇਹ ਚੂੜਾ ਹੈ, ਇਹ ਚਮਾਰ ਹੈ, ਸਭ ਤੋਂ ਪਹਿਲਾਂ ਆਪਾਂ ਨੂੰ ਇਹ ਖਤਮ ਕਰਨਾ ਹੈ। ਕਿਉਂਕਿ ਕਈ ਗੁਰਦੁਆਰਿਆਂ ਦੇ ਵਿੱਚ, ਕਈ ਕਮੇਟੀਆਂ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਫਲਾਣਾ ਇਹ ਬੰਦਾ ਹੈ, ਇਹ ਨੀਵੀਂ ਜਾਤ ਦਾ ਹੈ, ਅਸੀਂ ਇਹਨੂੰ ਵੰਡਣ ਦੇਣੀ ਜਾਂ ਇਸ ਨੂੰ ਅਸੀਂ ਲੰਗਰ ਨਹੀਂ ਬਣਾਉਣ ਦੇਣਾ। ਐਵੇਂ ਦੇ ਮੁੱਦੇ ਜਿਹੜੇ ਬਹੁਤ ਜ਼ਿਆਦਾ ਨੇ, ਜੋ ਕਿ ਤੁਹਾਨੂੰ ਸਭ ਨੂੰ ਪਤਾ ਹੈ। ਤੋ ਆਪਣੀ ਤਾਂ ਸਿਰਫ ਇਹੀ ਬੇਨਤੀ ਹੈ ਜੀ ਵੀ ਸਭ ਤੋਂ ਪਹਿਲਾਂ ਜਿਹੜਾ ਆਪਾਂ ਨੇ ਜਾਤ ਪਾਤ ਦਾ ਰੌਲਾ ਹੈ ਆਪਣਾ, ਉਹ ਖਤਮ ਕਰਨਾ। ਅਗਰ ਆਪਾਂ ਨੇ ਇਕੱਠੇ ਹੋਣਾ ਹੈ ਨਾ ਜੀ ਇੱਕ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ, ਤਾਂ ਆਪਾਂ ਨੂੰ ਸਭ ਤੋਂ ਪਹਿਲਾਂ ਜਾਤ ਪਾਤ ਦਾ ਰੌਲਾ ਹੀ ਖਤਮ ਕਰਨਾ ਪੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਦੇ ਆਪੋ ਆਪਣੇ ਵਿਚਾਰ ਸਤਿਕਾਰਯੋਗ ਨੇ ਅਤੇ ਇਹਨਾਂ 'ਤੇ ਅਮਲ ਵੀ ਹੋਣਾ ਚਾਹੀਦਾ ਹੈ। ਪਰ ਜੋ ਕੌਮ ਨੂੰ ਜਿਹੜੀਆਂ ਜਿਹੜੀਆਂ ਚੀਜ਼ਾਂ ਤੋਂ ਖਤਰਾ
ਉਹਨਾਂ ਖਤਰਿਆਂ ਤੋਂ ਸੁਚੇਤ ਕਰਨੇ ਵਾ ਤਾਂ ਇੱਕ ਮਾਲਾ ਵਿੱਚ ਪਰਾਉਣਾ ਬਹੁਤ ਜ਼ਰੂਰੀ ਹੈ। ਉਹ ਮਾਲਾ ਤਾਂ ਮੇਰੇ ਹਿਸਾਬ ਨਾਲ ਤਾਂ ਇਹ ਹੈ ਵੀ ਜੇ ਅਸੀਂ ਇਕੱਠੇ ਸਾਰੀ ਕਿਸਮ ਦੇ ਹੋਈਏ, ਜੇ ਅੰਮ੍ਰਿਤਧਾਰੀ ਹੈਗਾ ਜਾਂ ਨਹੀਂ ਵੀ ਹੈਗਾ, ਤਾਂ ਸਾਰਾ ਨਿਸ਼ਾਨਾ ਜਿਹੜਾ ਉਹ ਇੱਦਾਂ ਦਾ ਹੋਣਾ ਚਾਹੀਦਾ ਜਿਹਦੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਗੁਰੂ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਨੂੰ ਬੜੇ ਦਿਨ ਹੋ ਗਏ, ਹੁਣ ਵੀ ਹੋ ਰਹੀਆਂ, ਬੜੇ ਦੁੱਖ ਦੀ ਗੱਲ ਹੈ। ਪੰਥ ਇਕੱਤਰ ਨਹੀਂ ਹੋਇਆ, ਇਹ ਮਹਾਰਾਜ ਦੀ ਉਹ ਦੇਣ ਸੀਗੀ ਮੇਰੇ ਹਿਸਾਬ ਨਾਲ ਵੀ ਜਿਹੜਾ ਉਹਨਾਂ ਨੇ ਕੌਮ ਨੂੰ ਇਕੱਤਰ ਕਰਨੇ ਵਾਸਤੇ ਆਪਣੇ ਸੂਪਾਂ ਦੀਆਂ ਬੇਅਦਬੀਆਂ ਤਾਂ ਕਰਾ ਲਈਆਂ, ਪਰ ਸਾਨੂੰ ਆਪਣੀ ਅਣਖ 'ਤੇ ਅਜੇ ਵੀ ਇਕੱਠਾ ਹੋਣ ਦਾ ਕੋਈ ਸਮਾਂ ਨਹੀਂ ਮਿਲ ਰਿਹਾ। ਮੈਂ ਬੇਨਤੀ ਕਰਦਾ ਹਾਂ ਅਤੇ ਇਹਦੇ ਬਾਰੇ ਇੱਕ ਨਵਾਂ ਪ੍ਰੋਗਰਾਮ ਬਣਾਇਆ ਜਾਵੇ, ਜਿਕਣਾ ਸਾਨੂੰ CBI ਨੇ ਵੀ ਕੋਈ ਰਾਹ ਨਹੀਂ ਦਿੱਤਾ, ਪੰਜਾਬ ਸਰਕਾਰ ਨੇ ਵੀ ਰਾਹ ਨਹੀਂ ਦਿੱਤਾ। ਹੁਣ ਅਸੀਂ ਆਸ ਕਰੀਏ ਵੀ ਬਾਹਰਲੀਆਂ ਕੰਟਰੀਆਂ ਵਿੱਚ ਜਿਹੜੀਆਂ ਉੱਥੇ ਦੀਆਂ ਕੋਈ CBI ਬਣਾਈਆਂ ਵੀ ਆ ਕਿਸੇ ਦੀਆਂ, ਉਹਨਾਂ ਨੂੰ ਕੇਸ ਦਈਏ ਤਾਂ ਜੋ ਇਹ ਦੋਸ਼ੀ ਗ੍ਰਿਫਤਾਰ ਕਰੇ ਜਾਣ। ਦੂਜੀ ਬੇਨਤੀ ਇਹ ਇੱਕਦਮ ਮਹਾਰਾਜਾ ਗੁਰੂ ਗ੍ਰੰਥ ਸਾਹਿਬ ਨੂੰ ਸਾਨੂੰ ਗੁਰੂ ਦਿੱਤਾ, ਉਹਦਾ ਅਸੀਂ ਸਤਿਕਾਰ ਨਹੀਂ ਕਰਾ ਸਕੇ। ਦੂਜਾ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਸਾਨੂੰ ਪੰਥ ਦੀ, ਪੰਥ ਜਿਹੜਾ ਗੁਰੂ ਮਹਾਰਾਜ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਦਿੱਤਾ, ਉਹ ਪੰਜ ਪਿਆਰੇ ਜਦੋਂ ਅਕਾਲ ਤਖਤ ਸਾਹਿਬ ਤੋਂ ਨਿਕਾਲ ਦਿੱਤੇ ਜਾਂਦੇ ਆ ਡਿਊਟੀ 'ਤੇ, ਉਹਨਾਂ ਨੂੰ ਸੇਵਾ ਤੋਂ ਮੁਕਤ ਕਰ ਦਿੱਤਾ ਜਾਂਦਾ, ਅਸੀਂ ਉੱਥੇ ਵੀ ਕੁਛ ਨਹੀਂ ਕਰ ਸਕੇ। ਰਾਗੇ ਸਿੰਘ ਵੀ ਸਾਡੇ ਉੱਥੋਂ ਤੋਂ ਸੇਵਾ ਤੋਂ ਉਲਾਂਭੇ ਕਰ ਦਿੱਤੇ। ਸਿਰਫ ਦੋ ਮੁੱਦਿਆਂ ਨੂੰ ਰੱਖ ਕੇ ਅਸੀਂ ਜੇ ਪ੍ਰੋਗਰਾਮ ਨੂੰ ਲਿਖੀਏ ਤਾਂ ਮੇਰਾ ਖਿਆਲ ਹੈ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ, ਜਾਂ ਉਹ ਅੰਮ੍ਰਿਤਧਾਰੀ ਹੈ ਜਾਂ ਅੰਮ੍ਰਿਤਧਾਰੀ ਹੈ ਜਾਂ ਕਿਸੇ ਵੀ ਜਾਤ ਦਾ, ਕਿਉਂਕਿ ਸਾਡਾ ਪੰਥ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ, ਉਹਦਾ ਨਿਸ਼ਾਨਾ ਸੀਗਾ ਅਕਾਲ ਖਾਲਸਾ ਅਕਾਲ ਪੁਰਖ ਕੀ ਫੌਜ। ਇਹ ਫੌਜ ਮਹਾਰਾਜ ਨੇ ਐਸੀ ਬਣਾਈ ਸੀਗੀ ਜੋ ਪੰਜ ਸਾਲ ਤੋਂ ਲੈ ਕੇ 80 ਸਾਲ ਤੱਕ ਦਾ ਇਹਦੇ ਵਿੱਚ ਕੋਈ ਭਰਤੀ ਹੋ ਸਕਦਾ ਸੀ, ਅਤੇ ਉਹ ਫੌਜ ਨੂੰ ਅਸੀਂ ਆਪਣੇ ਆਪ ਤੋਂ ਇੰਨਾ ਦੂਰ ਕਰ ਲਿਆ ਕਿਉਂਕਿ ਅਸੀਂ ਲਹਿਦਾ ਪਾਰਟੀਆਂ ਬਣਾ ਲਈਆਂ। ਮੈਂ ਤਾਂ ਇਹੀ ਆਸ ਰੱਖਦਾ ਕਿ ਖਾਲਸਾ ਜਿਹੜਾ ਹੈਗਾ ਆਨੰਦਪੁਰ ਸਾਹਿਬ ਦਾ ਵਾਸੀ ਹੈ ਅਤੇ ਖਾਲਸਾ ਅਕਾਲ ਪੁਰਖ ਦੀ ਫੌਜ ਹੈ। ਗੁਰੂ ਮਹਾਰਾਜ ਨੇ ਆਪ ਸਾਜੀ ਹੈ, ਨਾ ਇਹ ਮਰ ਸਕਦੀ ਹੈ ਨਾ ਕਿਹਨੂੰ ਮੇਟ ਸਕਦਾ। ਮੈਂ ਇਹ ਆਸ ਕਰਦਾ ਕਿ ਵੀ ਆਪਾਂ ਸਭ ਤੋਂ ਪਹਿਲਾਂ ਰਾਗੀ ਸਿੰਘ ਅਤੇ ਜੋ ਪੰਜ ਪਿਆਰਿਆਂ ਨੂੰ ਡਿਊਟੀ 'ਤੇ ਕਰਿਆ ਗਿਆ ਹੈ, ਕਿਸੇ ਨਾ ਕਿਸੇ ਢੰਗ ਨਾਲ ਅਸੀਂ ਜੋ ਸਾਡੇ ਇਲਾਕੇ ਦੇ ਮੈਂਬਰ ਹੈ ਉਹਨਾਂ ਨੂੰ ਮਜਬੂਰ ਕਰੀਏ ਵੀ ਉਹਨਾਂ ਦੀਆਂ ਡਿਊਟੀਆਂ ਨੂੰ ਹਾਜ਼ਰ ਕਰਾਈਏ, ਤਾਂ ਹੀ ਜੋ ਪੰਥ ਦਾ ਜੋ ਬੋਲਬਾਲਾ ਜੋ ਸਿੰਘ ਉੱਥੇ ਚੜ੍ਹਦੀ ਕਲਾ ਦੇ ਸ਼ਬਦ ਲਾਉਂਦੇ ਸੀ, ਜਦ ਉਹਨਾਂ ਨੂੰ ਹਟਾ ਦਿੱਤਾ ਤਾਂ ਕੌਮ ਦਿਨ ਪਰ ਦਿਨ ਗਿਰਦੀ ਜਾ ਰਹੀ ਹੈ। ਬੇਨਤੀ ਹੈ ਪ੍ਰਵਾਨ ਕਰਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰ ਦੇਵਾਂ ਕਿ ਆਪਾਂ ਵੱਧ ਤੋਂ ਵੱਧ 1 ਮਿੰਟ ਦੇ ਵਿੱਚ ਆਪਣੇ ਸਾਰੇ ਹੀ ਵਿਚਾਰ ਪੇਸ਼ ਕਰੀਏ, ਕਿਉਂਕਿ ਆਪਣੇ ਕੋਲ ਵਿਦਵਾਨ ਸਾਹਿਬ ਆਏ ਆ, ਉਹਨਾਂ ਨੇ ਵੀ ਆਪਣੇ ਵਿਚਾਰ ਰੱਖਣੇ ਆ। ਸੋ ਜਿਵੇਂ ਵੀਰਾਂ ਨੇ ਗੱਲ ਕੀਤੀ ਕਿ ਜਾਤ ਪਾਤ ਜਾਂ ਸ਼ਨੀ ਨੂੰ ਤੇਲ ਚੜਾਉਣਾ ਜਾਂ ਬਦਬੀਆਂ, ਇਹਨਾਂ ਸਾਰੀਆਂ ਚੀਜ਼ਾਂ ਇੱਕੇ ਚੀਜ਼ ਦੇ ਪਿੱਛੇ ਆ ਜਾਂਦੀਆਂ ਕਿ ਸਾਡੇ ਕੋਲ ਚੰਗੀ ਲੀਡਰਸ਼ਿਪ ਨਹੀਂ ਹੈਗੀ। ਚੰਗੀ ਲੀਡਰਸ਼ਿਪ ਦੇ ਗੁਣ ਕੀ ਹੋਣੇ ਚਾਹੀਦੇ ਆ? ਸੋ ਸਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੀਦਾ ਕਿ ਲੀਡਰਸ਼ਿਪ ਕਿਹੋ ਜਿਹੀ ਹੋਣੀ ਚਾਹੀਦੀ ਆ। ਅੱਜ ਦਾ ਵਿਸ਼ਾ ਵਾ ਸਾਡਾ ਲੀਡਰਸ਼ਿਪ ਦਾ। ਸੋ ਸਿੱਖ ਧਰਮ ਜਿਵੇਂ ਭਾਈ ਸਾਹਿਬ ਹੋਣਾ ਗੱਲ ਕੀਤੀ ਸੀ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਚੰਗੇ ਬੰਦੇ ਅੱਗੇ ਆਉਣੇ ਚਾਹੀਦੇ ਆ। ਸੋ ਆਪਾਂ ਕਿਸੇ ਨੂੰ ਵੀ ਪੁੱਛ ਸਕਦੇ ਹਾਂ ਇੱਥੇ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਅੱਗੇ ਆ ਕੇ ਕੀ ਕਰਾਂਗੇ? ਸਾਰਿਆਂ ਦਾ ਇਹੋ ਜਵਾਬ ਹੋਊਗਾ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਬਜਟ ਆ ਉਹਨੂੰ ਚੰਗੇ ਪਾਸੇ ਲਾਵਾਂਗੇ। ਪਰ ਕਿਸੇ ਵੀ ਜਥੇਬੰਦੀ ਨੇ ਅੱਜ ਤੱਕ ਇਹ ਵੇਰਵਾ ਰੱਖਿਆ ਵਾ ਕਿ ਉਹ ਬਜਟ ਕਿੱਥੇ ਲਾਵਾਂਗੇ, ਕਿਉਂਕਿ ਅੱਜ ਤੋਂ 1.5 ਸਾਲ ਪਹਿਲਾਂ ਜਦੋਂ ਮੈਂ ਭਾਈ ਜਰਨੈਲ ਸਿੰਘ ਜੀ ਅਤੇ ਆਪਣਾ ਜਸਵਿੰਦਰ ਸਿੰਘ ਜੀ ਹੋਣਾ ਨੂੰ ਮਿਲਿਆ ਸੀ ਅਤੇ ਮੈਂ ਵੀ ਇਸੀ ਸਵਾਲ ਕੀਤਾ ਸੀ ਕਿ ਭਾਈ ਸਾਹਿਬ ਜੀ ਮੰਨ ਲਓ ਆਪਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਵਧੀਆ ਗੁਰਸਿੱਖ ਲੈ ਆਉਂਦੇ ਹਾਂ,
ਤੇ ਇਹਦਾ ਜਿਹੜਾ ਆਪਣਾ ਸਿੱਖਾਂ ਦਾ ਭਲਾ ਕਿਵੇਂ ਹੋਊਗਾ। ਖੁਸ਼ੀ ਮੈਨੂੰ ਉਦੋਂ ਹੋਈ ਕਿ ਇਹਨਾਂ ਨੇ ਮੇਰੇ ਸਾਹਮਣੇ ਸਾਰਾ ਹੀ ਵੇਰਵਾ ਰੱਖ ਦਿੱਤਾ ਸੀ ਕਿ ਕਿੰਨੇ ਪਿੰਡਾਂ ਮਗਰ ਇੱਕ ਸਕੂਲ ਹੋਣਾ ਚਾਹੀਦਾ ਵਾ, ਕਿੰਨੇ ਪਿੰਡਾਂ ਮਗਰ ਇੱਕ ਸ਼੍ਰੋਮਣੀ ਕਮੇਟੀ ਦਾ ਕਾਲਜ ਹੋਣਾ ਚਾਹੀਦਾ ਵਾ, ਕਿੰਨੇ ਪਿੰਡਾਂ ਪਿੱਛੇ ਡਿਸਪੈਂਸਰੀ ਹੋਣੀ ਚਾਹੀਦੀ ਤੇ ਕਿੰਨੇ ਪਿੰਡਾਂ ਪਿੱਛੇ ਇੱਕ ਹੋਸਪਿਟਲ ਹੋਣਾ ਚਾਹੀਦਾ ਵਾ ਜਿਹਦੇ ਵਿੱਚ ਸਾਡੀ ਪੜ੍ਹਾਈ ਤੇ ਦਵਾਈ ਜਿਹੜੀ ਬਿਲਕੁਲ ਫਰੀ ਹੋਵੇ ਤਾਂ ਕਿ ਅਸੀਂ ਆਪਣਾ ਵਿਕਾਸ ਕਰ ਸਕੀਏ, ਚੰਗੇ ਅਹੁਦਿਆਂ ਤੇ ਜਾ ਸਕੀਏ। ਸੋ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰ ਦਵਾਂ ਕਿ ਇੱਕ ਮਿੰਟ ਦੇ ਵਿੱਚ ਆਪਾਂ ਲੀਡਰਸ਼ਿਪ ਦੇ ਸੰਬੰਧੀ ਆਪਣੇ ਵਿਚਾਰ ਦਈਏ, ਸਾਡੀ ਲੀਡਰਸ਼ਿਪ ਕਿਵੇਂ ਦੀ ਹੋਣੀ ਚਾਹੀਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਪੁੱਛਿਆ ਹੈ, ਮੇਰਾ ਨਾਂ ਜਸਵੀਰ ਸਿੰਘ ਹੈ ਜੀ, ਖਰੜ ਤੋਂ ਬਿਲੋਂਗ ਕਰਦਾ, ਪਿੰਡ ਖੁੰਨੀ ਮੱਦਰੇ, ਤੇ ਲੀਡਰਸ਼ਿਪ ਬਾਰੇ ਪੁੱਛਿਆ ਹੈ। ਲੀਡਰਸ਼ਿਪ ਸਾਨੂੰ ਸਾਰੇ ਜਿੱਦਾਂ ਵੀ ਆਪਣਾ ਪੰਜਾਬੀ ਭਾਸ਼ਾ ਦੇ ਵਿੱਚ ਆਪਣਾ ਉਹ ਹੋ ਰਿਹਾ, ਹੁਣ ਆਪਣੇ ਨੂੰ ਨੁਕਸਾਨ ਹੋ ਰਿਹਾ ਹੈ, ਇਹਦੇ ਬਾਰੇ ਅਟੈਕ ਹੋ ਰਿਹਾ ਹੈ ਪੰਜਾਬੀ ਭਾਸ਼ਾ 'ਤੇ। ਸਾਨੂੰ ਮੇਨ ਲੀਡਰ ਸਾਡਾ ਜਿਹੜਾ ਇੱਥੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਵੇਗਾ ਅਤੇ ਜਥੇਦਾਰ ਹੋਵੇ, ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਵਧੀਆ ਬੰਦਾ ਹੋਣਾ ਚਾਹੀਦਾ, ਗੁਰਸਿੱਖ ਬੰਦਾ ਹੋਣਾ ਚਾਹੀਦਾ, ਇਹਨੂੰ ਗਿਆਨ ਹੋਵੇ, ਗੁਰੂ ਬਾਰੇ ਗਿਆਨ ਹੋਵੇ। ਆਉਣਾ ਹੋਵੇ ਕਿ ਕਿਸੇ ਨੂੰ ਚੱਕ ਕੇ ਬਿਠਾ ਦਿਉ ਉੱਥੇ, ਉਹਨੂੰ ਗਿਆਨ ਨਾ ਹੋਵੇ ਬਿਲਕੁਲ ਵੀ, ਕਿਰਪਾਨ ਪਾਈ ਵੀ ਹੋਵੇ, ਉਹਨੇ ਭੇਖ ਬਣਾਇਆ ਹੋਵੇ, ਪੜ੍ਹਿਆ ਲਿਖਿਆ ਬੰਦਾ, ਗੁਰੂ ਦਾ ਗਿਆਨ ਹੋਣਾ ਚਾਹੀਦਾ, ਉਹਨੂੰ ਪੂਰੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ। ਸਾਨੂੰ ਇੱਦਾਂ ਦੀ ਚਾਹੀਦੀ ਹੈ, ਸਾਨੂੰ ਵਧੀਆ ਕੋਈ ਆਪਣੇ UN ਦੇ ਵਿੱਚ, ਆਪਣੇ ਇੱਥੇ ਵਿਧਾਨ ਸਭਾ ਦੇ ਵਿੱਚ ਜਾ ਕੇ ਕੋਈ ਆਪਣਾ ਚੰਗਾ ਮੈਂਬਰ ਚੁਣਨਾ ਚਾਹੀਦਾ ਆਪਾਂ ਨੂੰ, ਵਧੀਆ ਆਪਣਾ ਉੱਥੇ ਆਪਾਂ ਨੂੰ ਜੇ ਆਪਣੇ ਇੱਥੇ ਹੋਊਗੀ ਤਾਂ ਹੀ ਅਸੀਂ ਕਿਸੇ ਅੱਗੇ ਜਾ ਕੇ ਖੜ੍ਹ ਸਕਦੇ, ਬੋਲ ਸਕਦੇ ਅਸੀਂ, ਅਗਰ ਨਹੀਂ ਸਾਜੇ ਇੱਥੇ ਹੀ ਅਸੀਂ ਸਹਿਮਤ ਰਹਾਂਗੇ, ਇੱਥੇ ਥੱਲੇ ਹੀ ਅਸੀਂ ਇੱਥੇ ਹੀ ਪੰਜਾਬ ਦੇ ਵਿੱਚ ਰੌਲਾ ਪਾਈ ਜਾਊਂਗੇ, ਇੱਥੇ ਕੋਈ ਫਾਇਦਾ ਨਹੀਂ ਹੈ। ਉੱਥੇ ਆਪਣੇ ਸੈਂਟਰ ਦੇ ਵਿੱਚ ਵੀ ਆਪਣੇ ਬੰਦੇ ਹੋਣੇ ਚਾਹੀਦੇ ਅਤੇ ਆਪਣਾ ਅਕਾਲ ਤਖ਼ਤ 'ਤੇ ਵੀ ਆਪਣਾ ਕਬਜ਼ਾ ਹੋਣਾ ਚਾਹੀਦਾ। ਸਾਡੀ ਇਹ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਿੱਖਾਂ ਦੇ ਮਸਲੇ ਬਹੁਤ ਸਾਰੇ ਨੇ, ਇੱਕ ਛੋਟਾ ਜਿਹਾ ਮਸਲਾ ਕਿ ਆਪਣੇ ਬਹੁਤ ਸਾਰੇ ਜਿਹੜੇ ਸਿੱਖ ਵੀਰ ਨੇ ਉਹ ਧਰਮ ਪਰਿਵਰਤਨ ਕਰ ਰਹੇ ਨੇ। ਆਪਾਂ ਨੂੰ ਜਿਹੜਾ ਸਿੱਖ ਧਰਮ ਦਾ ਪ੍ਰਚਾਰ ਇਹਨੂੰ ਵਧਾਉਣਾ ਚਾਹੀਦਾ ਕਿ ਆਪਾਂ ਸਿੱਖ ਧਰਮ ਦੇ ਪ੍ਰਚਾਰ ਨੂੰ ਵਧਾ ਕੇ ਜਿਹੜੇ ਧਰਮ ਪਰਿਵਰਤਨ ਕਰ ਰਹੇ ਨੇ ਉਹਨਾਂ ਸਿੱਖਾਂ ਨੂੰ ਸਿੱਧੇ ਬੰਨੇ ਤੋਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਰਤਾਜ ਸਿੰਘ, ਤਰਨ ਤਾਰਨ ਸਾਹਿਬ ਤੋਂ। ਜਿਵੇਂ ਕਿ ਭਾਈ ਸਾਹਿਬ ਨੇ ਗੱਲ ਕੀਤੀ ਕਿ ਆਪਣੇ ਜਿਹੜੇ ਸਿੱਖ ਵੀਰ ਨੇ ਕਿ ਹੋਰ ਕਿਸੇ ਧਰਮ ਵੱਲ ਜ਼ਿਆਦਾ ਰੁਝਾਨ ਇਹਨਾਂ ਦਾ ਪੈਦਾ ਹੋ ਰਿਹਾ ਹੈ ਕਿ ਅੱਜ ਕੱਲ੍ਹ ਜੇ ਮੈਂ ਗੱਲ ਕਰਾਂ ਤਾਂ ਸਕੂਲਾਂ ਕਾਲਜਾਂ ਵਿੱਚ ਗੁਰਬਾਣੀ ਦੀ ਕੋਈ ਵੀ ਗੱਲ ਨਹੀਂ ਹੋ ਰਹੀ ਸਿੱਖ ਇਤਿਹਾਸ ਦੀ, ਅਤੇ ਜ਼ਿਆਦਾ ਰੁਝਾਨ ਜਿਹੜਾ ਹੈ ਕਿ ਹੋਰ ਕਿਸੇ ਮਤਲਬ ਕਿ ਉਹਨਾਂ ਦਾ ਜਾ ਰਿਹਾ ਕਿਸੇ ਹੋਰ ਧਰਮ ਵੱਲ ਜਾ ਰਿਹਾ ਹੈ। ਤੋ ਮੈਂ ਤਾਂ ਇਹੀ ਕਹੂੰਗਾ ਕਿ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਸਕੂਲਾਂ ਕਾਲਜਾਂ ਦੇ ਵਿੱਚ ਇਹ ਗੁਰਬਾਣੀ ਦੀ ਗੱਲ ਸ਼ੁਰੂ ਕਰਵਾਈਏ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਨੂੰ ਇਕੱਲੀ ਲੀਡਰਸ਼ਿਪ 'ਤੇ ਨਹੀਂ, ਮੇਰੇ ਹਿਸਾਬ ਨਾਲ ਤਾਂ ਰਾਜਨੀਤਿਕ ਵੀ ਸ਼ਕਤੀ ਸਾਨੂੰ ਲੈਣੀ ਚਾਹੀਦੀ ਆ, ਔਰ ਧਾਰਮਿਕ ਜਿਹੜੀ ਆਪਣੀ ਜਥੇਬੰਦੀ ਆ ਉਹਦੇ ਵਿੱਚ ਤਾਂ ਆਪਾਂ ਨੂੰ ਨੁਮਾਇੰਦੇ ਚੰਗੀ ਤਰ੍ਹਾਂ ਚੁਣ ਕੇ ਭੇਜਣੇ ਚਾਹੀਦੇ, ਜਿਹੜੇ ਪੜ੍ਹੇ ਲਿਖੇ ਹੋਣ, ਅੰਮ੍ਰਿਤਧਾਰੀ ਹੋਣ, ਔਰ ਜਿਨ੍ਹਾਂ ਨੂੰ ਸਿੱਖ ਧਰਮ ਬਾਰੇ ਪੂਰੀ ਨੌਲੇਜ ਹੋਵੇ। ਠੀਕ ਹੈ ਕਿ ਨਹੀਂ? ਆਪਣੇ ਕੋਲ ਸਾਰਿਆਂ ਨਾਲੋਂ ਵੱਡਾ ਜਿਹੜਾ ਅੱਗੇ ਚੈਲੇਂਜ ਆਉਣ ਵਾਲਾ ਉਹ ਜਿਹੜੇ ਨਕਲੀ ਸਿੱਖ ਤਿਆਰ ਹੋ ਰਹੇ ਆ, ਠੀਕ ਹੈ ਕਿ ਨਹੀਂ? ਉਹ ਆਪਣੀ ਸਿੱਖ ਕੌਮ ਨੂੰ ਅੱਗੇ ਅੱਗੇ ਬਦਨਾਮ ਕਰਨਗੇ।
ਸਾਰੇ ਪੁੱਠੇ ਕੰਮ ਉਹਨਾਂ ਨੇ ਕਰਨੇ ਆ, ਬਦਨਾਮ ਸਿੱਖਾਂ ਨੇ ਹੋਣਾ। ਸਾਨੂੰ ਇਹਦਾ ਵੀ ਕੋਈ ਨਾ ਕੋਈ ਉਪਰਾਲਾ ਕਰਨਾ ਚਾਹੀਦਾ। ਮੇਰਾ ਖਿਆਲ ਆ ਵੀ ਹੁਣ ਆਪਣੀ ਜਿਹੜੀ ਲੀਡਰਸ਼ਿਪ ਹੈ ਇਸ ਵੇਲੇ RSS ਦੀ ਝੋਲੀ 'ਚ ਪਈ ਹੋਈ ਆ, ਆਪ ਸਭ ਨੂੰ ਪਤਾ ਹੀ ਆ, ਠੀਕ ਹੈ ਕਿ ਨਹੀਂ। ਕੋਈ ਜਿਵੇਂ ਆਧਾਰ ਕਾਰਡ ਇਹਨਾਂ ਨੇ ਰੱਖਿਆ ਹੋਇਆ, ਆਪਾਂ ਵੀ ਸਿੱਖ ਕੌਮ ਦੇ ਜਿਹੜੇ ਅੰਮ੍ਰਿਤਧਾਰੀ ਹੈਗੇ ਬੰਦੇ, ਉਹਨਾਂ ਦਾ ਸਾਨੂੰ ਵੀ ਕੋਈ ਨਾ ਕੋਈ ਐਸਾ ਉਪਰਾਲਾ ਕਰਨਾ ਚਾਹੀਦਾ, ਕੋਈ ਆਧਾਰ ਕਾਰਡ ਟਾਈਪ, ਜਿਹੜਾ ਪਤਾ ਲੱਗ ਸਕੇ ਵੀ ਇਹ ਸਿੱਖ ਹੈਗੇ, ਅਸਲੀ ਸਿੱਖ ਹੈਗੇ। ਜਿੱਥੇ ਵੀ ਅੰਮ੍ਰਿਤ ਪ੍ਰਚਾਰ ਹੁੰਦਾ ਉਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਉਹਦਾ ਕੋਈ ਨਾ ਕੋਈ ਰੱਖਣਾ ਚਾਹੀਦਾ ਰਿਕਾਰਡ, ਅਤੇ ਜਿਹੜਾ ਕਿ ਆਪਣੇ ਸੈਂਟਰ ਉਹਦੇ 'ਚ ਜਾਵੇ ਉਹਦਾ ਪੂਰਾ ਰਿਕਾਰਡ ਰੱਖ ਹੋਵੇ ਵੀ ਇਹ ਬੰਦਾ ਅੰਮ੍ਰਿਤਧਾਰੀ ਹੈ ਔਰ ਗੁਰਸਿੱਖ ਹੈ, ਕਿਉਂਕਿ ਇਹ ਅੱਗੇ ਬਹੁਤ ਵੱਡਾ ਚੈਲੇਂਜ ਸਿੱਖ ਕੌਮ ਲਈ ਆਉਣ ਵਾਲਾ ਹੈ, ਠੀਕ ਹੈ ਕਿ ਨਹੀਂ। ਅਤੇ ਉਸ ਤੋਂ ਬਾਅਦ ਸਾਨੂੰ ਆਪਣੀ ਨੌਜਵਾਨ ਪੀੜ੍ਹੀ ਆ ਜਿਹੜੀ ਉਹਦੇ ਵੱਲ ਧਿਆਨ ਦੇਣਾ ਪੈਣਾ, ਉਹਨਾਂ ਨੂੰ ਵੱਧ ਤੋਂ ਵੱਧ ਸਿਕਸ਼ਿਤ ਕਰਨਾ ਪੈਣਾ, ਜਿਹੜਾ ਉਹ ਉੱਚ ਅਹੁਦਿਆਂ 'ਤੇ ਆਉਣ, ਜਿਹੜੇ ਕਿ ਸਿੱਖਾਂ ਨਾਲ ਹਰ ਜਗ੍ਹਾ 'ਤੇ ਨਜਾਇਜ਼ ਹੋ ਰਹੀ ਆ, ਉਹਨੂੰ ਆਪਾਂ ਤਾਂ ਰੋਕ ਸਕਦੇ ਹਾਂ ਜੇ ਸਾਡੇ ਆਪਣੇ ਗੁਰਸਿੱਖ ਬੱਚੇ IAS ਬਣਨ ਜਾਂ ਚੰਗੇ ਡਾਕਟਰ ਹੋਣ, ਚੰਗੇ ਉੱਚੇ ਅਹੁਦਿਆਂ 'ਤੇ ਜਾਣ। ਆਪਾਂ ਨੂੰ ਇਸ ਬਾਰੇ ਜ਼ਰੂਰ ਉਪਰਾਲਾ ਕਰਨਾ ਚਾਹੀਦਾ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹੈ ਜੀ ਕਰਮਜੀਤ ਸਿੰਘ, ਖੁੰਨੀ ਮਜਰੇ ਤੋਂ। ਅਤੇ ਆਪਣੀ ਜਿਹੜੀ ਲੀਡਰਸ਼ਿਪ ਹੈ, ਅੰਮ੍ਰਿਤਧਾਰੀ ਬੰਦੇ ਤਾਂ ਜੀ ਬਹੁਤ ਨੇ, ਬਰਗਾੜੀ ਮੋਰਚੇ 'ਤੇ ਵੀ ਬਹੁਤ ਬੈਠੇ ਸੀ ਆਪਣੇ ਬੰਦੇ, ਅਤੇ ਮੁੜ ਕੇ ਤੁਹਾਨੂੰ ਪਤਾ ਹੀ ਹੈ ਕਿਵੇਂ ਮਿਲਗੱਡ ਕਰ ਜਾਂਦੇ ਨੇ ਇਹ ਅੱਗੇ ਗੌਰਮੈਂਟਾਂ ਦੇ ਨਾਲ। ਅੰਮ੍ਰਿਤਧਾਰੀ ਬੰਦਾ ਵੀ ਹੋਣਾ ਚਾਹੀਦਾ ਅਤੇ ਜੀਵਨ ਵੀ ਹੋਣਾ ਚਾਹੀਦਾ, ਜੀਵਨ ਨੂੰ ਵੀ ਉਹਦੇ ਨੂੰ ਦੇਖਣਾ ਚਾਹੀਦਾ ਹੈ, ਠੀਕ ਹੈ ਜੀ। ਜਿਵੇਂ ਹੁਣ ਸੰਤ ਜਰਨੈਲ ਸਿੰਘ ਜੀ ਸੀਗੇ ਅਤੇ ਉਹਨਾਂ ਦਾ ਜੀਵਨ ਵੀ ਆਪਾਂ ਨੂੰ ਦਿਖਦਾ ਸੀਗਾ ਅਤੇ ਨਾਲ ਦੀ ਨਾਲ ਉਹਨਾਂ ਦੇ ਕੰਮ ਆਪਾਂ ਨੂੰ ਦਿਖਦੇ ਸੀਗੇ, ਅਤੇ ਆਪਣਾ ਉਹ ਕੌਮ ਲਈ ਕਿੱਡੀ ਵੱਡੀ ਕੁਰਬਾਨੀ ਦੇ ਕੇ ਗਏ ਨੇ। ਅਤੇ ਬਾਕੀ ਤੁਹਾਨੂੰ ਪਤਾ ਹੀ ਹੈ ਜਿਹੜੇ ਹੁਣ ਪੰਥ ਰਤਨ ਬਣੇ ਫਿਰਦੇ ਨੇ ਉਹ ਤਾਂ ਹੱਥ ਖੜ੍ਹੇ ਕਰਕੇ ਬਾਹਰ ਆਏ ਸੀ, ਅਤੇ ਬਾਕੀ ਜਿਵੇਂ ਵੀ ਵੀਰਾਂ ਦੇ ਸਾਰਿਆਂ ਦੇ ਵਿਚਾਰ ਨੇ ਜੀ, ਅਤੇ ਲੀਡਰਸ਼ਿਪ ਵਧੀਆ ਕਰਕੇ ਆਪਣੀ ਅੱਗੇ ਆਉਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਕੇਸਰ ਸਿੰਘ, ਪਿੰਡ ਚੋਲਟਾ ਕਲਾਂ ਖੜ੍ਹ ਦੇ ਲਾਗੇ ਹੀ ਹੈ। ਆਪਾਂ ਸਾਰੇ ਵਿਚਾਰ ਰੱਖ ਰਹੇ ਹਾਂ ਕਿ ਲੀਡਰਸ਼ਿਪ ਸਾਡੀ ਮਾੜੀ ਹੈ, ਲੀਡਰਸ਼ਿਪ ਸਾਡੇ ਹੀ ਜਾਂਦੀ ਹੈ, ਅਸੀਂ ਉਹ ਲੀਡਰ ਬਣਨ ਵਾਲੇ ਹਾਂ, ਅਸੀਂ ਲੀਡਰਾਂ ਨੂੰ ਬਣਾਉਂਦੇ ਹਾਂ। ਜਦੋਂ ਇਨਸਾਨ ਅੰਮ੍ਰਿਤ ਛਕਦਾ ਹੈ, ਅੰਮ੍ਰਿਤ ਛਕ ਕੇ ਉਹ ਜੋ ਪੰਜ ਪਿਆਰੇ ਸਾਹਿਬਾਨ ਦੱਸਦੇ ਹਨ, ਉਪਦੇਸ਼ ਦਿੰਦੇ ਹਨ, ਉਹ 'ਤੇ ਪਹਿਰਾ ਦੇਵੇ, ਉਹ ਤੋਂ ਬਾਅਦ ਆਪਣੇ ਪਰਿਵਾਰ ਨੂੰ ਅੰਮ੍ਰਿਤਧਾਰੀ ਬਣਾਵੇ, ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋ ਕੇ ਚੰਗੇ ਕੰਮ ਕਰੇ, ਫਿਰ ਸਾਧ ਸੰਗਤ ਫਿਰ ਲੀਡਰਾਂ ਦੇ ਨਾਲ ਜਿਹੜੀ ਆਪਾਂ ਗੱਲ ਕਰਦੇ ਹਾਂ। ਹੁਣ ਇੱਕ ਬੰਦਾ ਵੋਟਾਂ 'ਚ ਖੜ੍ਹਾ ਹੋ ਗਿਆ, ਚਾਹੇ ਸ਼੍ਰੋਮਣੀ ਕਮੇਟੀ ਦਾ ਹੈ, ਉਹ ਨਿਕੰਮਾ ਹੈ ਬੰਦਾ ਚਾਹੇ। ਹੁਣ ਇੱਕ ਬੰਦਾ ਕਹਿੰਦਾ ਜੀ ਮੇਰੇ ਰਿਸ਼ਤੇਦਾਰ ਇਹਨੂੰ ਵੋਟਾਂ ਪਾ ਦਿਓ, ਲੋਕ ਉਹਨੂੰ ਚੱਕ ਚੱਕੇ ਵੋਟਾਂ ਪਾ ਦਿੰਦੇ ਹਨ, ਉਹ ਕਰਦਾ ਕੁਛ ਵੀ ਨਹੀਂ ਹੈ, ਇਹ ਸਾਡੀ ਸਾਰੀ ਗਲਤੀ ਹੈ। ਫਿਰ ਪਿੰਡਾਂ 'ਚ ਕਈ ਸਾਧ ਬੈਠੇ ਹਨ, ਕਈ ਬਾਬੇ ਬੈਠੇ ਹਨ, ਕਈ ਬੀਬੀਆਂ ਬੈਠੀਆਂ ਨੇ ਪੁੱਛਾਂ ਦੇਣ ਵਾਲੀਆਂ, ਅਸੀਂ ਉਹਨਾਂ ਦੇ ਕੋਲ ਜਾਂਦੇ ਹਾਂ, ਅੰਮ੍ਰਿਤਧਾਰੀ ਸਿੱਖ ਜਾਂਦੇ ਹਨ, ਇਹਨਾਂ ਦਾ ਕੋਈ ਵਿਸ਼ਵਾਸ ਨਹੀਂ ਇਹਨਾਂ ਨੂੰ। ਜਿਹਨਾਂ ਨੂੰ ਅਸੀਂ ਅੰਮ੍ਰਿਤ ਛਕਾਉਂਦੇ ਹਾਂ, ਇਹ ਸਾਨੂੰ ਵੀ ਚਾਹੀਦਾ ਅੰਮ੍ਰਿਤ ਛਕਾਉਣ ਵਾਲਿਆਂ ਨੂੰ ਕਿ ਪਤਾ ਰੱਖੀ ਕਿ ਫਲਾਣੇ ਸਿੰਘ ਨੇ ਅੰਮ੍ਰਿਤ ਛਕਿਆ ਹੈ, ਇਹ ਅੰਮ੍ਰਿਤ 'ਤੇ ਪਹਿਰਾ ਦੇ ਰਿਹਾ ਕਿ ਨਹੀਂ ਦੇ ਰਿਹਾ, ਬਾਬਿਆਂ ਕੋਲ ਜਾ ਰਿਹਾ ਹੈ, ਫਿਰ ਕੌਮ ਵਿਗੜਦੀ ਹੈ। ਇਸ ਕਰਕੇ ਜੋ ਆਪਾਂ ਇੱਥੇ ਕੰਮ ਕਰਦੇ ਹਾਂ, ਇਹ ਸਾਡੇ ਲੀਡਰ ਚੁਣੇ ਹੋਏ ਹਨ, ਇਹਨਾਂ ਦਾ ਕਹਿਣਾ ਮੰਨੀਏ। ਵੱਧ ਤੋਂ ਵੱਧ ਸਾਹਸ ਨੇ ਇਹੋ ਹੀ ਗੱਲ ਹੈ ਕਿ ਆਪਾਂ ਅੰਮ੍ਰਿਤ 'ਤੇ ਪਹਿਰਾ ਦਈਏ, ਲੋਕਾਂ ਨੂੰ ਦੱਸੀਏ ਕਿ ਅਸੀਂ ਅੰਮ੍ਰਿਤਧਾਰੀ ਹਾਂ। ਅੰਮ੍ਰਿਤਧਾਰੀ ਨੂੰ ਇਹ ਕੰਮ ਕਰਨੇ ਚਾਹੀਦੇ ਹਨ, ਜੋ ਬਾਬੇ ਬੈਠੇ ਹਨ ਉਹਨਾਂ ਨੂੰ ਪਿੰਡਾਂ 'ਚ ਭਜਾਈਏ, ਮਾੜੇ ਕੰਮ ਕਰਦੇ ਹਨ ਉਹਨਾਂ ਨੂੰ ਪਿੰਡਾਂ ਭਜਾਈਏ। ਲੀਡਰਸ਼ਿਪ ਨੂੰ ਆਪਾਂ ਤਾਨੇ ਦਿੰਦੇ ਹਾਂ, ਪਰ ਲੀਡਰਸ਼ਿਪ ਆਪੇ ਬਣਾਉਣ ਵਾਲੇ ਹਾਂ, ਇਹ ਕੰਮ ਆਪਾਂ ਨੂੰ ਕਰਨੇ ਚਾਹੀਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦਾਸ ਨਰਿੰਦਰ ਸਿੰਘ, ਪਿੰਡ ਰਾਏਪੁਰ, ਤਹਿਸੀਲ ਰਾਜਪੁਰਾ, ਇਹ ਪਿੰਡ ਆਪਣਾ ਅੰਬਾਲੇ ਦੇ ਬਾਰਡਰ 'ਤੇ ਹੈ। ਬਾਕੀ ਮੈਂ ਤਾਂ ਸਿਰਫ ਦੋ ਹੀ ਬੇਨਤੀਆਂ ਕਰ ਰਹੀਆਂ ਹਨ। ਬਾਕੀ ਜੋ ਆਪਣੇ ਪਾਰਟੀ ਦੇ ਸਿਧਾਂਤ ਹਨ ਉਹਨਾਂ ਬਾਰੇ ਸਾਰੇ ਜਾਣੂ ਹਨ, ਸਭ ਨੇ ਦੱਸ ਦਿੱਤਾ ਹੈ। ਆਪਾਂ ਨੂੰ ਲੀਡਰਸ਼ਿਪ ਅਜਿਹੀ ਚਾਹੀਦੀ ਹੈ, ਸਭ ਤੋਂ ਵੱਡਾ ਗੁਣ ਉਹਦੇ ਵਿੱਚ ਇਹ ਚਾਹੀਦਾ ਕਿ ਲੀਡਰਾਂ ਦੇ ਵਿੱਚ ਜੇ ਇੱਕ ਬੰਦੇ ਦੀ ਥੋੜ੍ਹੀ ਜਿਹੀ ਜ਼ਿਆਦਾ ਚੜ੍ਹਾਈ ਹੋ ਜਾਵੇ, ਦੂਜਿਆਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਆਪਾਂ ਪਿੱਛੇ ਰਹਿ ਗਏ। ਆਪਾਂ ਉਹਨਾਂ ਦੀ ਰੀਸ ਕਰਕੇ ਉਹਨਾਂ ਦੇ ਵਰਗੇ ਬਣੋ, ਨਾ ਕਿ ਕਿਸੇ ਨਾਲ ਥੋੜ੍ਹੀ ਥੋੜ੍ਹੀ ਗੱਲਾਂ ਪਿੱਛੇ ਮਤਲਬ ਤਕਰਾਰ ਨਹੀਂ ਹੋਣਾ ਚਾਹੀਦਾ। ਇਹ ਲੀਡਰਸ਼ਿਪ ਦੇ ਸਭ ਤੋਂ ਵੱਡੇ ਗੁਣ ਹਨ। ਦੂਜੀ ਬੇਨਤੀ ਮੈਂ ਕਰਨਾ ਚਾਹੁੰਦਾ ਹਾਂ, ਆਪਣੀ ਪਾਰਟੀ ਦੇ ਵਿੱਚ ਸਿਰਫ ਤੋਂ ਸਿਰਫ ਆਪਾਂ ਨੇ ਇੱਕ ਚੁਕੰਨੇ ਰਹਿਣਾ ਹੈ ਕਿ RSS ਦੇ ਬੰਦੇ ਸ਼ਾਮਲ ਨਾ ਹੋਣ, ਉਹਨਾਂ ਦਾ ਧਿਆਨ ਰੱਖਣਾ ਹੈ। ਕਿਉਂਕਿ ਜੇਕਰ ਦੋ ਚਾਰ ਬੰਦੇ ਅਜੇ ਵੜ ਜਾਣ, ਉਹੀ ਪਿੱਛੇ ਅਕਾਲੀਆਂ ਵਾਲਾ ਅਤੇ ਦੂਜਿਆਂ ਦਾ ਹਾਲ ਹੋ ਜਾਣਾ ਹੈ। ਫਿਰ ਜੋ ਆਪਣਾ ਅਸਲੀ ਮਨੋਰਥ ਹੈ, ਸਭ ਤੋਂ ਪਹਿਲਾਂ ਆਪ ਨੂੰ ਪਤਾ ਹੀ ਹੈ ਕਿ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣਾ, ਉਸ ਤੋਂ ਬਾਅਦ ਫਿਰ ਆਪਾਂ ਨੇ ਜਿੰਨੀ ਵੀ ਆਪਣੀ ਤਾਕਤ ਹੋਵੇਗੀ ਉਹਦੇ ਅਨੁਸਾਰ, ਕਿਉਂਕਿ ਰਾਜਸਥਾਨ ਤੋਂ ਬਿਨਾਂ ਵੀ ਆਪਣੇ ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਜੋ ਆਪਣੇ ਯੂਨਾਈਟਿਡ ਸਿੱਖ ਪਾਰਟੀ ਦੇ ਅਸੂਲ ਹਨ, ਉਹਨਾਂ ਤੋਂ ਬਗੈਰ ਜੋ ਹੋਰ ਵੀ ਬਹੁਤ ਸਾਰੇ ਕੰਮ ਹਨ, ਮਨੁੱਖਤਾ ਦੀ ਸੇਵਾ ਅਤੇ ਭਲਾ ਕਰਨਾ ਹੈ ਗੁਰਮਤ ਦੇ ਅਨੁਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦਾ ਖਾਲਸਾ, ਸ੍ਰੀ ਵਾਹਿਗੁਰੂ ਜੀ ਦੀ ਫਤਿਹ। ਦਾਸ ਪਰਵਿੰਦਰ ਸਿੰਘ ਲਾਡੀ ਭਗੜਾਣੀ ਤੋਂ। ਮੈਂ ਤਾਂ ਬਸ ਇੱਕ ਗੱਲ ਕਹਿਣਾ ਚਾਹੁੰਦਾ ਵੀ ਜਿਹੜੀ ਆਪਣੀ ਸ਼੍ਰੋਮਣੀ ਕਮੇਟੀ ਸੰਸਥਾ ਵਾ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਯਾਦ ਕਰਵਾਈਏ। ਜਦੋਂ ਤੱਕ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਯਾਦ ਕਰਾ ਸਕਦੇ, ਉਦੋਂ ਤੱਕ ਆਪਾਂ ਕੁਛ ਨਹੀਂ ਕਰ ਸਕਦੇ। ਬਾਕੀ ਗੱਲ ਵੀਰ ਮਾਤਾ ਇਹ ਹੈ ਵੀ ਆਪਣੇ ਨਿਸ਼ਾਨੇ ਦੇ ਇਕੱਠੇ ਹੋ ਸਾਰੇ ਖਾਲਿਸਤਾਨ ਦੀ ਪ੍ਰਾਪਤੀ ਕਰੋ ਵੱਧ ਤੋਂ ਵੱਧ। ਜਦੋਂ ਤੱਕ ਅਸੀਂ ਆਪਣਾ ਘਰ ਨਹੀਂ ਲੈ ਕੇ ਆ ਸਕਦੇ ਖਾਲਿਸਤਾਨ, ਉਦੋਂ ਤੱਕ ਤੁਹਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਦੇਖੋ, ਹਿੰਦੂਆਂ ਨੂੰ ਹਿੰਦੂ ਦੇਸ਼ ਮਿਲ ਗਿਆ, ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ, ਸਿੱਖ ਵਿਚਾਰੇ ਇੱਦਾਂ ਹੀ ਰਹਿ ਗਏ ਸੰਘਰਸ਼ ਕਰਦੇ। ਸਾਡੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ 20-25 ਸਾਲ ਹੋ ਗਏ, ਉਹ ਹਾਲੇ ਤੱਕ ਰਿਹਾਈ ਨਹੀਂ ਹੋਏ। ਅਤੇ ਮੈਂ ਤਾਂ ਬਾਕੀ ਇਹ ਕਹਿੰਦਾ ਭਾਈ ਯੂਨਾਈਟਿਡ ਸਿੱਖ ਪਾਰਟੀ ਦੇ ਜਸਵਿੰਦਰ ਸਿੰਘ ਰਾਜਪੁਰਾ, ਉਹਨਾਂ ਦਾ ਵੱਧ ਚੜ੍ਹ ਕੇ ਸਹਿਯੋਗ ਦਿਓ। ਉਹ ਕੌਮ ਦੇ ਮਸਲੇ ਬਹੁਤ ਚੁੱਕਦੇ ਹਨ, ਅਤੇ ਉਹਨਾਂ ਦਾ ਵਿਚਾਰਾਂ ਦਾ ਵੱਧ ਚੜ੍ਹ ਕੇ ਸਹਿਯੋਗ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਲੀਡਰ ਸਾਹਿਬਾਨ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਰਜਿੰਦਰ ਸਿੰਘ, ਗੁਰੂ ਤੇਗ ਬਹਾਦਰ ਨਗਰ ਖੜਤ। ਸਾਧ ਸੰਗਤ ਜੀ, ਜਿਵੇਂ ਪੁੱਛਿਆ ਜਾ ਰਿਹਾ ਕਿ ਲੀਡਰਸ਼ਿਪ ਕੈਸੀ ਹੋਵੇ, ਖਾਸ ਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਬੰਧ ਵਿੱਚ ਜੇ ਦੇਖੀਏ ਤਾਂ ਸਾਡੇ ਕੋਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ ਹੈ, ਜਿਹਦੇ ਨਾਲ ਲੱਗ ਕੇ, ਜਿਹਦੇ ਦੁਆਲੇ ਘੁੰਮ ਕੇ ਅਸੀਂ ਦੁਨੀਆਂ ਭਰ ਦੇ ਹਰੇਕ ਕੁਐਸਚਨ ਦਾ ਜਵਾਬ ਸਹੀ ਦੇ ਸਕਦੇ ਹਾਂ, ਔਰ ਉਸ ਨੂੰ ਕੋਈ ਵੀ ਝੂਠਾ ਲਾ ਨਹੀਂ ਸਕਦਾ। ਸਾਡੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਦੇ ਵਿਚਾਰਾਂ ਨਾਲ ਟੈਲੀ ਕਰਦੀ ਹੋਵੇ, ਪੱਖ ਭਾਵੇਂ ਸਾਡਾ ਧਾਰਮਿਕ ਹੋਵੇ, ਸਮਾਜਿਕ ਹੋਵੇ, ਰਾਜਨੀਤਿਕ ਹੋਵੇ, ਲੇਕਿਨ ਅਸੀਂ ਆਪਣੇ ਜਿਹਨ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਵਸਾ ਕੇ ਰੱਖਣੀ ਹੈ। ਦੂਸਰਾ, ਕਿ ਅੱਜ ਦੇ ਜੋ ਕਰੰਟ ਅਫੇਅਰ ਨੇ ਉਹ ਲੀਡਰ ਐਸਾ ਹੋਵੇ ਕਿ ਅੱਜ ਦੇ ਜੋ ਕਰੰਟ ਅਫੇਅਰ ਨੇ ਉਹਦੇ ਬਾਰੇ ਜਾਣਕਾਰੀ ਰੱਖਦਾ ਹੋਵੇ।
ਅਗਰ ਕੋਈ ਉਹਨਾਂ ਦੇ ਸੰਬੰਧ ਵਿੱਚ ਕੋਈ ਸਵਾਲ ਪੁੱਛਦਾ ਹੋਵੇ ਤਾਂ ਬਜਾਏ ਇੱਧਰ ਉੱਧਰ ਦੀਆਂ ਮਾਰਨ ਨਾਲੋਂ ਇਹ ਆਪਣੇ ਦਿਮਾਗ ਵਿੱਚ ਰੱਖੇ ਕਿ ਜੋ ਮੈਂ ਜਵਾਬ ਦੇ ਰਿਹਾ ਹਾਂ ਕਿਆ ਇਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਟੈਲੀ ਕਰਦਾ। ਸਾਧ ਸੰਗਤ ਜੀ, ਅੱਜ ਅਸੀਂ ਇਹ ਪੜ੍ਹਦੇ ਸੁਣਦੇ ਹਾਂ ਕਿ ਜਦੋਂ ਸਾਰੀ ਦੁਨੀਆਂ ਸਿਆਣੀ ਹੋ ਗਈ ਤਾਂ ਇੱਕ ਪੰਥ ਤੇ ਇੱਕ ਗੁਰੂ ਗ੍ਰੰਥ ਸਾਹਿਬ ਇਹੀ ਦੁਨੀਆਂ ਤੇ ਹੋਏਗਾ। ਜਦੋਂ ਇਹ ਹੋਏਗਾ ਤਾਂ ਕੋਈ ਵੀ ਐਸਾ ਪੱਖ ਨਹੀਂ ਸਾਡੇ ਜੀਵਨ ਦਾ ਜਿਸ ਨੂੰ ਅਸੀਂ ਆਸਾਨੀ ਨਾਲ ਹੱਲ ਨਹੀਂ ਕਰ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀ ਸੰਗਤ ਜੀ ਨੂੰ ਬੇਨਤੀ ਕਰਾਂਗਾ ਕਿ ਪਿਛਲੇ ਹਫ਼ਤੇ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇੱਕ ਹੁਕਮਚੰਦ ਰਾਜਪਾਲ ਨਾਂ ਦੇ ਇੱਕ ਸ਼ਖਸ ਨੇ, ਪ੍ਰੋਫੈਸਰ ਨੇ ਚੈਲੰਜ ਦਿੱਤਾ ਹੈ ਕਿ 2 ਸਾਲ ਬਾਅਦ ਦੱਸਾਂਗੇ ਤੁਹਾਨੂੰ ਕਿ ਪੰਜਾਬੀ ਕੀ ਚੀਜ਼ ਹੁੰਦੀ ਹੈ। ਸੋ ਸਾਨੂੰ ਉਸ ਚੀਜ਼ ਵਾਸਤੇ ਹੁਣੇ ਤੋਂ ਚੁਕੰਨੇ ਹੋ ਜਾਣਾ ਚਾਹੀਦਾ ਹੈ ਕਿ ਇਹਦਾ ਮਤਲਬ ਸਾਫ਼ ਜ਼ਾਹਰ ਹੈ ਕਿ 2 ਸਾਲ ਬਾਅਦ ਬਾਦਲਾਂ ਨੇ ਆਉਣਾ ਹੈ ਅਤੇ ਉਹਨਾਂ ਨੇ ਆ ਕੇ ਪੰਜਾਬ ਐਜੂਕੇਸ਼ਨ ਬੋਰਡ ਦੇ ਵਿੱਚੋਂ ਪੰਜਾਬੀ ਨੂੰ ਹਟਾ ਕੇ ਅਤੇ ਹਿੰਦੀ ਮੀਡੀਅਮ ਜੋ ਹੈ ਜਾਰੀ ਕਰਨਾ ਹੈ ਅਤੇ ਨਾਲ ਹੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸਰੂਪ ਨੇ ਉਹ ਵੀ ਹਿੰਦੀ 'ਚ ਛਪਾਉਣੇ ਹਨ। ਸੋ ਸਾਨੂੰ ਇਸ ਗੱਲ ਤੋਂ ਹੁਣੇ ਤੋਂ ਵੀ ਚੁਕੰਨੇ ਹੋਣਾ ਚਾਹੀਦਾ ਹੈ ਕਿ ਉਹਦਾ ਜੋ ਚੈਲੰਜ ਹੈ ਅਸੀਂ ਉਸਨੂੰ ਆਪਣੇ ਆਪ ਅੱਗੇ ਹੋ ਕੇ ਇਸ ਨੂੰ ਆਪਣੀ ਕਬੂਲ ਕਰੀਏ ਅਤੇ ਉਹਦਾ ਜਵਾਬ ਦਈਏ 2 ਸਾਲ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਪਿੰਡ ਸਿੰਗਰਪੁਰ ਹੈ ਜੀ, ਬੈਰੀਅਲ ਦੇ ਨਾਲ ਹੀ ਹੈ, ਭਾਈ ਨਰਿੰਦਰ ਸਿੰਘ ਜੀ ਦੇ ਨਾਲ ਹੀ। ਅਤੇ ਮੈਂ ਇੱਕ ਵਿਚਾਰ ਆਪ ਸਮੂਹ ਸਾਧ ਸੰਗਤ ਦੇ ਅੱਗੇ ਰੱਖਦਾ ਹਾਂ ਕਿ ਜੋ ਕਿ ਵੈਰ ਵਿਰੋਧ ਦਾ ਪ੍ਰਚਾਰ ਚੱਲਦਾ ਹੈ, ਜਾਤ ਪਾਤ ਦਾ ਪ੍ਰਚਾਰ ਚੱਲਦਾ ਹੈ, ਇਸ ਨੂੰ ਖਤਮ ਕਰਨ ਵਾਸਤੇ ਸਾਰੇ ਮੇਰੇ ਵੀਰ ਸਿੱਖ ਇਕੱਠੇ ਹੋ ਕੇ ਅਤੇ ਇੱਕ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਵਨ ਪਵਿੱਤਰ ਸਰੂਪ ਨੂੰ ਉੱਚਾ ਰੱਖਣਾ ਹੈ ਅਤੇ ਇਹਨਾਂ ਵਿਰੋਧਾਂ ਨੂੰ ਖਤਮ ਕਰਨਾ ਹੈ। ਇਹਨੀ ਹੀ ਗੱਲ ਕਹਿੰਦੇ ਹਾਂ, ਬੇਨਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਵਾਸੀ ਪਿੰਡ ਨਿਆ ਸ਼ਹਿਰ ਬਡਾਲੇ ਤੋਂ। ਦਾਸ ਨੇ ਸਭ ਤੋਂ ਬਹੁਤ ਚਿਰ ਪਹਿਲਾਂ ਇੱਕ ਵਿਚਾਰਧਾਰਾ ਸੁਣੀ ਸੀ ਕਿ ਜਿਹੜੀ ਆਪਾਂ ਆਪਣੇ ਅੰਦਰੋਂ ਰਾਜ ਕਰਨ ਦੀਆਂ ਭਾਵਨਾਵਾਂ ਖਤਮ ਕਰ ਦਿੰਦੀਆਂ ਨੇ, ਜਿਹੜੀਆਂ ਕੌਮਾਂ ਆਪਣੇ ਅੰਦਰੋਂ ਆਪਣੀ ਮਾਂ ਬੋਲੀ ਨੂੰ ਵਿਸਾਰ ਦਿੰਦੀਆਂ ਨੇ, ਜਿਹੜੀਆਂ ਕੌਮਾਂ ਆਪਣੇ ਅੰਦਰੋਂ ਆਪਣੇ ਇਤਿਹਾਸ ਨੂੰ ਭੁਲਾ ਦਿੰਦੀਆਂ ਨੇ, ਉਹ ਕੌਮਾਂ ਦਾ ਖਾਤਮਾ ਦੁਨੀਆ ਉੱਤੇ ਹੋ ਜਾਂਦਾ ਹੈ। ਸੋ ਇਹ ਗੱਲਾਂ ਨੂੰ ਮੁੱਖ ਰੱਖਣ ਦੇ ਵਿੱਚ ਸਿਰਫ 2 ਜਥੇਬੰਦੀਆਂ ਅਹਿਮ ਰੋਲ ਨਿਭਾ ਸਕਦੀਆਂ ਨੇ, ਇੱਕ ਤਾਂ ਸਾਡੇ ਪਾਠੀ ਸਿੰਘ ਸਾਹਿਬਾਨ ਅਤੇ ਦੂਜਾ ਸਾਡੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ। ਕਿਉਂਕਿ ਅੱਜ ਦੇ ਸਮੇਂ ਵਿੱਚ ਜੇ ਅਸੀਂ ਦੇਖੀਏ ਜਿੰਨੇ ਵੀ ਸਾਡੇ ਪਾਠੀ ਸਿੰਘ ਸਾਹਿਬਾਨ ਨੇ ਉਹਨਾਂ ਦੇ ਵਿੱਚੋਂ 95% ਪਾਠੀ ਸਿੰਘਾਂ ਨੂੰ ਨਾ ਤਾਂ ਸਾਡੇ ਇਤਿਹਾਸ ਬਾਰੇ ਪਤਾ ਅਤੇ ਨਾ ਹੀ ਉਹਨਾਂ ਦੇ ਅੰਦਰ ਰਾਜ ਕਰਨ ਦੀ ਭਾਵਨਾ, ਅਤੇ ਇਹੀ ਹਾਲ ਸਾਡੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦਾ, ਅਤੇ ਨਾ ਹੀ ਉਹਨਾਂ ਦੇ ਅੰਦਰ ਰਾਜ ਕਰਨ ਦੀ ਭਾਵਨਾ ਵਾ ਅਤੇ ਨਾ ਹੀ ਉਹ ਆਪਣੇ ਇਤਿਹਾਸ ਤੋਂ ਜਾਣੂ ਨੇ। ਮੈਂ ਇੱਕ ਛੋਟੀ ਜਿਹੀ ਗੱਲ ਰੱਖਣੀ ਚਾਹੁੰਦਾ ਹਾਂ। ਮੇਰੇ ਦੋਸਤ ਨੇ ਕੁਲਵੰਤ ਸਿੰਘ ਬਡਾਲੇ ਤੋਂ,
ਉਹ ਪਿੰਡ ਧਨਾਸ ਡਿਊਟੀ ਕਰਦੇ ਸੀ ਪਾਠੀ ਸਿੰਘ ਦੀ, ਅਤੇ ਐਤਵਾਰ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਇਕੱਠੀ ਹੁੰਦੀ ਹੈ ਅਤੇ ਉਹਨਾਂ ਨੂੰ ਕਹਿੰਦੀ ਹੈ ਕਿ ਗਿਆਨੀ ਜੀ ਤੁਸੀਂ ਸਵੇਰ ਦਾ ਪੰਜਾਂ ਬਾਣੀਆਂ ਦਾ ਨਿਤਨੇਮ ਨਹੀਂ ਕਰਨਾ। ਤਾਂ ਉਹਨਾਂ ਨੇ ਕਾਰਨ ਪੁੱਛਿਆ ਵੀ ਕਿਉਂ ਨਹੀਂ ਕਰਨਾ, ਤਾਂ ਉਹ ਕਹਿੰਦੇ ਨੇ ਕਿ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ, ਜੇ ਤੁਸੀਂ ਪੰਜਾਂ ਬਾਣੀਆਂ ਦਾ ਨਿਤਨੇਮ ਕੀਤਾ ਤਾਂ ਉਸ ਦੇ ਨਾਲ ਸਮਾਂ ਕਾਫੀ ਹੋ ਜਾਵੇਗਾ ਅਤੇ ਸਾਡੇ ਕੋਲ ਇੰਨਾ ਸਮਾਂ ਹੈ ਨਹੀਂ। ਅਤੇ ਗਿਆਨੀ ਕੁਲਵੰਤ ਸਿੰਘ ਜੀ ਨੇ ਕਿਹਾ ਵੀ ਇਹ ਤਾਂ ਗੁਰੂ ਮਹਾਰਾਜ ਦੀ ਮਰਿਆਦਾ ਵੀ ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ ਤਾਂ ਬਹੁਤ ਜ਼ਰੂਰੀ ਹੈ। ਅਤੇ ਜੋ ਕਮੇਟੀ ਨੇ ਜਵਾਬ ਦਿੱਤਾ, ਕਮੇਟੀ ਕਹਿੰਦੀ ਸਮੇਂ ਗੁਰੂ ਮਹਾਰਾਜ ਕੀ ਮਰਿਆਦਾ ਨਾ ਚੱਲੋ, ਇੱਥੇ ਤੋਂ ਮਾਰੀ ਮਰਿਆਦਾ ਚੱਲੇਗੀ। ਸੋ ਅਜਿਹੀਆਂ ਕਮੇਟੀਆਂ ਨੂੰ ਜਿਹੜੀਆਂ ਗੁਰੂ ਘਰ ਉੱਤੇ ਕਾਬਜ ਨੇ ਇਹਨਾਂ ਨੂੰ ਉਤਾਰ ਦੇਣਾ ਚਾਹੀਦਾ ਹੈ। ਇੱਕ ਹੋਰ ਬੇਨਤੀ ਕਰਦਾ ਹਾਂ, ਜਿਸ ਗੁਰਦੁਆਰਾ ਸਾਹਿਬ ਦੀ ਅਸੀਂ ਬੇਸਮੈਂਟ ਵਿੱਚ ਬੈਠੇ ਹਾਂ, ਇਸ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਵੀ ਪੂਰਨ ਗੁਰਸਿੱਖ ਨਹੀਂ ਹੈ। ਭਾਵੇਂ ਤੁਸੀਂ ਦੇਖ ਲਿਓ, ਜੋ ਇੱਥੇ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਆ ਉਸਦੇ ਵਿੱਚ ਦਾੜੀ ਕੱਟੇ ਹੋਏ ਨੇ ਅਤੇ ਇੱਕ ਦੋ ਡਰਿੰਕ ਵੀ ਕਰਦੇ ਨੇ। ਸੋ ਜਦੋਂ ਤੱਕ ਅਸੀਂ ਗੱਲ ਕਰਦੇ ਹਾਂ ਵੀ ਸ਼੍ਰੋਮਣੀ ਕਮੇਟੀ ਆਜ਼ਾਦ ਕਰਵਾਉਣੀ, ਸਭ ਤੋਂ ਪਹਿਲਾਂ ਅਸੀਂ ਇਹ ਛੋਟੀ ਛੋਟੀ ਜਥੇਬੰਦੀਆਂ ਆਪਣੇ ਗੁਰੂ ਘਰ ਆਜ਼ਾਦ ਕਰਵਾਈਏ। ਜਦੋਂ ਗੁਰੂ ਘਰ ਵਿੱਚ ਸਾਡੇ ਪਾਠੀ ਸਿੰਘ ਸਾਹਿਬਾਨ ਹੋਣਗੇ, ਜਿਨ੍ਹਾਂ ਦੇ ਅੰਦਰ ਰਾਜ ਕਰਨ ਦੀ ਭਾਵਨਾ ਆਪਣੇ ਇਤਿਹਾਸ ਤੋਂ ਜਾਣੂ ਹੋਣਗੇ, ਜਿਹੜੀ ਇਹ ਕਮੇਟੀਆਂ ਹੋਣਗੀਆਂ, ਤਾਂ ਹੀ ਅਸੀਂ ਅੱਗੇ ਵਧਾਂਗੇ, ਤਾਂ ਹੀ ਅਸੀਂ ਸ਼੍ਰੋਮਣੀ ਕਮੇਟੀ ਤੱਕ ਪਹੁੰਚ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੀ ਵੀਰਾਂ ਨੇ ਬਹੁਤ ਵਧੀਆ ਆਪਣੇ ਆਪਣੇ ਵਿਚਾਰ ਰੱਖੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਾਂ ਜੋ ਯੂਨਾਈਟਿਡ ਸਿੱਖ ਪਾਰਟੀ ਦੇ ਕੌਮੀ ਪੰਚ ਹਨ ਭਾਈ ਕੁਲਵੰਤ ਸਿੰਘ ਜੀ ਮੋਗਾ, ਉਹ ਆਪਣੇ ਵਿਚਾਰ ਪੇਸ਼ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਰੇ ਹੀ ਸਿੰਘਾਂ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਆ। ਸਭ ਤੋਂ ਪਹਿਲਾਂ ਤਾਂ ਆਪਾਂ ਇਹ ਉਮੀਦ ਕਰਦੇ ਹਾਂ ਵੀ ਸਾਨੂੰ ਵਧੀਆ ਲੀਡਰਸ਼ਿਪ ਮਿਲੇ। ਭਾਈ ਸਾਹਿਬ ਜੀ, ਆਪਣਾ ਮੇਨ ਮਕਸਦ ਹੀ ਇਹ ਆ, ਇਹ ਵਰਕਸ਼ਾਪ ਹੈ, ਜਿੰਨੇ ਤੁਸੀਂ ਬੈਠੇ ਹੋ ਤੁਸੀਂ ਖੁਦ ਲੀਡਰ ਹੋ, ਤੁਹਾਨੂੰ ਲੀਡਰਸ਼ਿਪ ਵਾਸਤੇ ਤਿਆਰ ਕੀਤਾ ਜਾ ਰਿਹਾ। ਤੁਸੀਂ ਕਿਸੇ ਤੋਂ ਕੀ ਉਮੀਦ ਰੱਖਦੇ ਹਾਂ, ਤੁਸੀਂ ਆਪ ਖੁਦ ਲੀਡਰ ਬਣੋ। ਤੁਸੀਂ ਆਪਣੇ ਜਵਾਨ ਬੱਚੇ ਬੱਚੀਆਂ ਨੂੰ ਲਿਆ ਕੇ ਫੀਲਡ ਦੇ ਵਿੱਚ ਲੀਡਰਸ਼ਿਪ ਵਾਸਤੇ ਤਿਆਰ ਕਰੋ, ਤਾਂ ਕਿ ਆਪਾਂ ਜਿਹੜੇ ਆਪਣਾ ਤਹੀਆ ਕੀਤਾ ਹੋਇਆ ਹੈ ਕੌਮ ਨੂੰ ਆਜ਼ਾਦ ਕਰਵਾਉਣਾ, ਗੁਰਦੁਆਰਿਆਂ ਦੇ ਪ੍ਰਬੰਧ ਆਜ਼ਾਦ ਕਰਵਾਉਣੇ, ਅਕਾਲ ਤਖ਼ਤ ਸਾਹਿਬ ਨੂੰ ਆਜ਼ਾਦ ਕਰਵਾਉਣਾ, ਇਹ ਸੱਚੀ ਲੀਡਰਸ਼ਿਪ, ਨੌਜਵਾਨ ਲੀਡਰਸ਼ਿਪ ਇਹਨੂੰ ਆਜ਼ਾਦ ਕਰਵਾ ਸਕਦੀ ਹੈ। ਇਹ ਵਰਕਸ਼ਾਪ ਦਾ ਮਤਲਬ ਇਹੀ ਹੈ ਵੀ ਆਪਾਂ ਇੰਨੇ ਅਵੇਅਰ ਹੋ ਜਾਈਏ, ਇੰਨੇ ਸੁਚੇਤ ਹੋ ਜਾਈਏ ਵੀ ਆਪਾਂ ਆਪਣੇ ਆਪ ਨੂੰ ਲੀਡਰ ਬਣਾਉਣਾ, ਕਿਸੇ ਦੇ ਵਿੱਚੋਂ ਲੀਡਰ ਨਹੀਂ ਲੱਭਣਾ। ਕਿਸੇ ਦੇ ਵਿੱਚੋਂ ਲੀਡਰ ਲੱਭਣ ਦੀ ਬਜਾਏ ਖੁਦ ਨੂੰ ਲੀਡਰਸ਼ਿਪ ਵਾਸਤੇ ਤਿਆਰ ਕਰੋ। ਇਹ ਵਰਕਸ਼ਾਪਾਂ ਦਾ ਮਤਲਬ ਹੀ ਇਹ ਆ, ਆਪਾਂ ਵਧੀਆ ਵਧੀਆ ਫਿਲਾਸਫਰ, ਗਿਆਨੀ ਅਤੇ ਅੱਗੇ ਹੋਰ ਸਮੇਂ ਦੇ ਵਿੱਚ ਜਿਹੜੇ ਚੰਗੇ ਬੁਲਾਰੇ ਆ ਕੌਮ ਦੇ, ਉਹਨਾਂ ਤੋਂ ਕੁਛ ਸਿੱਖਾਂਗੇ। ਆਪਾਂ ਇੱਥੇ ਸਿੱਖਣ ਵਾਸਤੇ ਆਉਣੇ ਹਾਂ ਅਤੇ ਲੀਡਰਸ਼ਿਪ, ਆਪਾਂ ਕੌਮ ਦਾ ਪ੍ਰਬੰਧ ਸੰਭਾਲ ਸਕੀਏ,
ਖੁਦ ਲੀਡਰ ਬਣ ਸਕੀਏ। ਸੋ ਇਹ ਬੇਨਤੀਆਂ ਵੀ ਆਪਾਂ ਕਿਸੇ ਦੇ ਵਿੱਚੋਂ ਲੀਡਰ ਨਹੀਂ ਦੇਖਣਾ, ਆਪਾਂ ਖੁਦ ਲੀਡਰ ਬਣਨਾ। ਕੌਮ ਦੀ ਵਾਂਗਡੋਰ ਜਿਹੜੀ ਆ ਉਹ ਆਪਣੇ ਬੱਚੇ ਬੱਚੀਆਂ ਨੇ ਸੰਭਾਲਣੀ ਹੈ। ਬੀਬੀਆਂ ਨੂੰ ਵੀ ਤਿਆਰ ਕਰੋ ਇਹਦੇ ਵਾਸਤੇ, ਨੌਜਵਾਨਾਂ ਨੂੰ ਤਿਆਰ ਕਰੋ, ਅਵੇਅਰ ਹੋ ਜਾਓ, ਆਪਣੇ ਆਪਣੇ ਇਲਾਕੇ ਦੇ ਵਿੱਚ ਤੁਸੀਂ ਵਾਂਗਡੋਰ ਸੰਭਾਲ ਲਓ ਸਾਰੇ, ਅਤੇ ਉੱਥੋਂ ਨੌਜਵਾਨਾਂ ਨੂੰ ਤਿਆਰ ਕਰੋ, ਕਾਫਲੇ ਬਣਾ ਲਓ। ਜਦੋਂ ਫਿਰ ਪਕੜ ਮਜ਼ਬੂਤ ਹੋ ਜਾਵੇਗੀ, ਜਦੋਂ ਪਕੜ ਮਜ਼ਬੂਤ ਹੋ ਗਈ ਤਾਂ ਕਿਸੇ ਵੀ ਕੰਮ ਨੂੰ ਕਰਨਾ ਬਹੁਤ ਸੌਖਾ ਹੁੰਦਾ। ਇਹ ਤਾਂ ਇੱਕ ਲੀਡਰਸ਼ਿਪ, ਖੁਦ ਲੀਡਰਸ਼ਿਪ ਤਿਆਰ ਹੋ ਰਹੀ ਹੈ, ਇਹਦਾ ਆਪਣਾ ਮਕਸਦ ਹੀ ਲੀਡਰਸ਼ਿਪ ਤਿਆਰ ਕਰਨਾ ਵਾ। ਆਪਣੇ ਆਪ ਦੇ ਵਿੱਚੋਂ ਲੀਡਰ ਤਿਆਰ ਕਰੋ, ਆਪਣੇ ਨੌਜਵਾਨ ਬੱਚੇ ਬੱਚੀਆਂ ਨੂੰ ਲੈ ਕੇ ਆਓ, ਉਹਨਾਂ ਨੂੰ ਲੀਡਰ ਬਣਾਓ। ਪੜ੍ਹੇ ਲਿਖੇ ਨੌਜਵਾਨ ਜਦੋਂ ਸਾਹਮਣੇ ਆਉਣਗੇ, ਕੌਮ ਦੀ ਵਾਗਡੋਰ ਸੰਭਾਲਣਗੇ, ਤਾਂ ਆਪਾਂ ਨੂੰ ਸਾਰੇ ਕੰਮ ਸੌਖੇ ਹੋ ਜਾਣਗੇ। ਸੋ ਆਪਾਂ ਖੁਦ ਦਾ ਜਿਹੜਾ ਕੌਨਫੀਡੈਂਸ ਹੈ, ਸੈਲਫ ਕੌਨਫੀਡੈਂਸ ਇੰਨਾ ਬਿਲਡ ਕਰ ਲਈਏ, ਆਪਾਂ ਕਿਸੇ ਦੀ ਦੁਸ਼ਮਣ ਦੀ ਹਰ ਗੱਲ ਦਾ ਜਵਾਬ ਦੇ ਸਕੀਏ। ਆਪਣੇ ਕੋਲ ਹਰ ਗੱਲ ਦਾ ਜਵਾਬ ਹੋਣਾ ਚਾਹੀਦਾ, ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ, ਗੁਰਬਾਣੀ ਬਾਰੇ ਪਤਾ ਹੋਣਾ ਚਾਹੀਦਾ, ਕਿਸੇ ਦੀ ਵੀ ਗੱਲ ਦਾ ਆਪਾਂ ਜਵਾਬ ਦੇ ਸਕੀਏ। ਜਿਵੇਂ ਅੱਜ ਕੱਲ੍ਹ ਪੰਜਾਬੀ ਦੇ ਬਾਰੇ ਗੱਲ ਚੱਲਦੀ ਆ, ਲੀਡਰਸ਼ਿਪ ਦੇ ਵਿੱਚ ਕੀ ਹੁੰਦਾ ਵੀ ਕੋਈ ਬੰਦਾ ਬਾਹਰੋਂ ਆ ਕੇ ਦੁਸ਼ਮਣ ਜਮਾਤ ਦਾ ਬੰਦਾ ਆਪਾਂ ਨੂੰ ਖਰਾਬ ਕਰਦਾ, ਆਪਾਂ ਇੰਨੇ ਅਵੇਅਰ ਹੋਣੇ ਚਾਹੀਦੇ ਆ ਵੀ ਉਹ ਬੰਦਾ ਖੁਦ ਖਰਾਬ ਹੋ ਕੇ ਚਲਾ ਜਾਏ, ਆਪਾਂ ਨੂੰ ਨਾ ਕਰ ਸਕੇ। ਬਸ ਆਪਣਾ ਮਕਸਦ ਕੀ ਆ, ਵਧੀਆ ਲੀਡਰ ਬਣਨਾ। ਸੋ ਅੱਜ ਦੀ ਵਰਕਸ਼ਾਪ ਦਾ ਮਤਲਬ ਇਹੀ ਆ। ਆਪਣੇ ਕੋਲ ਬਹੁਤ ਵਧੀਆ ਵਧੀਆ ਬੁਲਾਰੇ ਆ, ਉਹਨਾਂ ਕੋਲੋਂ ਇਹ ਆਪਾਂ ਸਮਝਾਂਗੇ, ਭਾਈ ਕਰਮਜੀਤ ਸਿੰਘ ਜੀ ਉਹਨਾਂ ਕੋਲੋਂ। ਇਹਨਾਂ ਨੇ ਕੁਝ ਆਪਾਂ ਨੂੰ ਕਿਤਾਬਾਂ ਪੜ੍ਹਨੀਆਂ ਪੈਣ, ਕਲਾਸਾਂ ਲਵਾਉਣੀਆਂ ਪੈਣ, ਜੋ ਵੀ ਕਰਨਾ ਪਵੇ ਆਪਾਂ ਕਰਨਾ, ਅਤੇ ਆਪਾਂ ਖੁਦ ਲੀਡਰ ਹੈ, ਕਿਸੇ ਦੇ ਵਿੱਚੋਂ ਲੀਡਰ ਨਹੀਂ, ਖੁਦ ਲੀਡਰ ਬਣ ਕੇ ਆਪਾਂ ਵਾਗਡੋਰ ਸੰਭਾਲਣੀ ਹੈ। ਸਮਾਂ ਤਾਂ ਜ਼ਰੂਰ ਲੱਗ ਜਾਂਦਾ, ਪਰ ਆਪਣੇ ਜੋ ਟਾਰਗੇਟ ਹੈ ਉਹਨਾਂ ਨੂੰ ਆਪਾਂ ਜ਼ਰੂਰ ਅਚੀਵ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਕੁਲਵੰਤ ਸਿੰਘ ਜੀ ਦਾ। ਸੋ ਮੈਂ ਬੇਨਤੀ ਕਰ ਦੇਵਾਂ ਸਾਰੇ ਵੀਰਾਂ ਨੂੰ ਕਿ ਆਪਣੇ ਆਪਣੇ ਫੋਨ ਜਿਹੜੇ ਉਹ ਬੰਦ ਕਰ ਲਓ, ਬੰਦ ਨਹੀਂ ਕਰਨੇ, ਘੱਟ ਤੋਂ ਘੱਟ ਸਾਇਲੈਂਟ ਉੱਤੇ ਲਾ ਲਓ, ਤਾਂ ਕਿ ਆਪਣੇ ਵਿੱਚ ਕੋਈ ਵੀ ਆਪਾਂ ਨੂੰ ਵਿਚਾਰ ਸੁਣਨ ਲੱਗਿਆਂ ਕੋਈ ਵੀ ਦਿੱਕਤ ਨਾ ਆਵੇ। ਸੋ ਮੈਂ ਬੇਨਤੀ ਕਰਾਂ ਕਿ ਆਪਾਂ ਹੋਰ ਵੀ ਰੈਲੀਆਂ ਦੇ ਵਿੱਚ ਜਾਂਦੇ ਹੋਵਾਂਗੇ, ਪਰ ਇਹ ਜਿਹੜੀ ਆਪਣੀ ਇੱਕ ਵਰਕਸ਼ਾਪ ਆ ਇਹ ਉਹਨਾਂ ਨਾਲੋਂ ਵੱਖਰੀ ਆ। ਅਸੀਂ ਇੱਥੇ ਸੁਣਨ ਹੀ ਨਹੀਂ ਆਏ, ਕੁਝ ਸਿੱਖਣ ਆਏ ਹਾਂ। ਤੁਹਾਨੂੰ ਸਾਰਿਆਂ ਨੂੰ ਵਾਰ ਵਾਰ ਸਵਾਲ ਪੁੱਛੇ ਕਿ ਚੰਗੇ ਲੀਡਰ ਕਿਵੇਂ ਦੇ ਹੋਣੇ ਚਾਹੀਦੇ ਹਨ, ਚੰਗੇ ਲੀਡਰ ਦੇ ਗੁਣ ਕੀ ਹੋਣੇ ਚਾਹੀਦੇ ਹਨ, ਤਾਂ ਕਿ ਸਾਰਿਆਂ ਦੇ ਵਿਚਾਰ ਅਸੀਂ ਸੁਣ ਸਕੀਏ ਅਤੇ ਉਹ ਸਾਰੇ ਗੁਣ ਅਸੀਂ ਆਪਣੇ ਆਪ ਵਿੱਚ ਪੈਦਾ ਕਰ ਸਕੀਏ, ਇੱਕ ਚੰਗੇ ਲੀਡਰ ਅਸੀਂ ਖੁਦ ਬਣ ਸਕੀਏ। ਸੋ ਭਾਈ ਕਰਮਜੀਤ ਸਿੰਘ ਜੀ ਚੰਡੀਗੜ੍ਹ ਤੋਂ ਇਹਨਾਂ ਬੜੀਆਂ ਡੂੰਘਾਈ ਦੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ। ਸੋ ਮੈਂ ਬੇਨਤੀ ਕਰਾਂ ਕਿ ਇਹਨਾਂ ਦੀ ਇੱਕ ਇੱਕ ਗੱਲ ਨੂੰ ਸੁਣਨਾ ਵੀ ਆ, ਇਹਨਾਂ ਤੋਂ ਸਿੱਖਣਾ ਵੀ ਆ, ਅਤੇ ਆਪਣੇ ਦਿਮਾਗ ਦੇ ਵਿੱਚ ਉਸ ਨੂੰ ਉਸ ਚੀਜ਼ ਦਾ ਘਰ ਕਰਾ ਕੇ ਆਪਾਂ ਉਸ ਦੇ ਨਾਲ ਚੱਲਣਾ, ਅਤੇ ਇੱਕ ਵਧੀਆ ਲੀਡਰ ਪੇਸ਼ ਹੋ ਕੇ ਆਪਾਂ ਅੱਗੇ ਆਉਣਾ ਵਾ, ਤਾਂ ਜੋ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਵਾ, ਆਉਣ ਵਾਲੀਆਂ ਨਸਲਾਂ ਵਾ, ਉਹ ਸਾਡੇ ਇੱਕ ਚੰਗੇ ਲੀਡਰ ਦੀ ਹੋਂਦ ਤੋਂ ਅਸੀਂ ਘਾਟੇ ਵਿੱਚ ਨਾ ਜਾ ਸਕੀਏ। ਸੋ ਮੈਂ ਬੇਨਤੀ ਕਰਾਂ ਭਾਈ ਕਰਮਜੀਤ ਸਿੰਘ ਜੀ ਚੰਡੀਗੜ੍ਹ, ਉਹ ਆਪਣੇ ਆ ਕੇ ਵਿਚਾਰ ਪੇਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਨਾਈਟਿਡ ਸਿੱਖ ਪਾਰਟੀ ਦੇ ਸਟੇਜ 'ਤੇ ਬੈਠੇ ਹੋਏ ਆਗੂ ਸਾਹਿਬ ਸਵਰਨ ਸਿੰਘ ਜੀ, ਸਰਦਾਰ ਜਸਵਿੰਦਰਪਾਲ ਸਿੰਘ ਜੀ, ਜਸਵਿੰਦਰ ਸਿੰਘ ਜੀ, ਸਰਦਾਰ ਮਨਦੀਪ ਸਿੰਘ ਪੰਜਾਬ ਯੂਨੀਵਰਸਿਟੀ ਤੋਂ ਆਏ ਹੋਏ ਨੇ ਅੱਜ ਸਪੈਸ਼ਲ ਸਾਡੇ ਵਾਸਤੇ, ਮਤਲਬ ਜੀਓ ਪੋਲੀਟਿਕਸ 'ਤੇ ਕੁਛ ਗੱਲਾਂ ਕਰਨਗੇ, ਸਰਦਾਰ ਜਰਨੈਲ ਸਿੰਘ, ਸਰਦਾਰ ਕੁਲਵੰਤ ਸਿੰਘ ਜੀ, ਅਤੇ ਗੁਰੂ ਰੂਪ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੇਖੋ ਸੰਕਟ ਤਾਂ ਬਹੁਤ ਗਹਿਰਾ, ਇਸ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ, ਅਤੇ ਸਮੱਸਿਆਵਾਂ ਬੇਸ਼ੁਮਾਰ ਹੋ ਗਈਆਂ, ਅਤੇ ਲੀਡਰਸ਼ਿਪ ਦਾ ਸੰਕਟ ਹੈ। ਜਿਵੇਂ ਮਤਲਬ ਅੱਜ ਦਾ ਵਿਸ਼ਾ ਹੈਗਾ ਕਿ ਇਹ ਲੀਡਰਸ਼ਿਪ ਦਾ ਸੰਕਟ ਜਿਹੜਾ ਹੈ, ਇਹਦੇ ਵਿੱਚੋਂ ਅਸੀਂ ਨਿਕਲੀਏ ਕਿਵੇਂ, ਇਹ ਬੜੀ ਵੱਡੀ ਸਮੱਸਿਆ। ਜਿਵੇਂ ਹੁਣ ਸਰਦਾਰ ਕੁਲਵੰਤ ਸਿੰਘ ਹੋਣਾਂ ਨੇ, ਜਿਹੜੇ ਮੈਨੂੰ ਜਰਨੈਲ ਸਿੰਘ ਹੋਣਾਂ ਦੱਸਿਆ ਕਿ ਇੱਕ ਮਾਲਵਾ ਕੇਬਲ ਚਲਾਉਂਦੇ ਆ ਮੋਗੇ ਵਾਲੇ ਪਾਸੇ, ਔਰ ਬਹੁਤ ਲੋਕ ਸੁਣਦੇ ਵੀ ਨੇ ਉਹਨਾਂ ਨੂੰ, ਅਤੇ ਉਹਨਾਂ ਨੇ ਲੀਡਰਸ਼ਿਪ ਦੇ ਉੱਤੇ ਕੁਛ ਬਹੁਤ ਵਧੀਆ ਮਤਲਬ ਨੁਕਤੇ ਖੜੇ ਕੀਤੇ। ਪਰ ਸਭ ਤੋਂ ਵੱਡੀ ਸਮੱਸਿਆ ਮਤਲਬ ਇਹ ਹੈ, ਅਤੇ ਮੈਂ ਸੋਚ ਰਿਹਾ ਸੀ ਕਿ ਇਸ ਸੰਕਟ ਦੇ ਹੱਲ ਲਈ ਰਾਤ ਹੀ ਭਾਅ ਜੀ ਜਸਵਿੰਦਰ ਸਿੰਘ ਹੋਣਾਂ ਨਾਲ ਵਿਚਾਰਾਂ ਹੋਈਆਂ। ਮੈਂ ਕਿਹਾ ਵੀ ਮੈਨੂੰ ਦੋ ਗੱਲਾਂ ਨਜ਼ਰ ਆਉਂਦੀਆਂ ਨੇ, ਇੱਕ ਤਾਂ ਯੂਨਾਈਟਿਡ ਸਿੱਖ ਪਾਰਟੀ ਜਿਹੜੀ ਵਜੂਦ ਵਿੱਚ ਆਈ ਹੈ ਉਹ ਜਥੇਬੰਦਕ ਤੌਰ 'ਤੇ ਆਪਣੇ ਆਪ ਨੂੰ ਮਜ਼ਬੂਤ ਕਰੇ। ਹੁਣ ਜਥੇਬੰਦਕ ਤੌਰ 'ਤੇ ਮਜ਼ਬੂਤ ਕਿਵੇਂ ਹੋਵੇ, ਇੱਕ ਵੱਡਾ ਸਵਾਲ ਸੀ। ਸਭ ਤੋਂ ਪਹਿਲਾਂ ਸਾਡੇ ਆਲਰੇਡੀ ਪੋਲੀਟੀਕਲ ਪਾਰਟੀਆਂ ਚੱਲ ਰਹੀਆਂ ਨੇ, ਇਹ ਪਾਰਟੀ ਵੱਖਰੀ ਕਿਵੇਂ ਹੋਵੇ, ਇਹ ਨਿਵੇਕਲੀ ਕਿਵੇਂ ਹੋਵੇ, ਇਹ ਬਾਹਰ ਲੋਕਾਂ ਨੂੰ ਇੰਝ ਪਤਾ ਲੱਗੇ ਵੀ ਆਹ ਪਾਰਟੀ ਕਿਹੜੀ ਗੱਲ ਕਰਦੀ ਹੈ ਸਿੱਖ ਮਸਲਿਆਂ ਬਾਰੇ, ਇਹਨਾਂ ਨੂੰ ਸੁਣਿਆ ਜਾਵੇ। ਹੋਰ ਕੋਈ ਪਾਰਟੀ ਅਜਿਹੀ ਗੱਲ ਨਹੀਂ ਕਰਦੀ। ਤਾਂ ਮੇਰੀ ਰੀਝ ਹੈ, ਪਿਛਲੀ ਵਾਰੀ ਵੀ ਮੈਂ ਇਹੀ ਗੱਲ ਕਹੀ ਸੀ, ਮੇਰੀ ਇਹ ਤਮੰਨਾ ਹੈ ਕਿ ਯੂਨਾਈਟਿਡ ਸਿੱਖ ਪਾਰਟੀ ਉਸ ਲੈਵਲ 'ਤੇ ਆਵੇ, ਅਤੇ ਕਿਸ ਤਰ੍ਹਾਂ ਹੋਵੇ ਕਿ ਜਿਹੜਾ ਲੀਡਰ ਹੈ ਅਤੇ ਜਿਹੜਾ ਵਰਕਰ ਹੈ ਉਹਦੇ ਵਿੱਚ ਕੋਈ 19-21 ਦਾ ਫਰਕ ਹੋਵੇ। ਤਾਂ ਮੈਂ ਫਿਰ ਦੂਸਰਾ ਪੱਖ ਕੀ ਸੀ ਜਿਹੜਾ ਜਸਵਿੰਦਰ ਉਹਨਾਂ ਨਾਲ ਸਾਂਝਾ ਕੀਤਾ, ਮੈਂ ਕਿਹਾ ਵੀ ਇੱਕ ਤਾਂ ਜਥੇਬੰਦਕ ਏਕਤਾ ਹੋਵੇ, ਜਥੇਬੰਦਕ ਤੌਰ 'ਤੇ ਪਾਰਟੀ ਮਜ਼ਬੂਤ ਹੋਵੇ, ਦੂਜਾ ਇੰਟਲੈਕਚੁਅਲ ਲੈਵਲ ਦੇ ਉੱਤੇ ਗੱਲ ਆਵੇ, ਬੌਧਿਕ ਤੌਰ 'ਤੇ। ਬੌਧਿਕ ਸਮਰੱਥਾ ਨਹੀਂ ਹੈਗੀ। ਦੋ ਤਿੰਨ ਵੀਰਾਂ ਨੇ ਇਹ ਸਵਾਲ ਜਿਹੜੇ ਨੇ ਹੁਣ ਖੜ੍ਹੇ ਵੀ ਕੀਤੇ ਸੀ, ਮੈਨੂੰ ਬਹੁਤ ਖੁਸ਼ੀ ਹੋਈ ਹੈ। ਭਾਵੇਂ ਤੁਸੀਂ ਇੱਕ ਇੱਕ ਦੋ ਦੋ ਮਿੰਟ ਬੋਲੇ ਹੋ, ਪਰ ਇੱਕ ਗੱਲ ਸਪਸ਼ਟ ਹੋ ਗਈ ਕਿ ਤੁਹਾਨੂੰ ਬੋਲਣਾ ਆਉਂਦਾ। ਕਿਵੇਂ ਮਤਲਬ ਇਹਨੂੰ ਬੋਲਣਾ, ਕਿਵੇਂ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਆਪਣੀ ਗੱਲ ਕਿਵੇਂ ਕਰਨੀ ਹੈ, ਇਹ ਅਜੇ ਲਰਨ ਕਰਨੀ ਆ, ਇਹ ਅਜੇ ਸਿੱਖਣੀ ਹੈ। ਬਾਵਜੂਦ ਸਟੇਜ ਦੇ ਉੱਤੇ ਕਿੰਨੀ ਵਾਰੀ ਕਿਹਾ ਗਿਆ ਕਿ 1-1.5 ਮਿੰਟ ਦੇ ਵਿੱਚ ਤੁਸੀਂ ਗੱਲ ਕਰਨੀ ਹੈ, ਪਰ ਕਈ ਨਹੀਂ, ਕਿਉਂਕਿ ਅਜੇ ਤੱਕ ਉਹ ਕਲਾ, ਉਹ ਸਕਿੱਲ, ਉਹ ਹੁਨਰ ਸਾਡੀ ਕੌਮ ਦੇ ਵਿੱਚ ਆਇਆ ਨਹੀਂ ਕਿ ਅਸੀਂ ਕੁਝ ਵਿੱਚ ਸਮੁੰਦਰ ਬੰਦ ਕਰ ਸਕੀਏ। ਇਹ ਬੜੀ ਵੱਡੀ ਸਮੱਸਿਆ ਹੈ। UNO ਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ 2 ਮਿੰਟ ਦਾ ਟਾਈਮ ਹੁੰਦਾ, 2 ਮਿੰਟ 'ਚ ਤੁਸੀਂ ਆਪਣੀ ਗੱਲ ਕਰਨੀ ਹੈ, ਰਿਕਾਰਡ ਹੁੰਦੀ ਹੈ ਬਕਾਇਦਾ ਗੱਲ, ਅਤੇ ਜੇ ਤੁਸੀਂ 2 ਮਿੰਟ ਤੋਂ 1 ਸੈਕਿੰਡ ਵੀ ਉੱਤੇ ਲੈ ਲੈਂਦੇ ਹੋ ਮਾਈਕ ਬੰਦ ਹੋ ਜਾਂਦਾ। ਜਿਵੇਂ ਮੈਂ ਆਪਣੇ ਦਿੱਤੇ ਹੋਏ ਟਾਈਮ ਤੋਂ ਵੱਧ ਲਵਾਂਗਾ ਤਾਂ ਮਾਈਕ ਅਗਲੇ ਬੰਦ ਕਰ ਦਿੰਦੇ। ਤਾਂ ਫਿਰ ਉਹਨਾਂ ਕੌਮਾਂ ਨੇ ਬੋਲਣ ਦੀ ਜਾਂਚ ਸਿੱਖੀ ਹੋਈ ਹੈ, ਉਹ ਹੁਨਰ ਹੈ, ਉਹ ਵਾਧੂ ਗੱਲ ਨਹੀਂ ਕਰਨਗੇ। ਜਿਵੇਂ ਹੁਣ ਭਾਅ ਜੀ ਜਰਨੈਲ ਸਿੰਘ ਕਹਿੰਦੇ ਸੀ ਭਈ ਲੀਡਰਸ਼ਿਪ ਦੇ ਉੱਤੇ ਗੱਲ ਕੀਤੀ ਜਾਵੇ,
ਲੇਕਿਨ ਅਸੀਂ ਖਿਲਰ ਜਾਂਦੇ ਹਾਂ। ਤਾਂ ਗੁਰੂ ਰੂਪ ਖਾਲਸਾ ਜੀ, ਮੈਂ ਇਸ ਵਿਸ਼ੇ ਉੱਤੇ, ਮੈਂ ਲੀਡਰਸ਼ਿਪ ਦਾ ਸੰਕਟ ਪਿਛਲੇ 40 ਸਾਲਾਂ 'ਚ ਦੇਖਿਆ, ਲੀਡਰਾਂ ਨੂੰ ਵੀ ਦੇਖਿਆ, ਕੋਸ਼ਿਸ਼ ਕੀਤੀ ਹੈ, ਜੁਝਾਰੂ ਲਹਿਰ ਦੇ ਲੀਡਰਾਂ ਨੂੰ ਵੀ ਵੇਖਿਆ ਕਿਵੇਂ ਅਸੀਂ ਇਤਿਹਾਸ ਦੇ ਉੱਤੇ ਉਹਨਾਂ ਦੀ ਪਕੜ ਕਿੰਨੀ ਕੁ ਸੀਗੀ, ਗੁਰਬਾਣੀ ਨੂੰ ਉਹ ਕਿਵੇਂ ਅੰਡਰਸਟੈਂਡ ਕਰਦੇ ਸੀ। ਤਾਂ ਫਿਰ ਮੇਰੇ ਸਾਹਮਣੇ ਇੱਕ ਕਿਤਾਬ ਆ ਜਿਹੜੀ ਮੈਂ ਲੈ ਕੇ ਆਇਆ, ਇਸ ਕਿਤਾਬ ਦਾ ਜ਼ਿਕਰ ਅੱਜ ਸਿੱਖ ਲੀਡਰਸ਼ਿਪ ਦੇ ਪ੍ਰਸੰਗ ਵਿੱਚ ਹੀ ਕਰਨਾ। ਇਹ ਕਿਤਾਬ ਦਾ ਨਾਂ ਹੈ ਸਿੱਖ ਇਨਕਲਾਬ। ਅੱਜ ਇਸੇ ਕਿਤਾਬ ਦੇ ਉੱਤੇ ਗੱਲਾਂ ਕਰਨੀਆਂ ਤੇ ਅੱਜ ਦੇ ਪ੍ਰਸੰਗ ਨੂੰ ਨਾਲ ਲੈ ਕੇ ਆਉਣਾ ਹੈ ਕਿ ਅੱਜ ਅਸੀਂ ਕਿੱਥੇ ਖੜੇ ਹਾਂ। ਤੇ ਤੁਸੀਂ ਇਕੱਲੇ ਇਕੱਲੇ ਨੇ ਸੋਚਣਾ, ਮੈਂ ਵੀ ਸੋਚਦਾ ਰਹਿੰਦਾ ਵੀ ਯਾਰ ਇਹ ਸੰਕਟ ਜਿਹੜਾ ਇੱਦਾਂ ਤਾਂ ਕੌਮ ਦੇ ਅੰਦਰ ਆਇਆ ਨਹੀਂ ਸੀ, ਪਰ ਆਉਂਦੇ ਰਹੇ ਨੇ ਸੰਕਟ, 18ਵੀਂ ਸਦੀ 'ਚ ਵੀ ਆਉਂਦੇ ਰਹੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਜਦੋਂ ਮਿਸਲਾਂ ਬਣੀਆਂ ਉਦੋਂ ਵੀ ਸੰਕਟ ਆਏ ਸੀ, ਪਰ ਹੱਲ ਨਿਕਲ ਆਉਂਦੇ ਸੀ। ਮਤਲਬ ਕੌਮ ਵਿੱਚ ਇੰਨੀ ਕੁ ਜਾਗਰਤੀ ਸੀ। ਹੁਣ ਕੀ ਹੈ, ਹੁਣ ਤਾਂ ਬਹੁਤ ਹਰ ਬੰਦਾ ਬੋਲੀ ਜਾਂਦਾ। ਪਾਰਟੀ ਦੇ ਜਿਹੜੇ ਪ੍ਰਧਾਨ ਨੇ, ਜੇ ਤੁਸੀਂ ਉਹਨਾਂ ਦੇ ਬਿਆਨਾਂ ਨੂੰ ਅਖਬਾਰਾਂ 'ਚ ਪੜ੍ਹੋ ਤਾਂ ਬਹੁਤ ਹਾਸਾ ਆਉਂਦਾ। ਉਹ ਇਤਿਹਾਸ ਤੋਂ, ਇਤਿਹਾਸ ਦੀ ਰੂਹ ਤੋਂ ਵਾਕਫ ਨਹੀਂ ਹੁੰਦੇ, ਗੁਰਬਾਣੀ ਉੱਤੇ ਉਹਨਾਂ ਦੀ ਕਮਾਂਡ ਨਹੀਂ ਹੈਗੀ। ਅਤੇ ਫਿਰ ਇਸ ਕਰਕੇ ਲੀਡਰਸ਼ਿਪ ਦਾ ਸੰਕਟ ਤਾਂ ਗੁਰੂ ਰੂਪ ਖਾਲਸਾ ਜੀ ਹੈਗਾ ਹੀ ਹੈਗਾ। ਤਾਂ ਕਹਿੰਦੇ ਜਗਜੀਤ ਸਿੰਘ ਹੁਣੀ ਮੈਨੂੰ ਕਹਿੰਦੇ ਵੀ ਮੈਂ ਜਦੋਂ ਇਹ ਆਰਟੀਕਲ ਪੜ੍ਹਿਆ ਤਾਂ ਸ਼ੌਕ ਲੱਗਾ, ਬਹੁਤ ਸਦਮਾ ਪਹੁੰਚਿਆ ਵੀ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਪੰਥ ਨਹੀਂ ਰਹੇਗਾ, ਉਹਦੀ ਹੋਂਦ ਜਿਹੜੀ ਹੈ ਉਹ ਇਸ ਧਰਤੀ ਉੱਤੇ ਨਹੀਂ ਰਹੇਗੀ। ਤਾਂ ਵੇਖੋ ਇੱਥੋਂ ਹੀ ਉਹਨਾਂ ਦੇ ਦਿਲ ਵਿੱਚ ਆਇਆ ਵੀ ਮੈਂ ਇੱਕ ਕਿਤਾਬ ਲਿਖਣੀ ਹੈ। ਉਹ ਉਸ ਗਹਿਰੇ ਸਦਮੇ ਵਿੱਚੋਂ ਇਸ ਕਿਤਾਬ ਜਿਹੜੀ ਹੋਂਦ ਵਿੱਚ ਆਈ, ਅੰਗਰੇਜ਼ੀ ਵਿੱਚ ਸੀਗੀ ਕਿਤਾਬ, ਫਿਰ ਕਿਸੇ ਵਿਅਕਤੀ ਨੇ ਜਿਹਨੂੰ ਅੰਗਰੇਜ਼ੀ ਅਤੇ ਪੰਜਾਬੀ ਦੀ ਬਹੁਤ ਅੰਡਰਸਟੈਂਡਿੰਗ ਸੀ, ਉਹਨੇ ਇਹਦਾ ਪੰਜਾਬੀ 'ਚ ਟ੍ਰਾਂਸਲੇਸ਼ਨ ਕੀਤਾ। ਮੈਂ ਪਿਛਲੀ ਵਾਰੀ ਕਿਹਾ ਸੀ ਕਿ ਪਿਆਰੇ ਵੀਰੋ, ਖਾਸ ਤੌਰ 'ਤੇ ਨੌਜਵਾਨਾਂ ਨੂੰ ਵੀ ਪੜ੍ਹਿਓ ਜ਼ਰੂਰ ਇਸ ਨੂੰ। ਕਿਤਾਬਾਂ ਔਖੀਆਂ ਬਹੁਤ ਲੱਗਦੀਆਂ ਨੇ, ਪਰ ਇਹਦੇ ਬਿਨਾਂ ਗੱਲ ਬਣਦੀ ਨਹੀਂ। ਇੱਕ ਸੋਸ਼ਲ ਮੀਡੀਆ 'ਤੇ ਮੈਂ ਪਰਸੋਂ ਵੇਖਿਆ ਕਿ ਇੱਕ ਬਹੁਤ ਹੀ ਸਿੰਪਲ ਡਰੈਸ ਦੇ ਵਿੱਚ ਬੰਦਾ ਲੰਗਰ ਛਕ ਰਿਹਾ ਸੀ, ਅਤੇ ਮੈਨੂੰ ਪਤਾ ਲੱਗਿਆ ਕਿ ਉਸ ਨੇ ਆ ਮਨਰੇਗਾ ਦੀ ਡਰਾਫਟਿੰਗ ਕੀਤੀ ਸੀ। ਤੁਸੀਂ ਕਹੋਗੇ ਨਾ ਵੀ ਸਿੱਖ ਬਹੁਤਾ ਕਹਿੰਦੇ ਨੇ, ਜੇ ਉਹਨਾਂ ਨਾਲ ਗੱਲ ਕਰੀਏ ਨਾ, ਤੁਸੀਂ ਜਿਹੜੇ ਬੁੱਧੀਜੀਵੀ ਹੋ, ਤੁਹਾਡੀ ਗੱਲ ਸਾਡੇ ਸਿਰਾਂ ਤੋਂ ਲੰਘ ਜਾਂਦੀ ਹੈ, ਇੱਦਾਂ ਦੇ ਮਾਹੌਲ ਕਰਦੇ ਰਹਿੰਦੇ ਨੇ ਵੀ ਇਹਦੇ ਨਾਲ ਗੱਲ ਨਹੀਂ ਬਣਨੀ, ਸਿੱਧੀ ਤਰ੍ਹਾਂ ਆਓ ਮੈਦਾਨ ਦੇ ਵਿੱਚ, ਇੱਦਾਂ ਦੀਆਂ ਗੱਲਾਂ। ਮੈਂ ਕਹਿੰਦਾ ਦੋਵੇਂ ਗੱਲਾਂ ਚਾਹੀਦੀਆਂ, ਜਥੇਬੰਦੀ ਤਾਕਤ ਵੀ ਚਾਹੀਦੀ ਹੈ, ਬੌਧਿਕ ਸਮਰੱਥਾ ਵੀ ਚਾਹੀਦੀ ਹੈ। ਅਤੇ ਉਹਨਾਂ ਨੇ ਕਿਤਾਬ ਦਾ ਨਾਂ ਰੱਖਿਆ ਸਿੱਖ ਇਨਕਲਾਬ। ਇਨਕਲਾਬ ਕਿਉਂ ਰੱਖਿਆ? ਦੇਖੋ ਗੁਰੂ ਰੂਪ ਖਾਲਸਾ ਜੀ, ਦੋ ਸ਼ਬਦ ਯਾਦ ਰੱਖਣੇ। ਇੱਕ ਸ਼ਬਦ ਹੈ ਸੁਧਾਰ, ਰਿਫਾਰਮ, ਦੂਜਾ ਰੈਵੋਲੂਸ਼ਨ, ਇਨਕਲਾਬ।
ਸਮਾਜ ਦੇ ਢਾਂਚੇ ਦੇ ਵਿੱਚ ਜਿਸ ਤਰ੍ਹਾਂ ਇੱਕ ਗੱਡੀ ਹੋਵੇ ਆਪਣੀ ਕਾਰ, ਉਹਦੇ ਵਿੱਚ ਹਰ ਵੇਲੇ ਖਰਾਬ ਹੁੰਦੀ ਰਹੇ, ਆਪਾਂ ਉਹਦੇ ਪੇਚ ਕੋਈ ਚੀਜ਼ ਬਦਲਦੇ ਰਹਿੰਦੇ ਹਾਂ, ਪੈਚ ਵਰਕ ਇਹਨੂੰ ਕਹਿੰਦੇ ਨੇ, ਉਹ ਅਸੀਂ ਕਰ ਦਿੰਦੇ ਹਾਂ, ਇਹਨੂੰ ਸੁਧਾਰ ਕਹਿੰਦੇ ਨੇ। ਪਰ ਜਿਹੜਾ ਇਨਕਲਾਬ ਹੈ ਨਾ, ਉਹ ਸਾਰੀ ਦੀ ਸਾਰੀ ਸਿਚੁਏਸ਼ਨ ਨੂੰ ਬਦਲ ਦਿੰਦਾ, ਉਹ ਢਾਂਚੇ ਨੂੰ ਟੋਟਲੀ ਹੇਠਲੀ ਉੱਤੇ ਆ ਜਾਂਦੀ, ਜਿਹੜੇ ਪੰਜਾਬੀ 'ਚ ਇਹ ਕਹੋ ਹੇਠਲੀ ਉੱਤੇ ਆ ਜਾਂਦੀ ਹੈ, ਉਹ ਢਾਂਚੇ ਨੂੰ ਸਾਰਾ ਕੁਛ ਬਦਲ ਦਿੰਦੇ ਨੇ। ਤਾਂ ਗੁਰੂ ਰੂਪ ਖਾਲਸਾ ਜੀ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ, ਯਾਨੀ ਕਿ 1469 ਵਿੱਚ ਗੁਰੂ ਨਾਨਕ ਸਾਹਿਬ ਇਸ ਸੰਸਾਰ 'ਤੇ ਆਉਂਦੇ ਨੇ, 1486 ਵਿੱਚ ਪ੍ਰਚਾਰ ਸ਼ੁਰੂ ਹੋ ਜਾਂਦਾ, ਅਤੇ 1699 ਤੱਕ ਇਹ 250 ਸਾਲ ਜਿਹੜੇ ਨੇ, ਇਹ 250 ਸਾਲਾਂ ਦੇ ਵਿੱਚ ਇਨਕਲਾਬ ਦੀ ਤਿਆਰੀ ਹੋਈ। ਦੁਨੀਆ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਹੋਇਆ। ਜਗਜੀਤ ਸਿੰਘ ਨੇ ਇਹ ਸਾਬਤ ਕੀਤਾ ਕਿ ਹਿੰਦੁਸਤਾਨ ਦੀ ਧਰਤੀ 'ਤੇ ਕੋਈ ਇਨਕਲਾਬ ਆਇਆ ਹੀ ਨਹੀਂ, ਸਿਰਫ ਇੱਕੋ ਇਨਕਲਾਬ ਆਇਆ, ਸਿੱਖ ਇਨਕਲਾਬ। ਮੈਂ ਪਿਛਲੇ ਸਾਲ ਜ਼ਿਕਰ ਕੀਤਾ ਸੀ, ਪਿਛਲੀ ਜਿਹੜੀ ਮੀਟਿੰਗ ਸੀ, ਮੈਂ ਬਹੁਤ ਵੱਡੇ ਸਕਾਲਰ ਜਿਹੜੇ ਆਰਨਲ ਟੈਨਬੀ ਦਾ ਕਈ ਵਾਰੀ ਜ਼ਿਕਰ ਕਰਦਾ, ਉਹਨੇ ਕਿਹਾ ਸੀ ਸਾਰੀ ਦੁਨੀਆ ਦੀਆਂ ਸੱਭਿਅਤਾਵਾਂ ਨੂੰ 10 ਕਿਤਾਬਾਂ ਵਿੱਚ ਉਹਨੇ ਲਿਖਿਆ, ਅਤੇ ਸਿੱਖਾਂ ਬਾਰੇ ਸਿਰਫ 3 ਸ਼ਬਦ, 3 ਪੇਜ ਪਰ ਕਮਾ। ਕਈ ਵਾਰੀ ਬਾਹਰਲਿਆਂ ਉੱਤੇ ਬਖਸ਼ਿਸ਼ ਹੋ ਜਾਂਦੀ ਹੈ, ਤੁਸੀਂ ਕਹਿੰਦੇ ਹੋ ਕਿ ਕਿਤਾਬ ਦੀ ਕੋਈ ਲੋੜ ਨਹੀਂ, ਲੇਕਿਨ ਮਹਾਰਾਜ ਨੇ ਆਪਾਂ ਨੂੰ ਸ਼ਬਦ ਨਾਲ ਜੋੜਿਆ। ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪਿਆ, ਇੱਕ ਸ਼ਬਦ ਕਿਤਾਬਾਂ ਨੇ ਦੁਨੀਆ ਦੀਆਂ, ਤਾਂ ਪੜ੍ਹਨੀਆਂ ਪੈਣਗੀਆਂ। ਕੋਈ ਬਹੁਤ ਜ਼ਿਆਦਾ ਮਤਲਬ ਹੈ ਵੀ ਨਹੀਂ, ਇਹ ਕੋਈ ਬਹੁਤ ਜ਼ਿਆਦਾ ਜ਼ੋਰ ਲੱਗਦਾ ਹੋਵੇ, ਪਰ ਕੌਮ ਪੜ੍ਹਦੀ ਨਹੀਂ, ਰੀਡਿੰਗ ਦਾ ਕਲਚਰ ਹੀ ਨਹੀਂ। ਮੈਂ ਬਾਰ ਬਾਰ ਇਹ ਕਹਿੰਦਾ ਕਿ ਜੇ ਪੜ੍ਹਨ ਦਾ ਕਲਚਰ ਨਹੀਂ ਕਿਸੇ ਕੌਮ ਵਿੱਚ, ਤਾਂ ਥਿੰਕਿੰਗ ਦਾ ਕਲਚਰ ਵੀ ਨਹੀਂ ਆ ਸਕਦਾ, ਸੋਚ ਨਹੀਂ ਸਕਦੇ ਤੁਸੀਂ। ਜੇ ਥਿੰਕਿੰਗ ਦਾ ਕਲਚਰ ਨਹੀਂ, ਤਾਂ ਫੀਲਿੰਗ ਦਾ ਕਲਚਰ ਨਹੀਂ, ਮਹਿਸੂਸ ਕਰਨਾ। ਜਾਨੀ ਕਿ ਇੱਕ ਚੀਜ਼ ਹੁੰਦਾ ਮਹਿਸੂਸ ਕਰਨਾ ਕਿਤਾਬਾਂ ਪੜ੍ਹ ਕੇ, ਇੱਕ ਸਹਿਜ ਸੁਭਾਅ ਮਹਾਰਾਜ ਨੇ ਸਾਡੇ ਅੰਦਰ ਕੀਤਾ ਹੋਇਆ। ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ, ਸਾਰੀ ਕੌਮ ਹਿੱਲ ਗਈ, ਪਰ ਕੌਮ ਨੇ ਇਹ ਨਹੀਂ ਸੋਚਿਆ ਕਿ ਇਹ ਕਿਉਂ ਹੁੰਦਾ, ਇਹ ਗੱਲਾਂ ਕਿਉਂ ਹੁੰਦੀਆਂ ਨੇ, ਸਾਡੇ ਨਾਲ ਕਿਉਂ ਹੁੰਦੀਆਂ ਨੇ। ਕੌਮ ਨੇ ਇਹ ਨਹੀਂ ਸੋਚਿਆ ਕਿ ਇੱਕ ਹੁਕਮ ਚੰਦ ਨਾਂ ਦਾ ਵਿਅਕਤੀ ਉੱਥੇ ਬਹਿ ਕੇ ਇਹ ਕਹਿੰਦਾ ਵੀ 2 ਸਾਲ ਬਾਅਦ ਪੰਜਾਬ ਵਿੱਚ ਹਿੰਦੀ ਸਾਰੀ ਲਾਗੂ ਹੋ ਜਾਏਗੀ, ਪੰਜਾਬ ਦੀ ਕੋਈ ਰਾਜਨੀਤਿਕ ਪਾਰਟੀ ਦੇ ਵੱਡੇ ਲੀਡਰ ਨਹੀਂ ਬੋਲੇ, ਸਧਾਰਨ ਤੁਹਾਡੇ ਵਰਗੇ ਬੋਲੇ ਸੋਸ਼ਲ ਮੀਡੀਆ ਦੇ ਉੱਤੇ। ਇੱਕ ਕੌਨਸਪੀਰੇਸੀ ਹੈ ਕਿ ਸ਼ਬਦਾਂ ਨੂੰ ਆਪਣੀ ਲੈਂਗੁਏਜ ਦੇ ਸ਼ਬਦ ਵਾਰ ਦਿਓ ਅਤੇ ਕੌਮ ਭੁੱਲ ਜਾਏਗੀ, ਹੌਲੀ ਹੌਲੀ ਭੁੱਲ ਜਾਏਗੀ। ਇੱਕ ਲਫ਼ਜ਼ ਹੈਗਾ ਲੈਂਗੁਏਜ ਡਿਪਾਰਟਮੈਂਟ, ਅੰਗਰੇਜ਼ੀ ਦਾ ਸ਼ਬਦ ਹੈ, ਉਹਦਾ ਪੰਜਾਬੀ ਵਿੱਚ ਟ੍ਰਾਂਸਲੇਸ਼ਨ ਕੀਤਾ ਭਾਸ਼ਾ ਵਿਭਾਗ, ਲੇਕਿਨ ਗੁਰੂ ਰੂਪ ਖਾਲਸਾ ਜੀ
ਧਿਆਨ ਨਾਲ ਸੁਣੋ। ਅੱਜ ਤੋਂ 40 ਸਾਲ ਪਹਿਲਾਂ ਉਹਦਾ ਨਾਂ ਸੀ ਮਹਿਕਮਾ ਪੰਜਾਬੀ। ਇੱਕ ਸਧਾਰਨ ਬੰਦਾ ਵੀ ਸਮਝ ਲੈਂਦਾ ਸੀ ਪੰਜਾਬੀ ਦਾ ਮਹਿਕਮਾ। ਉਹਨਾਂ ਕਿਹਾ ਨਹੀਂ, ਇਹਨੂੰ ਬਦਲੋ, ਤੁਸੀਂ ਚੈਨਲਾਂ 'ਤੇ ਵੇਖਿਆ ਕਰੋ, ਤੁਸੀਂ ਕਦੀ ਇਹਨਾਂ ਚੀਜ਼ਾਂ ਨੂੰ ਵੇਖੋ ਨਾ, ਜਿਹੜੀਆਂ ਸਾਜ਼ਿਸ਼ਾਂ 3-4 ਤਰੀਕੇ ਨਾਲ ਚੱਲਦੀਆਂ, ਇੱਕ ਚੁੱਪ ਚੁਪੀਤੇ, ਇੱਕ ਅੰਡਰਗਰਾਊਂਡ, ਇੱਕ ਪ੍ਰਤੱਖ। ਹੁਕਮਚੰਦ ਨੇ ਪ੍ਰਤੱਖ ਕਹਿਤਾ ਵੀ 2 ਸਾਲ ਬਾਅਦ ਇੱਥੇ ਹਿੰਦੀ ਆਊਗੀ ਭਾਈ, ਲੇਕਿਨ ਚੁੱਪ ਚੁਪੀਤੇ ਆਹ ਕੀ ਹੋ ਗਿਆ? ਕਿਸੇ ਨੇ ਇਤਰਾਜ਼ ਕੀਤਾ ਵੀ ਭਾਸ਼ਾ ਵਿਭਾਗ ਤਾਂ ਬਹੁਤ ਔਖਾ ਸ਼ਬਦ ਹੈ, ਸਾਡੇ ਕੋਲ ਤਾਂ ਮਹਿਕਮਾ ਪੰਜਾਬੀ ਹੈਗਾ, ਬਹੁਤ ਵਧੀਆ, ਇੱਕ ਪੰਜਾਬ ਸਧਾਰਨ ਜੱਟ ਜਾਣਦਾ ਮਹਿਕਮਾ ਪੰਜਾਬੀ ਬੋਲਣ ਲੱਗਿਆ। ਇੱਕ ਸ਼ਬਦ ਹੋਰ ਵੇਖੋ, ਮੈਂ ਇਹ ਸਾਰੀਆਂ ਗੱਲਾਂ ਦੱਸਦਾ। ਮਹਿਲਾ, ਮਹਿਲਾ, ਇਹ ਤਾਂ ਆ ਗਿਆ, ਮਹਿਲਾਵਾਂ ਆ ਗਿਆ। ਅੱਛਾ, ਹੁਣ ਔਰਤਾਂ, ਬੀਬੀਆਂ, ਇਹ ਤੀਵੀਆਂ, ਇਹ ਸਾਰੇ ਸ਼ਬਦ ਪੰਜਾਬੀ 'ਚ ਹੈਗੇ ਨੇ ਪਰ ਨਹੀਂ ਆਉਂਦੇ। ਕਿਉਂ ਨਹੀਂ ਆਉਂਦੇ? ਆਉਣ ਨਹੀਂ ਦਿੰਦੇ। ਤੋ ਯੂਨਾਈਟਿਡ ਸਿੱਖ ਪਾਰਟੀ ਨਿਵੇਕਲੀ ਤਾਂ ਬਣੂਗੀ ਜੇ ਇਹ ਪਾਰਟੀ ਖਬਰਾਂ ਦੇ ਹੇਠ ਖਬਰਾਂ ਨੂੰ ਵੇਖੇ, ਇਹ ਵੇਖੇ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਵੀ ਅਸਲ ਗੱਲ ਦੱਸ, ਤੇਰੇ ਢਿੱਡ ਵਿੱਚ ਕੀ ਹੈ ਉਹ ਗੱਲ ਬੁੱਝਣੀ ਆਪਾਂ। ਕਿਸੇ ਬਹੁਤ ਵੱਡੇ ਸ਼ਾਇਰ ਨੇ ਕਿਹਾ, ਜੋ ਕਹਾ ਨਹੀਂ ਵੋ ਸੁਣਾ ਕਰ। ਜਿਹੜੀ ਗੱਲ ਕਹੀ ਗਈ ਨਹੀਂ ਗਈ, ਤੁਸੀਂ ਸਧਾਰਨ ਬੰਦਾ ਕਹੇਗਾ ਯਾਰ ਉਹ ਸੁਣੂਗੇ ਕਿਵੇਂ? ਨਹੀਂ, ਜੋ ਕਹਾ ਨਹੀਂ ਵੋ ਸੁਣਾ ਕਰ, ਜੋ ਸੁਣਾ ਨਹੀਂ ਵੋ ਕਹਾ ਕਰੋ। ਲੇਕਿਨ ਹਾਲਤ ਕੀ ਹੈ ਕਿ ਜੋ ਜਾਗਦੇ ਨੇ ਉਹ ਜਗਾਉਂਦੇ ਨਹੀਂ ਹੈਗੇ, ਜਿਹੜੇ ਜਗਾਉਂਦੇ ਨੇ ਉਹ ਆਪ ਜਾਗਦੇ ਨਹੀਂ ਹੈਗੇ। ਤਾਂ ਗੁਰੂ ਮਹਾਰਾਜ ਨੇ ਜਿਹੜੀ ਸਾਨੂੰ ਦਿੱਤੀ ਵੀ ਆਪ ਜਪਣਾ ਅਤੇ ਜਪਾਉਣਾ ਵੀ ਹੈ, ਦੋਵੇਂ ਸ਼ਰਤਾਂ ਜਿਹੜੀਆਂ ਨਾਲ ਰੱਖ ਦਿੱਤੀਆਂ ਮਹਾਰਾਜ ਨੇ। ਤੋ ਗੁਰੂ ਰੂਪ ਖਾਲਸਾ ਜੀ ਇਸ ਕਿਤਾਬ ਦੇ 21 ਚੈਪਟਰ ਨੇ, 21 ਕਾਂਡ ਨੇ, ਅਤੇ ਦੁਨੀਆਂ ਦੇ ਜਿਹੜੇ ਮਹਾਨ ਵਿਦਵਾਨ ਨੇ ਰਾਜਨੀਤੀ ਦੇ, ਫਿਲੋਸਫੀ ਦੇ, ਭਾਸ਼ਾ ਦੇ, ਇਤਿਹਾਸ ਦੇ, ਉਹਨਾਂ ਸਾਰਿਆਂ ਨੂੰ ਸਰਦਾਰ ਜਗਜੀਤ ਸਿੰਘ ਨੇ ਪੜ੍ਹਿਆ, ਡਾਈਜੈਸਟ ਕੀਤਾ, ਅੰਦਰ ਰਚਾਇਆ, ਅਤੇ ਫਿਰ ਵੇਖਿਆ ਕਿ ਖਾਲਸਾ ਪੰਥ ਕਿੱਥੇ ਖੜ੍ਹਾ, ਖਾਲਸਾ ਪੰਥ ਨੇ ਦੁਨੀਆਂ ਨੂੰ ਕੀ ਦਿੱਤਾ। ਤਾਂ ਮਤਲਬ ਉਹਨਾਂ ਨੇ ਫਿਰ ਇਹ ਗੱਲ ਸਿੱਟੇ 'ਤੇ ਪਹੁੰਚਾਈ ਕਿ ਸਿਰਫ ਪੰਜਾ ਹਿੰਦੁਸਤਾਨ ਦੀ ਧਰਤੀ 'ਤੇ ਸਿੱਖ ਇਨਕਲਾਬ ਆਇਆ। 3 ਤਾਕਤਾਂ ਦਾ ਮੁਕਾਬਲਾ ਹੋ ਰਿਹਾ ਸੀ ਹਿੰਦੁਸਤਾਨ ਦੀ ਧਰਤੀ 'ਤੇ। ਕਿਹੜੀਆਂ ਕਿਹੜੀਆਂ? ਰਾਜਪੂਤ, ਮਰਾਠੇ, ਖਾਲਸਾ। ਜਗਜੀਤ ਸਿੰਘ ਕਹਿੰਦੇ ਨੇ ਕਿ ਰਾਜਪੂਤ, ਮਰਾਠੇ ਇਹਨਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਵੀ ਕਰਦੇ ਨੇ ਅਤੇ ਖਾਮੀਆਂ ਵੀ ਦੱਸਦੇ ਨੇ, ਅਤੇ ਨਾਲ ਦੱਸਦੇ ਨੇ ਵੀ ਖਾਲਸਾ ਦੇ ਵਿੱਚ ਇਹ ਗੱਲ ਕਿਉਂ ਨਹੀਂ ਸੀ। ਖਾਲਸੇ ਨੂੰ ਖੜ੍ਹਾ ਕਰਦੇ ਨੇ 3 ਬਹਾਦਰ ਕੌਮਾਂ ਜਿਹੜੀਆਂ ਨੇ ਹਿੰਦੁਸਤਾਨ ਦੀ ਧਰਤੀ 'ਤੇ ਲੜ ਰਹੀਆਂ ਨੇ, ਰਾਜਪੂਤ, ਮਰਾਠੇ ਅਤੇ ਖਾਲਸਾ।
ਰਾਜਪੂਤ ਕਿਉਂ ਮਾਰੇ ਗਏ? ਹੁਣ ਵੇਖਣ ਦੀ ਗੱਲ ਸੀ ਨਾ ਵੀ ਜਿਹੜੀ ਗੱਲ ਸਿੱਖੀ 'ਚ ਆ ਗਈ ਉਹ ਰਾਜਪੂਤਾਂ 'ਚ ਕਿਉਂ ਨਹੀਂ ਆਈ? ਜਿਹੜੀ ਗੱਲ ਸਿੱਖੀ 'ਚ ਆ ਗਈ ਉਹ ਮਰਾਠਿਆਂ 'ਚ ਕਿਉਂ ਨਹੀਂ ਆਈ? ਮਰਾਠੇ ਜਿਹੜੇ ਨੇ ਉਹ ਰਾਜਪੂਤਾਂ ਨਾਲੋਂ 2 ਕਦਮ ਅੱਗੇ ਨੇ, ਰਾਜਪੂਤ ਪਿੱਛੇ ਨੇ, ਖਾਲਸਾ ਸਭ ਤੋਂ ਅੱਗੇ ਹੈ। ਕਿਉਂ ਅੱਗੇ ਹੈ? ਇਹ ਕਿਤਾਬ ਉਹਨਾਂ ਸਵਾਲਾਂ ਦਾ ਜਵਾਬ ਦਿੰਦੀ ਹੈ। ਇਹ ਸਾਨੂੰ ਤਾਂ ਮੈਂ ਇੱਥੇ ਲੈ ਕੇ ਆਇਆ ਵੀ 4 ਸਫ਼ੇ 10 ਸਫ਼ੇ ਪੜ੍ਹੋਗੇ ਤਾਂ ਸਹੀ ਨਾ ਕਿਤੇ ਨਾ ਕਿਤੇ, ਭਾਵੇਂ ਜਦੋਂ ਹੁਣ ਬੋਲੇ ਇੱਥੇ ਆਪਣੇ ਵੀਰ ਬੋਲੇ ਮੈਨੂੰ ਬੜੀ ਖੁਸ਼ੀ ਹੋਈ। ਸੱਚੀ ਗੱਲ, ਜਦੋਂ ਮੈਂ ਪਹਿਲੀ ਵਾਰੀ ਸਟੇਜ 'ਤੇ ਚੜ੍ਹਿਆ ਸੀ ਤਾਂ ਮੇਰੀਆਂ ਲੱਤਾਂ ਕੰਬਦੀਆਂ ਸਨ, ਪਰ ਕਿੱਥੇ ਇੱਥੇ ਤਾਂ ਲੱਤਾਂ ਕਿਸੇ ਦੀਆਂ ਨਹੀਂ ਕੰਬੀਆਂ। ਮੈਨੂੰ ਇਹ ਖੁਸ਼ੀ ਹੋਈ ਕਿ ਤੁਸੀਂ ਆਪਣੀ ਗੱਲ ਕੀਤੀ ਹੈ, ਤੁਹਾਨੂੰ ਕੌਨਫੀਡੈਂਸ ਆਇਆ। ਹਰ ਇੱਕ ਬੰਦਾ ਜਿਹੜਾ, ਮੈਂ ਚਾਹੁੰਦਾ ਯੂਨਾਈਟਿਡ ਸਿੱਖ ਪਾਰਟੀ ਦਾ ਹਰ ਇੱਕ ਵੀਰ ਬੋਲਣ ਦੀ ਜਾਚ ਸਿੱਖੇ, ਪੜ੍ਹਨ ਦੀ ਜਾਚ ਸਿੱਖੇ। ਸਿਰਫ ਜਥੇਬੰਦੀ ਹੀ ਜਿਹੜੀ ਹੈ ਨਹੀਂ, ਉਦੋਂ ਅਗਾਂਹ ਵੀ ਜਾਵੇ, ਯਾਨੀ ਆਪਣੀ ਅਕਲ ਨੂੰ, ਆਪਣੀ ਜਿਹੜੀ ਅਕਲ ਹੈ ਉਹਨੂੰ ਗੁਰੂ ਦੇ ਚਰਨਾਂ 'ਚ ਰੱਖ ਕੇ ਅੱਗੇ ਵਧੇ। ਗੁਰ ਮੇਰਾ ਗਿਆਨ, ਦੇਖੋ ਮਹਾਰਾਜ ਸਿੱਧੀ, ਗੁਰ ਮੇਰਾ ਗਿਆਨ, ਯਾਨੀ ਮਹਾਰਾਜ ਕੋਲੋਂ ਮੰਗੀ ਹੈ ਵੀ ਗੁਰੂ ਮੇਰਾ ਗਿਆਨ ਹੈ, ਯਾਨੀ ਗਿਆਨ ਦਾ ਸੋਮਾ ਗੁਰੂ ਹੈ। ਇਹ ਗਿਆਨ ਦੀ ਬੇਸਿਕ ਨੌਲੇਜ, ਬੁਨਿਆਦੀ ਨੀਂਹ ਜਿਹੜੀ ਉਹ ਰੱਖ ਕੇ ਫਿਰ ਦੁਨੀਆਂ ਨੂੰ ਅੰਡਰਸਟੈਂਡ ਕਰ, ਸਾਰੀ ਦੁਨੀਆਂ ਨੂੰ ਅੰਡਰਸਟੈਂਡ। ਅੱਜ ਤੁਸੀਂ ਮਾਣ ਨਾਲ ਇਹ ਗੱਲ ਕਹਿ ਸਕਦੇ ਹੋ, ਤੁਹਾਡੇ ਵਿੱਚ ਇੱਕ ਵਿਅਕਤੀ ਵੀਰ ਨੂੰ ਸਪੈਸ਼ਲ ਬੇਨਤੀ ਕਰਕੇ ਲਿਆਂਦਾ ਗਿਆ, ਮਨਜੀਤ ਸਿੰਘ, ਮਨਦੀਪ ਸਿੰਘ, ਸਰਦਾਰ ਮਨਦੀਪ ਸਿੰਘ। ਸਰਦਾਰ ਮਨਦੀਪ ਸਿੰਘ ਨੇ ਹੁਣ ਇੱਕ ਸ਼ਬਦ, ਪਿਛਲੀ ਵਾਰੀ ਵੀ ਮੈਂ ਕਿਹਾ ਸੀ, ਜੀਓ ਪੋਲੀਟਿਕਸ। ਜੀਓ ਹੁੰਦੀ ਜੋਗ੍ਰਾਫੀ, ਪੋਲੀਟਿਕਸ ਹੁੰਦੀ ਰਾਜਨੀਤੀ। ਹੁਣ ਗੁਰੂ ਰੂਪ ਖਾਲਸਾ ਜੀ, ਦੁਨੀਆ ਅਗਲੇ 20-25 ਸਾਲਾਂ ਦੇ ਵਿੱਚ ਬਦਲ ਰਹੀ ਹੈ। ਉਹ ਦੱਸਣਗੇ ਕਿ ਇਹ ਜਿਹੜੀ ਜੀਓ ਪੋਲੀਟਿਕਸ ਹੈ ਇਹਦੇ ਵਿੱਚ ਸਿੱਖਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ। ਸਿੱਖਾਂ ਕੋਲ ਗੁਰੂ ਗ੍ਰੰਥ ਸਾਹਿਬ ਪਿਆ ਹੋਇਆ ਲੇਕਿਨ ਜੀਓ ਪੋਲੀਟਿਕਸ ਵਿੱਚ ਪਿੱਛੇ ਨੇ। ਮਹਾਰਾਜ ਨੇ ਕੁਛ ਇਸ ਤਰ੍ਹਾਂ ਦਾ ਤੋਹਫ਼ਾ ਸਾਨੂੰ ਦਿੱਤਾ ਕਿ ਜਿਸ ਧਰਤੀ 'ਤੇ ਅਸੀਂ ਖੜ੍ਹੇ ਹਾਂ, ਇੱਥੇ ਬੈਠੇ ਹਾਂ, ਇੱਕ ਬਣੇ ਕਸ਼ਮੀਰ ਹੈ, ਇੱਕ ਬਣੇ ਪਾਕਿਸਤਾਨ ਹੈ, ਇੱਕ ਬਣੇ ਹਿੰਦੁਸਤਾਨ ਹੈ। ਇਹ ਜੀਓ ਪੋਲੀਟਿਕਸ ਹੈ। ਅਗਲੇ ਪਤਾ ਨਹੀਂ ਕੱਲ੍ਹ ਨੂੰ ਕੀ ਹੋ ਜਾਣਾ, ਆਪਾਂ ਚੁੱਪ ਕਰਕੇ ਨਾ ਰਹੀਏ। ਜਿਹੜੇ ਸਿੰਘ ਇੱਥੇ ਆਏ ਨੇ, ਵੀਰ ਆਏ ਨੇ, ਉਹਨਾਂ ਨੂੰ ਬਹੁਤ ਗਹਿਰੀ ਸਟੱਡੀ ਕਰਨੀ ਪਵੇਗੀ। ਇਸੇ ਲਈ ਭਾਅ ਜੀ ਉਹਨਾਂ ਨੂੰ ਕਿਹਾ ਵੀ ਤੁਸੀਂ ਦੱਸਿਓ ਕਿ ਭੂਗੋਲਿਕ ਰਾਜਨੀਤੀ ਦਾ ਕੀ ਮਤਲਬ ਕੀ ਹੈ। ਕੱਲ੍ਹ ਨੂੰ ਕਸ਼ਮੀਰ ਆਜ਼ਾਦ ਹੋ ਜਾਂਦਾ, ਕੋਈ ਇੱਦਾਂ ਦੀ ਕਹਾਣੀ ਬਣ ਜਾਂਦੀ ਹੈ, ਸਿੱਖ ਕਿੱਥੇ ਜਾਣਗੇ? ਕਦੀ ਸੋਚਿਆ ਇਹਨਾਂ ਗੱਲਾਂ ਨੂੰ? ਅਸੀਂ, ਸਾਡੀ ਦੌੜ ਸਿਰਫ ਮੁੱਖ ਮੰਤਰੀ ਤੱਕ ਹੈ, ਸਿਰਫ MLA ਤੱਕ ਹੈ, ਸਾਨੂੰ ਅੱਗੇ ਵਧਣ ਹੀ ਨਹੀਂ ਦਿੱਤਾ। ਸਾਡੀ ਲੀਡਰਸ਼ਿਪ ਜਿਹੜੀ ਹੈ ਬਹੁਤਕ, ਉਹਦੇ 'ਚ ਬਹੁਤਕ ਗੱਲ ਆਉਣ ਹੀ ਨਹੀਂ ਦਿੱਤੀ। ਤਾਂ ਹੁਣ ਪਤਾ ਲੱਗਦਾ ਹੈ ਵੀ
ਕੱਲ ਨੂੰ ਜੇ ਸਾਡੇ ਉੱਤੇ ਆਣ ਪਈ ਅਸੀਂ ਕੀ ਕਰਾਂਗੇ? ਅਸੀਂ ਐਡੀ ਵੱਡੀ ਲੜਾਈ ਲੜੀ, ਸਾਰੀ ਦੁਨੀਆ 'ਚ ਜੁਝਾਰੂ ਲਹਿਰ ਦਾ ਨਾਂ ਆਇਆ, ਲੇਕਿਨ ਹੁਣ ਸਾਇਲੈਂਸ। ਅਸੀਂ ਇਸ ਸਾਇਲੈਂਸ 'ਚੋਂ, ਇਹਨਾਂ ਕੰਢਿਆਂ ਵਿੱਚੋਂ ਆਪਣੇ ਰਾਹ ਕਿਵੇਂ ਲੱਭਣੇ ਨੇ? ਉਹਨਾਂ ਨੇ ਪੂਰਾ ਅਟੈਕ ਕੀਤਾ ਹੋਇਆ। ਤੋ ਜਗਜੀਤ ਸਿੰਘ ਦੀ ਸਭ ਤੋਂ ਵੱਡੀ ਦੇਣ ਕੀ ਸੀ? ਗੁਰੂ ਰੂਪ ਖਾਲਸਾ ਜੀ, ਦੋ ਸ਼ਬਦ ਨੇ, ਜਾਤ ਅਤੇ ਜਮਾਤ। ਜਾਤ ਕਾਸਟ ਹੈ, ਜਮਾਤ ਕਲਾਸ ਹੈ। ਉਹਨੇ ਦੋਹਾਂ 'ਚ ਫਰਕ ਦੱਸਿਆ ਕਿ ਕਲਾਸ ਜਿਹੜੀ ਹੈ, ਜਮਾਤ ਜਿਹੜੀ ਹੈ, ਜਿਵੇਂ ਮੈਂ ਮਤਲਬ ਇੰਟਲੈਕਚੁਅਲ ਹਾਂ, ਮੈਂ ਬੁੱਧੀਜੀਵੀ ਹਾਂ, ਕੋਈ ਬੰਦਾ ਜਿਹੜਾ ਮਾਸਟਰ ਲੱਗਾ ਹੋਇਆ, ਕੋਈ ਪ੍ਰੋਫੈਸਰ ਲੱਗਾ ਹੋਇਆ, ਇਹ ਕਲਾਸ ਹੈ, ਇਹ ਜਮਾਤ ਇਹਨੂੰ ਕਹਿੰਦੇ ਹਾਂ। ਅਤੇ ਕਾਸਟ, ਸਾਰਾ ਹਿੰਦੁਸਤਾਨ ਦੇਖੋ ਮਹਾਰਾਜ ਨੂੰ ਮਤਲਬ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਾਰਾ ਹਿੰਦੁਸਤਾਨ ਕਾਸਟ ਦੇ ਵਿੱਚ ਸੀਗਾ, ਵਿੱਚ ਕਾਸਟ ਵਿੱਚ ਚੰਬੜਿਆ ਪਿਆ ਸੀ। ਯਾਨੀ ਬ੍ਰਾਹਮਣ, ਖਸ਼ਤਰੀ, ਸ਼ੂਦਰ, ਵੈਸ਼, ਜਿੱਥੇ ਕਿਸੇ ਦਾ ਜਨਮ ਹੋ ਗਿਆ ਉਹ ਉੱਥੇ ਰਹੇਗਾ ਹੀ ਰਹੇਗਾ। ਉਹ ਹੱਦ ਉਹਦੀ ਬੰਨ ਦਿੱਤੀ, ਉਹ ਤੋੜ ਨਹੀਂ ਸਕਦਾ, ਜਿੰਨਾ ਮਰਜ਼ੀ ਜ਼ੋਰ ਲਾ ਲਏ। ਅੱਜ ਵੀ ਹਾਲਤ ਇੱਦਾਂ ਦੀ ਹੈ, ਕੋਈ ਬਹੁਤਾ ਫਰਕ ਨਹੀਂ। ਮਹਾਰਾਜ ਨੇ ਉਹਦੇ ਵਿੱਚੋਂ ਕੱਢਿਆ, ਪਹਿਲਾ ਇਨਕਲਾਬ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਜਦੋਂ ਇਹ ਕਹਿ ਦਿੱਤਾ ਵੀ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ, ਤਾਂ ਸਿੱਖ ਕੌਮ ਦੀ ਹੋਂਦ ਆ ਗਈ, ਸਿੱਖ ਕੌਮ ਵਜੂਦ ਵਿੱਚ ਆ ਗਈ। ਜਦੋਂ ਮਹਾਰਾਜ ਨੇ ਕਹਿ ਦਿੱਤਾ ਵੀ ਇਹ ਜਨੇਊ ਜੀਓ ਕਾ ਹੈ ਹੀ ਤਾਂ ਪਾਂਡੇ ਘੱਤ, ਉਹ ਜਨੇਊ ਚਾਹ ਉਹ ਹੈ ਨਹੀਂ ਸੀ ਇਹਨਾਂ ਕੋਲੇ, ਤਾਂ ਮਹਾਰਾਜ ਨੇ ਹਿੰਦੂਆਂ ਨਾਲੋਂ ਵੀ ਵੱਖਰਾ, ਮੁਸਲਮਾਨਾਂ ਨਾਲੋਂ ਵੀ ਵੱਖਰਾ। ਤੋ ਮੈਂ ਇਸ ਜਗਜੀਤ ਸਿੰਘ ਨੇ ਮਤਲਬ ਜਾਤ ਅਤੇ ਜਮਾਤ ਵਿੱਚ ਗੁਰੂ ਰੂਪ ਖਾਲਸਾ ਜੀ ਫਰਕ ਕਰਕੇ ਮਹਾਰਾਜ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਾਇਆ ਕਿ ਯਾਦ ਕੀਤਾ ਕਿ ਪਹਾੜੀ ਰਾਜੇ ਨੇ ਕਿਹਾ ਅਸੀਂ ਜੀ ਗੁਰੂ ਸਾਹਿਬ ਤੁਹਾਡੇ ਨਾਲ ਸਮਝੌਤਾ ਕਰਨਾ ਚਾਹੁੰਦੇ ਹਾਂ, ਅਸੀਂ ਮੁਗਲਾਂ ਦੇ ਖਿਲਾਫ ਲੜਦੇ ਹਾਂ, ਰਲ ਕੇ ਤੁਹਾਡੇ ਨਾਲ ਲੜਦੇ ਹਾਂ। ਮਹਾਰਾਜ ਕਹਿੰਦੇ ਮੇਰੀ ਸ਼ਰਤ ਹੈ, ਇਹ ਕਿਤਾਬ ਦੱਸਦੀ ਹੈ, ਮਹਾਰਾਜ ਕਹਿੰਦੇ ਮੇਰੀ ਸ਼ਰਤ ਹੈ ਕਿ ਜਿਹੜੇ ਸਭ ਤੋਂ ਨੀਵੇਂ, ਕਮੀਣ, ਸ਼ੂਦਰ ਮੇਰੇ ਨਾਲ ਉਹ ਹੋਣਗੇ, ਮੈਂ ਉਹਨਾਂ ਦੇ ਨਾਲ ਰਲ ਕੇ ਮਤਲਬ ਲੜਾਂਗਾ। ਉਹ ਤਿਆਰ ਹੀ ਨਹੀਂ ਸਨ, ਟੁੱਟ ਗਈ ਗੱਲਬਾਤ। ਪਹਾੜੀ ਰਾਜੇ ਵੇਖੋ ਕਿੰਨੀ, ਪਹਾੜੀ ਰਾਜਿਆਂ ਕੋਲ ਸਾਧਨ ਸੀ, ਉਹਨਾਂ ਕੋਲ ਫੌਜ ਦਾ ਤਜਰਬਾ ਸੀ, ਉਹਨਾਂ ਦੀਆਂ ਮੁਗਲਾਂ ਦੇ ਨਾਲ ਸਾਂਝਾਂ ਸੀ। ਜੇ ਗੁਰੂ ਸਾਹਿਬ ਚਾਹੁੰਦੇ ਸਮਝੌਤਾ ਕਰ ਲੈਂਦੇ, ਚਲੋ ਵੀ ਟੈਂਪਰੇਰੀ ਸਮਝੌਤਾ ਕਰ ਲੈਂਦੇ ਹਾਂ, ਪਰ ਨਹੀਂ, ਕਿਉਂਕਿ ਇੱਕ ਬਹੁਤ ਵੱਡੇ ਮਿਸ਼ਨ ਦੇ ਨਾਲ ਖਾਲਸਾ ਪੰਥ ਜੁੜਿਆ ਹੋਇਆ ਸੀ, ਅਤੇ ਬਹੁਤ ਵੱਡੀ ਗੱਲ ਸੀ। ਮਹਾਰਾਜ ਉਹਨਾਂ ਨੇ ਉੱਥੇ ਸਮਝੌਤਾ ਨਹੀਂ ਕੀਤਾ, ਔਰ ਫਿਰ ਲੜਾਈ ਜਿਹੜੀ ਹੈ ਪਹਾੜੀ ਰਾਜਿਆਂ ਨਾਲ ਹੀ ਆਣ ਪਈ, ਲਈ ਜਾਵੇ ਕੋਈ ਗੱਲ ਨਹੀਂ। ਜਗਜੀਤ ਸਿੰਘ ਇਹ ਦੱਸਦੇ ਨੇ ਕਿ ਰਾਜਪੂਤ, ਮਰਾਠੇ ਲੜਨ ਦੇ ਬਾਵਜੂਦ ਆਪਣੇ ਜਗੀਰਦਾਰ ਦੇ ਜਿਹੜੇ ਸੀ ਵਫਾਦਾਰ ਹੁੰਦੇ ਸਨ, ਪਰ ਇੱਥੇ ਜਿਹੜਾ ਗੁਰੂ ਚੇਲਾ ਇੱਕੋ ਭਾਅ ਵਿਕਦਾ ਹੈ, ਆਪੇ ਗੁਰ ਚੇਲਾ। ਭਾਈ ਗੁਰਦਾਸ ਜੀ ਨੇ ਵੀ ਮਤਲਬ ਦਸਮ ਪਾਤਸ਼ਾਹ ਦੇ ਉੱਤੇ ਟਿੱਪਣੀ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ। ਤੋ ਇੱਥੇ ਲੀਡਰਸ਼ਿਪ ਦਾ ਸਿਧਾਂਤ ਨਵਾਂ ਸੀ,
ਜਗਜੀਤ ਸਿੰਘ ਨੇ ਇਹ ਮਤਲਬ ਦੁਨੀਆ ਭਰ ਦੇ ਹਿਸਟੋਰੀਅਨ ਜਿਹੜੇ ਨੇ ਫਿਲੋਸਫਰ ਉਹਨਾਂ ਨੂੰ ਹਵਾਲੇ ਦੇ ਨਾਲ ਸਿੱਧ ਕੀਤਾ ਕਿ ਕਿਵੇਂ ਰਾਜਪੂਤਾਂ ਨਾਲੋਂ ਵੱਖਰੇ ਅਸੀਂ। ਮਰਾਠਿਆਂ ਦਾ ਵੀ ਇਹੀ ਹਾਲ ਸੀ, ਮਰਾਠਿਆਂ ਨੇ ਜਾਤ ਪਾਤ ਦਾ ਵਿਰੋਧ ਨਹੀਂ ਕੀਤਾ ਲੇਕਿਨ ਜਾਤ ਪਾਤ ਨੂੰ ਕਿਸੇ ਤਰੀਕੇ ਦੇ ਨਾਲ ਉਹਦੀ ਮਾਨਤਾ ਨਹੀਂ ਉਹਨਾਂ ਲਈ, ਇਹ ਇਹ ਉਹਨਾਂ ਦੀ ਪ੍ਰਾਪਤੀ ਸੀ ਮਰਾਠਿਆਂ। ਇਤਿਹਾਸਕਾਰ ਕਹਿੰਦੇ ਨੇ ਕਿ ਜਦੋਂ ਮਹਾਰਾਜ ਨੰਦੇੜ ਵੱਲ ਜਾ ਰਹੇ ਨੇ ਤਾਂ ਸ਼ਾਇਦ ਉਹ ਮਰਾਠਿਆਂ ਦੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਸੀ। ਚਲੋ ਉੱਥੇ ਹੀ ਮਤਲਬ ਨੰਦੇੜ ਵਿੱਚ ਹੀ ਸਾਰਾ ਕੁਛ ਹੋਊਗਾ, ਇਹ ਇਤਿਹਾਸ ਦਾ ਇੱਕ ਮਤਲਬ ਵੱਖਰਾ ਚੈਪਟਰ ਹੈ, ਇਹ ਕਦੇ ਫਿਰ ਆਪਾਂ ਮਤਲਬ ਡਿਸਕਸ ਕਰਾਂਗੇ। ਮਤਲਬ ਜਾਤ ਅਤੇ ਜਮਾਤ ਜਿਹੜੀ ਹੈ ਇਹਦਾ ਫਰਕ ਉਹਨਾਂ ਨੇ ਕੱਢਿਆ। ਔਰ ਇਸ ਕਿਤਾਬ ਵਿੱਚ 21 ਚੈਪਟਰਾਂ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਵੀ ਦਲਿਤਾਂ ਨਾਲ ਕੀ ਦੋਸਤੀ ਸੀ। ਦੇਖੋ ਸਭ ਤੋਂ ਹੇਠਲੀ ਜਮਾਤ ਦੁਨੀਆ ਭਰ ਵਿੱਚ ਗੁਰੂ ਰੂਪ ਖਾਲਸਾ ਜੀ, ਜਾਤ ਪਾਤ ਨਹੀਂ ਹੈਗੀ, ਕਿ ਦੁਨੀਆ ਭਰ ਵਿੱਚ ਜਾਤ ਪਾਤ ਨਹੀਂ ਹੈਗੀ, ਸਿਰਫ ਇੱਥੇ ਸੀ। ਇੰਨੇ ਚੀੜੇ ਸਮਾਜ ਵਿੱਚੋਂ ਕੱਢ ਕੇ ਬਾਹਰ ਲੈ ਜਾਣਾ ਅੱਜ ਵੀ ਕਿੰਨੀ ਮੁਸ਼ਕਲ ਹੈ, ਆਪਾਂ ਜਾਤਾਂ 'ਚ ਵੰਡੇ ਹੋਏ ਹਾਂ। ਪਰ ਜਾਤ ਇੱਕ ਆਈਡਿਆਲੋਜੀ ਦੇ ਤੌਰ 'ਤੇ ਨਹੀਂ ਸਿੱਖ ਪੰਥ ਮੰਨਦਾ, ਜਾਤ ਨੂੰ ਇੱਕ ਵਿਚਾਰਧਾਰਾ ਦੇ ਤੌਰ 'ਤੇ ਨਹੀਂ ਮੰਨਦਾ, ਉਹ 'ਚ ਸਾਡੇ 'ਚ ਕਮਜ਼ੋਰੀਆਂ ਹੈਗੀਆਂ। ਦੇਖਿਓ ਮੈਂ ਇਹ ਗੱਲ ਸਪਸ਼ਟ ਕਹਿਣਾ, ਜੱਟ, ਭਾਪਾ, ਦਲਿਤ, ਚੂੜਾ, ਚਮਾਰ, ਸ਼ੂਦਰ ਅਜੇ ਸਾਡੇ ਰਿਸ਼ਤੇ ਸਾਡੇ ਉਹਨਾਂ ਨਾਲ ਸਾਂਝਾ ਨਹੀਂ ਪਈਆਂ। ਯੂਨਾਈਟਿਡ ਸਿੱਖ ਪਾਰਟੀ ਨੇ ਇੱਧਰ ਜਾਣਾ ਤਾਂ ਸਿੱਖ ਰੈਵੋਲਿਊਸ਼ਨ ਕਿਤਾਬ ਜਿਹੜੀ ਹੈ ਇਹ ਦੱਸੂਗੀ ਕਿ ਲੀਡਰਸ਼ਿਪ ਕਿੱਦਾਂ ਦੀ ਸੀ, ਖਾਲਸੇ ਦੀ ਲੀਡਰਸ਼ਿਪ ਕਿੱਦਾਂ ਦੀ ਸੀ। ਉਹਦੀਆਂ ਐਗਜ਼ੈਂਪਲਾਂ ਦਿੱਤੀਆਂ ਨੇ ਕਿ ਚਮਕੌਰ ਦੀ ਗੜੀ ਵਿੱਚ ਖਾਲਸੇ ਨੇ ਕਿਹਾ ਕਿ ਮਹਾਰਾਜ ਤੁਸੀਂ ਛੱਡ ਜਾਓ, ਤੁਸੀਂ ਮੁੜ ਕੇ ਜਥੇਬੰਦ ਕਰ ਲਓਗੇ। ਮਹਾਰਾਜ ਨਹੀਂ ਮੰਨੇ ਅਤੇ ਫਿਰ ਹੁਕਮ ਜਾਰੀ ਕੀਤਾ। ਹੁਣ ਦੇਖੋ ਨਾ, ਇਹ ਬਹੁਤ ਵੱਡੀ ਘਟਨਾ, ਇਹੋ ਜਿਹੀ ਘਟਨਾ ਦਾ ਸੁੱਚੇ ਹੰਝੂਆਂ ਨਾਲ ਹੀ ਸਵਾਗਤ ਕੀਤਾ ਜਾ ਸਕਦਾ। ਇਹੋ ਹੀ ਘਟਨਾਵਾਂ ਨੇ ਜਿਹੜੀਆਂ ਮਤਲਬ ਸਾਨੂੰ ਜਿਹੜੀਆਂ ਨੇ ਅਮਰ ਕਰ ਦਿੰਦੀਆਂ ਨੇ। ਜਿਵੇਂ ਮੈਂ ਮਤਲਬ ਜੇ ਜਾਵਾਂ ਤੇ ਹੰਨੇ ਹੰਨੇ ਪੀਰੀ, ਹੰਨੇ ਹੰਨੇ ਮੀਰੀ, ਇਹ ਕੀ ਚੀਜ਼ ਹੈ ਵੀ ਹਰ ਇੱਕ ਜਿਹੜਾ ਵਿਅਕਤੀ ਹੈ ਖਾਲਸਾ ਜਿਹੜਾ ਸਿੱਖ ਜਿਹੜਾ ਉਹ ਮੀਰ ਵੀ ਹੋਵੇਗਾ, ਪੀਰ ਵੀ ਹੋਵੇਗਾ, ਉਹ ਰਾਜਨੀਤੀ ਨੂੰ ਵੀ ਅੰਡਰਸਟੈਂਡ ਕਰੇਗਾ, ਉਹ ਰੂਹਾਨੀਅਤ ਨੂੰ ਵੀ ਅੰਡਰਸਟੈਂਡ ਕਰੇਗਾ। ਇਹ ਦੋਵਾਂ ਚੀਜ਼ਾਂ ਦਾ ਜਿਹੜਾ ਸੰਗਮ ਹੈ ਸੁਮੇਲ ਕੀਤਾ, ਭਲਾ ਇਹਦਾ ਰਿਜ਼ਲਟ ਕਿੱਥੇ ਆਇਆ? ਕਦੇ ਤੁਸੀਂ ਸੋਚਿਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ ਤਾਂ ਇੱਕ ਨੌਜਵਾਨ ਪਿਸਤੌਲ ਲੈ ਕੇ ਤੇ ਥਾਣੇ ਵਿੱਚ ਚਲੇ ਜਾਂਦਾ, ਨਾ ਕਿਸੇ ਉਹਦਾ ਜਥੇਬੰਦੀ ਨਾਲ ਸੰਬੰਧ ਹੈ। ਇਹ ਕੀ ਹੈ ਕਿ ਉਹਦੇ ਅੰਦਰ ਖਾਲਸੇ ਦੀ ਜਿਹੜੀ ਰੂਹ ਪਈ ਹੈ ਉਹ ਜਾਗ ਪਈ। ਬੋਤਾ ਸਿੰਘ ਤੇ ਗਰਜਾ ਸਿੰਘ 'ਚ ਕੀ ਹੋਇਆ? ਜਦੋਂ ਮਤਲਬ ਬੋਤਾ ਸਿੰਘ ਗਰਜਾ ਸਿੰਘ ਜਿਹੜੇ ਨੇ, ਆਪਾਂ ਸਾਰਾ ਇਤਿਹਾਸ ਪੜ੍ਹਿਆ, ਇਹ ਮੈਂ ਇਹਨਾਂ ਦੀ ਵਿਆਖਿਆ ਕਰਨੀ ਚਾਹੁੰਦਾ, ਮੈਂ ਤਾਂ ਤੁਹਾਨੂੰ ਕਿਹਾ ਪਤਾ ਤੁਹਾਨੂੰ ਸਾਰਾ ਹੀ ਗਿਆ, ਪਰ ਇਹ ਕਿਉਂ ਹੈ ਇੱਦਾਂ? ਕਿਉਂਕਿ ਉਹਨਾਂ ਨੇ ਹੰਨੇ ਹੰਨੇ ਮੀਰੀ ਦਾ ਸਿਧਾਂਤ ਜਿਹੜਾ ਸੀ ਪਾ ਦਿੱਤਾ, ਅੱਜ ਵੀ ਹੈਗਾ, ਅੱਜ ਵੀ ਹੈਗਾ।
ਲੇਕਿਨ ਸਾਨੂੰ ਅਜੇ ਪਤਾ ਨਹੀਂ ਲੱਗ ਰਿਹਾ। ਜਦੋਂ ਅਸੀਂ ਬੜੇ ਉਦਾਸ ਹੋ ਜਾਂਦੇ ਹਾਂ, ਸਾਨੂੰ ਇੰਝ ਲੱਗਦਾ ਵੀ ਇਸ ਸੰਕਟ ਦਾ ਕੋਈ ਹੱਲ ਨਹੀਂ, ਸਾਨੂੰ ਇੰਝ ਲੱਗਦਾ ਕਿ ਅਸੀਂ ਬਿਲਕੁਲ ਨਿਵਾਣਾ ਵੱਲ ਜਾ ਰਹੇ ਹਾਂ, ਉਦੋਂ ਆਹ ਚੀਜ਼ਾਂ ਜਿਹੜੀਆਂ ਨੇ ਹੰਨੇ ਹੰਨੇ ਮੀਰੀ ਹੰਨੇ ਹੰਨੇ ਪੀਰੀ, ਪਤਾ ਨਹੀਂ ਕਦੋਂ ਕਿਸ ਵਿਅਕਤੀ ਉੱਤੇ ਮਹਾਰਾਜ ਨੇ ਬਖਸ਼ਿਸ਼ ਕਰਨੀ ਹੈ। ਅਤੇ ਦੂਜਾ ਜਿਹੜਾ ਜਥੇਬੰਦੀ ਦਾ ਜਿਹੜਾ ਕੰਮ ਹੈ, ਇਹ ਮਤਲਬ ਜਿਹੜਾ ਉਹ ਹੋਣਾ ਚਾਹੀਦਾ ਨਾਲ ਦੀ ਨਾਲ। ਮੈਂ ਕੁਛ ਸਰਦਾਰ ਜਗਜੀਤ ਸਿੰਘ, ਦੁਨੀਆਂ ਵਿੱਚ ਤਿੰਨ ਇਨਕਲਾਬ ਆਏ ਨੇ, ਇੱਕ ਰਸ਼ੀਅਨ ਇਨਕਲਾਬ, ਰੂਸੀ ਇਨਕਲਾਬ, ਸੋਵੀਅਤ ਯੂਨੀਅਨ ਦਾ ਇਨਕਲਾਬ 1917 ਦਾ, ਇੱਕ ਫਰੈਂਚ ਰੈਵੋਲੂਸ਼ਨ 1799 ਦਾ। ਦੇਖੋ ਕੁਦਰਤ ਦਾ ਕੋਈ ਇਤਫਾਕ ਬਸ, ਉਦੋਂ ਅਸੀਂ ਵੀ ਲੜ ਰਹੇ ਸਾਂ, ਉਸ ਦੌਰ ਵਿੱਚ ਅਸੀਂ ਵੀ ਇੱਥੇ ਫਾਈਟ ਕਰ ਰਹੇ ਸਾਂ। ਔਰ ਤੀਜਾ ਅਮੈਰੀਕਨ ਰੈਵੋਲੂਸ਼ਨ। ਹੁਣ ਇਹ ਜਿਹੜੇ ਗੁਰੂ ਰੂਪ ਖਾਲਸਾ ਜੀ, ਇਹ ਜਿਹੜੇ ਤਿੰਨ ਇਨਕਲਾਬ ਨੇ, ਫਰੈਂਚ ਰੈਵੋਲੂਸ਼ਨ, ਅਮੈਰੀਕਨ ਰੈਵੋਲੂਸ਼ਨ, ਸੋਵੀਅਤ ਰੈਵੋਲੂਸ਼ਨ, ਇਹਨਾਂ ਨੂੰ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਜਿਹੜਾ ਖਾਲਸੇ ਨੂੰ ਕਰਨਾ ਪਿਆ। ਉਹ ਇੰਡਸਟਰੀਅਲ ਰੈਵੋਲੂਸ਼ਨ, ਜਿਹੜਾ ਨੂੰ ਸਨਅਤੀ ਇਨਕਲਾਬ ਕਹਿੰਦੇ ਨੇ, ਉਹਦੇ ਵਿੱਚੋਂ ਨਿਕਲ ਕੇ ਇਨਕਲਾਬ ਆਇਆ। ਆਸਾਨ ਕੰਮ ਸੀ, ਲੇਕਿਨ ਜਗੀਰਦਾਰੀ ਸਿਸਟਮ ਦੇ ਵਿੱਚੋਂ ਕੱਢ ਕੇ ਮਹਾਰਾਜ ਨੇ ਮਤਲਬ ਜਿਹੜਾ ਇਨਕਲਾਬ ਲਿਆਂਦਾ, ਉਹ ਇਸ ਉਹਦੀ ਝਲਕਾਂ ਜਿਹੜੀਆਂ ਨੇ, ਉਹਦੀਆਂ ਖੂਬਸੂਰਤ ਝਲਕਾਂ ਜਿਹੜੀਆਂ ਨੇ, ਮਤਲਬ ਤੁਹਾਨੂੰ ਐਗਜ਼ੈਂਪਲਾਂ ਮਿਲਣਗੀਆਂ। ਤੁਹਾਨੂੰ ਮਤਲਬ ਜਿਹੜੇ ਵਿਦਵਾਨ ਨੇ, ਜਿਹੜੇ ਬਾਹਰਲੇ ਵਿਦਵਾਨ ਨੇ, ਹੈਰਾਨ ਹੋਣਗੇ ਵੀ ਐਡੀ ਕਿਹੜੀ ਗੱਲ ਸੀਗੀ ਜਿਹੜੀ ਕਿ ਇੱਥੇ ਮਤਲਬ ਪੰਜਾਬ ਦੀ ਧਰਤੀ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹਦੀ ਸਿਰਜਣਾ ਕਰ ਦਿੱਤੀ, ਜਿਹਨੂੰ ਲੈ ਆਉਂਦਾ। ਤੋ ਉਹ ਇਨਕਲਾਬ ਜਿਹੜੇ ਸੀ ਉਹਨਾਂ ਨਾਲੋਂ ਨਿਖੇੜਾ ਕੀਤਾ, ਇੱਕ ਚੈਪਟਰ ਪੂਰਾ। ਤੁਹਾਨੂੰ ਪਤਾ ਲੱਗੇਗਾ ਫਰਾਂਸ ਦਾ ਇਨਕਲਾਬ ਕੀ ਸੀ, ਤੁਹਾਨੂੰ ਪਤਾ ਲੱਗੇਗਾ ਅਮੈਰੀਕਾ ਦੇ ਵਿੱਚ ਇੱਕ ਰੈਵੋਲੂਸ਼ਨ ਆਇਆ, ਲੇਕਿਨ ਗੁਲਾਮਾਂ ਦੀ ਸਥਿਤੀ ਉਵੇਂ ਹੀ ਸੀ, ਔਰਤਾਂ ਦੀ ਸਥਿਤੀ ਉੱਦਾਂ ਸੀ। ਔਰਤਾਂ ਨੂੰ ਤਾਂ ਹੁਣੇ ਜਿਹੀ ਮਤਲਬ ਉਹਨਾਂ ਨੂੰ ਵੋਟ ਦਾ ਅਧਿਕਾਰ ਮਿਲਿਆ ਅਮੈਰੀਕਾ ਦੇ ਵਿੱਚ, 20ਵੀਂ ਸਦੀ ਵਿੱਚ ਮਿਲਿਆ। ਤੋ ਫਰਾਂਸ ਦਾ ਰੈਵੋਲੂਸ਼ਨ ਵੀ ਇੱਦਾਂ ਸੀ, ਮਿਡਲ ਕਲਾਸ ਅੱਗੇ ਸੀ। ਲੇਕਿਨ ਪੰਜਾਬ ਦੀ ਧਰਤੀ ਉੱਤੇ ਗੋਕਲ ਚੰਦ ਨਾਰੰਗ ਨੂੰ ਕੋਟ ਕੀਤਾ ਇਹਨਾਂ ਨੇ ਕਿ ਪੰਜ ਪਿਆਰਿਆਂ ਵਿੱਚੋਂ ਚਾਰ ਕਹਿੰਦਾ ਸ਼ੂਦਰ ਸਨ, ਯਾਨੀ ਜੱਟ, ਜਿਹੜੇ ਅੱਜ ਆਪਣੇ ਆਪ ਨੂੰ ਬਹੁਤ ਵੱਡੀ ਮੰਨਦੇ ਆ ਵੀ ਸਾਡੀ ਜਿਹੜੀ ਹਾਇਰ ਕਾਸਟ ਮੰਨਦੇ ਆ, ਮਾਣ ਨਾਲ ਕਹਿੰਦੇ ਨੇ, ਉਹ ਬਾਹਮਣਾਂ ਦੀਆਂ ਨਜ਼ਰਾਂ ਵਿੱਚ ਸ਼ੂਦਰ ਦੇ ਵਿੱਚ ਆਉਂਦੇ ਸਨ, ਉਹ ਕੈਟੇਗਰੀ 'ਚ ਆਉਂਦੇ ਸਨ, ਉਸ ਵਰਗ ਵਿੱਚ ਆਉਂਦੇ ਸਨ। ਤੋ ਚਾਰ ਸ਼ੂਦਰ ਸਨ। ਤੋ ਇੱਦਾਂ ਦਾ ਮਤਲਬ ਜਿਹੜਾ ਇਨਕਲਾਬ, ਜਿਹੜਾ ਮਤਲਬ ਇਸ ਧਰਤੀ ਉੱਤੇ ਜਿਹੜਾ ਮਤਲਬ ਮਹਾਰਾਜ ਲੈ ਕੇ ਆਏ, ਇਹ ਵੀ ਗੱਲ ਬੜੀ ਵਧੀਆ ਵੱਡੀ ਗੱਲ ਕੀਤੀ ਵੀ ਲੀਡਰ ਜਿਹੜਾ, ਮੈਂ ਲੀਡਰਸ਼ਿਪ ਦਾ ਆਪਾਂ ਗੱਲ ਕਰਦੇ ਹਾਂ ਨਾ, ਵੀ ਲੀਡਰ ਮਹਾਰਾਜ ਨੇ ਅੰਮ੍ਰਿਤ ਛਕਾਤਾ, ਤਾਂ ਮਹਾਰਾਜ ਅਤੇ ਸਿੱਖਾਂ 'ਚ ਫਰਕ ਹੋ ਗਿਆ? ਮਹਾਰਾਜ ਨੇ ਫਰਕ ਵੀ ਮੇਟ ਦਿੱਤਾ, ਆਪ ਉਹਨਾਂ ਕੋਲ ਛਕਿਆ ਅੰਮ੍ਰਿਤ। ਅਤੇ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਮਤਲਬ ਜਿਹੜੀਆਂ ਉਦੋਂ ਹੋਈਆਂ, ਉਹਦੀ ਉਹ ਲੀਡਰਸ਼ਿਪ ਅਤੇ ਪ੍ਰੈਜ਼ੈਂਟ ਲੀਡਰਸ਼ਿਪ,
ਇਹਦਾ ਟਾਕਰਾ ਕਰੋ। ਇਹ ਕਿਤਾਬ ਪੜ੍ਹ ਕੇ ਤੁਹਾਨੂੰ ਤੁਹਾਡੇ ਅੰਦਰ ਉਤਸ਼ਾਹ ਜਾਗੇਗਾ ਕਿ ਜਿਹੜੀ ਅੱਜ ਦੀ ਲੀਡਰਸ਼ਿਪ ਕਿੱਥੇ ਖੜੀ ਹੈ ਅਤੇ ਉਸ ਵੇਲੇ ਦੀ ਲੀਡਰਸ਼ਿਪ ਕਿੱਥੇ ਖੜੀ ਸੀ, ਉਸ ਲੀਡਰਸ਼ਿਪ ਵਿੱਚ ਕਿਹੜੇ ਨੁਕਸ ਸਨ ਅਤੇ ਉਹ ਅੱਜ ਅਸੀਂ ਨੁਕਸ ਕਿਵੇਂ ਦੂਰ ਕਰਨੇ ਹਨ, ਇਹ ਵੱਡੀ ਗੱਲ ਹੈਗੀ ਆ। ਯਾਨੀ ਕਿ ਮੈਨੂੰ ਇੰਝ ਲੱਗਦਾ ਜਿਸ ਤਰ੍ਹਾਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਉਹ ਵੋਟ ਬੈਂਕ ਦੇ ਉੱਤੇ ਖੜੀਆਂ ਨੇ। ਹੁਣ ਤੁਸੀਂ ਵੇਖੋ ਕਸ਼ਮੀਰ ਦੇ ਬਾਰੇ ਅਕਾਲੀ ਦਲ ਨਹੀਂ ਬੋਲਿਆ, ਕਿੰਨੀ ਵੱਡੀ ਗੱਲ ਸੀ। ਇੱਕ ਸਿੱਖ ਹੋਣ ਦੇ ਨਾਤੇ ਸਾਨੂੰ ਹਾ ਦਾ ਨਾਰਾ ਮਾਰਨਾ ਚਾਹੀਦਾ ਸੀ ਉਹਨਾਂ ਦੇ ਹੱਕ ਵਿੱਚ, ਇੰਨਾ ਹੀ ਇੱਕ ਬਿਆਨ ਹੀ ਦੇਣਾ ਸੀ, ਪਰ ਨਹੀਂ, ਕਿਉਂਕਿ ਪੰਜਾਬ ਦਾ ਹਿੰਦੂ ਜਿਹੜਾ ਉਹ ਤੁਹਾਡੇ ਤੋਂ ਟੁੱਟ ਜਾਏਗਾ, ਤੁਹਾਡੇ ਕੋਲੋਂ ਉਹ ਵੋਟ ਨਹੀਂ ਰਹੇਗੀ। ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਵਿੱਚੋਂ, ਸਿੱਖਾਂ ਦੇ ਵਿੱਚੋਂ ਸਾਡੀ ਪੋਜੀਸ਼ਨ ਬਹੁਤ ਖਰਾਬ ਹੋ ਗਈ ਹੈ ਅਤੇ ਹਿੰਦੂ ਦੀ ਸਾਰੀ ਵੋਟ ਜਿਹੜੀ ਖਿੱਚ ਲਈਏ ਅਤੇ ਸਿੱਖ ਤਾਂ ਵੈਸੇ ਵੰਡੇ ਹੀ ਜਾਣੇ ਨੇ ਜਦੋਂ ਇਹਨਾਂ 'ਚ ਫੁੱਟ ਤਾਂ ਪੈਣੀ, 50% ਜਿਹੜੇ ਨੇ ਪਿੰਡਾਂ ਦੇ ਵਿੱਚ 50% ਹੁੰਦੇ ਨੇ ਤਾਂ ਇਹਨਾਂ ਨੂੰ ਇਸ ਵੇਲੇ ਡਰ ਹੈ। ਤਾਂ ਵੋਟ ਬੈਂਕ ਦੇ ਨਾਲ ਵੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਵੀ ਪੰਜਾਬ ਦੀ ਧਰਤੀ ਉੱਤੇ ਇੱਦਾਂ ਦੀ ਵੱਡੀ ਘਟਨਾ ਹੋ ਜਾਵੇ, ਕਦੀ ਇਹਦੇ ਮਤਲਬ ਰੀਜ਼ਨ ਦੱਸੋ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋ ਕਿਉਂ ਰਹੀ ਹੈ? ਕਿਉਂ? ਕਿਉਂਕਿ ਇਹ ਗ੍ਰੰਥ ਨੇ ਦੁਨੀਆ ਦੀ ਅਗਵਾਈ ਕਰਨੀ, ਇਹ ਗੱਲ ਪਤਾ ਦਿੱਲੀ ਨੂੰ। ਇੱਕ ਮੀਟਿੰਗ ਬਕਾਇਦਾ ਹੋਈ ਜਿਹਦੀ ਮਤਲਬ ਇੱਕ ਵਿਦਵਾਨ ਨੇ ਜ਼ਿਕਰ ਵੀ ਕੀਤਾ, ਉਹਦੇ ਵਿੱਚ ਕ੍ਰਿਸਚਨ ਅਤੇ ਇਸਲਾਮ ਇਕੱਠੇ ਹੋਏ ਤਾਂ ਉਹਨਾਂ ਕਿਹਾ ਵੀ ਸਭ ਤੋਂ ਵੱਡਾ ਤੁਹਾਡਾ ਦੁਸ਼ਮਣ ਕਿਹੜਾ? ਤਾਂ ਦੋਵਾਂ ਨੇ ਇੱਕ ਸਾਂਝੀ ਗੱਲ, ਮਤਲਬ ਜਿਹੜੀ ਕ੍ਰਿਸਚੈਨਿਟੀ ਜਿਹੜੀ ਹੈ, ਉਹਨਾਂ ਕਿਹਾ ਸਾਡਾ ਇਸਲਾਮ ਹੈ ਦੁਸ਼ਮਣ, ਕ੍ਰਿਸਚਨ ਅਤੇ ਹਿੰਦੂਆਂ ਦੀ ਜਿਹੜੀ ਮੀਟਿੰਗ, ਹਿੰਦੂਆਂ ਨੇ ਕਿਹਾ ਵੀ ਸਾਡਾ ਵੀ ਇਸਲਾਮ ਨਹੀਂ ਹੈਗਾ, ਸਾਡਾ ਨੰਬਰ 1 ਦੁਸ਼ਮਣ ਸਿੱਖ ਹੈ। ਇਹ ਕਿਵੇਂ? ਕਿਉਂਕਿ ਸਿੱਖ ਸਿਧਾਂਤ ਜਿਹੜਾ ਹੈ ਨਾ ਉਹ ਟਕਰਾਉਂਦਾ। ਇਹ ਟਾਕਰੇ ਦੀ ਗਹਿਰਾਈ ਦਾ ਸਾਨੂੰ ਨਹੀਂ ਪਤਾ ਹੈ। ਆ ਪ੍ਰੋਬਲਮ ਆ ਇੱਥੇ ਪਈ ਹੈ ਕਿ ਉਹ ਸਿੱਖਾਂ, ਉਹਨਾਂ ਨੂੰ ਲੱਗਦਾ ਵੀ ਇੱਕ ਰੱਬ ਦਾ ਜਿਹੜਾ ਸਿਧਾਂਤ ਹੈ ਨਾ ਉਹਨਾਂ ਲਈ ਖਤਰੇ ਦੀ ਘੰਟੀ ਹੈ। ਜਦੋਂ ਪਹਿਲਾਂ ਹੀ ਮਤਲਬ ਇੱਕ ਓਂਕਾਰ ਕਹਿਤਾ ਮਹਾਰਾਜ ਨੇ, ਇਹ ਫਿਲੋਸਫੀ ਦੀਆਂ ਗੱਲਾਂ ਨੇ, ਇਹ ਬਹੁਤ ਡੂੰਘੀਆਂ ਗੱਲਾਂ ਨੇ, ਗਿੱਟੇ ਗਿੱਟੇ ਪਾਣੀਆਂ ਵਿੱਚ ਤਾਂ ਤਰਨ ਦੀ ਜਾਂਚ ਨਹੀਂ ਨਾ ਸਿੱਖੀ ਜਾ ਸਕਦੀ। ਖਾਲਸਾ ਕਿਸ਼ਤੀ ਕਿਨਾਰੇ 'ਤੇ ਬਹਿ ਕੇ ਤਾਂ ਨਹੀਂ ਚਲਾਈ ਜਾ ਸਕਦੀ, ਜੇ ਕੋ ਡੁੱਬੈ ਫਿਰ ਹੋਵੇ ਸਾਰ। ਜੇ ਤੁਸੀਂ ਜ਼ਿੰਦਗੀ ਦੇ ਪਾਣੀਆਂ ਵਿੱਚ ਡੁੱਬਦੇ ਨਹੀਂ, ਗੋਤੇ ਨਹੀਂ ਖਾਂਦੇ ਤਾਂ ਤੁਹਾਨੂੰ ਜ਼ਿੰਦਗੀ ਦੀ ਅਸਲੀਅਤ ਦਾ ਪਤਾ ਨਹੀਂ ਲੱਗ ਸਕੇਗਾ। ਬਾਰ ਬਾਰ ਮਹਾਰਾਜ ਨੇ ਮਤਲਬ ਇਹ ਕਿਹਾ ਹੋਇਆ। ਤਾਂ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਇਸ ਸਾਰੀ ਦੁਨੀਆ ਨੂੰ ਅਗਵਾਈ ਕਰਨੀ ਹੈ। ਮੈਂ ਨਹੀਂ ਕਿਹਾ ਇਹ ਗੱਲ, ਮੈਂ ਨਹੀਂ ਕਹੀ, ਇਹ ਕੱਟੜ ਕ੍ਰਿਸਚਨ ਨੇ ਕਹੀ ਹੈ, ਜਿਹੜਾ ਦੁਨੀਆ ਦੇ ਮਹਾਨ ਵਿਦਵਾਨਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਟੌਪ ਦੇ ਜਿਹੜੇ 10-12 ਇਤਿਹਾਸਕਾਰ ਨੇ ਉਹਨਾਂ ਵਿੱਚੋਂ ਆਉਂਦਾ ਉਹ ਆਰਨਲਡ ਟੈਨ ਵੀ, ਅਤੇ ਉਹ ਇਹ ਕਹਿ ਰਿਹਾ ਕਿਉਂ ਭਲਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀ ਹੈ? ਜਦੋਂ ਆਪਾਂ ਮੱਥਾ ਟੇਕਤਾ ਮਹਾਰਾਜ ਅੱਗੇ
ਦਿੱਤਾ ਪਰ ਦਲਿਤਾਂ ਨੂੰ ਵੀ ਟੇਕਤਾ, ਉਹਦੇ ਗੁਰੂ ਭਗਤ ਰਵਿਦਾਸ ਜੀ ਨੂੰ ਮੱਥਾ ਟੇਕਤਾ। ਪਰ ਭਗਤ ਰਵਿਦਾਸ ਦੇ ਪੈਰੋਕਾਰਾਂ ਨਾਲ ਸਾਡੀ ਕੀ ਸਾਂਝ ਹੈ ਇਹ ਸੋਚਣਾ ਪਵੇਗਾ। ਇਹੀ ਸਾਂਝ ਨੂੰ ਉਹਨਾਂ ਨੇ ਦੂਰ ਕਰ ਦਿੱਤਾ, ਦਲਿਤ ਸਾਡੇ ਤੋਂ ਦੂਰ ਕਰ ਦਿੱਤੇ ਗਏ ਨੇ ਅੱਜ। ਮਤਲਬ ਉਹ ਸਿੱਖ ਪਹਿਲਾਂ ਸਿੱਖਾਂ ਤੋਂ ਦੂਰ ਸਨ, ਹੁਣ ਸਿੱਖੀ ਤੋਂ ਵੀ ਦੂਰ ਹੁੰਦੇ ਜਾ ਰਹੇ। ਦੇਖੋ ਮੈਂ ਦੋ ਗੱਲਾਂ ਕਹੀਆਂ, ਜਲੰਧਰ ਦੇ ਜਿਹੜੇ ਵਾਲਮੀਕੀ ਨੇ, ਤੁਸੀਂ ਕਦੀ ਉਹਨਾਂ ਉਹ ਸਟੱਡੀ ਕੀਤੀ ਹੋਵੇ, ਉਹ ਪਹਿਲਾਂ ਸਿੱਖਾਂ ਦੇ ਖਿਲਾਫ ਸਨ, ਸਿੱਖੀ ਦੇ ਨਹੀਂ ਸਨ, ਹੁਣ ਸਿੱਖੀ ਦੇ ਵੀ ਖਿਲਾਫ ਨੇ। ਇਹ ਸਾਰਾ ਜਿਹੜਾ ਮਤਲਬ ਜਿਹੜਾ ਢਾਂਚਾ ਸਮਝਣਾ ਪੈਣਾ ਆਪਾਂ ਨੂੰ, ਇਹ ਕਿਤਾਬ ਦੱਸੇਗੀ। ਮੈਂ ਪਿਛਲੀ ਮੀਟਿੰਗ 'ਚ ਵੀ ਕਿਹਾ ਸੀ ਕਿ ਪੰਜਾਬ ਦਾ ਪਾਪੂਲੇਸ਼ਨ ਦਾ ਢਾਂਚਾ ਬਦਲਿਆ ਜਾ ਰਿਹਾ, ਇਹਨੂੰ ਡੈਮੋਗ੍ਰਾਫਿਕ ਸਟਰਕਚਰ ਕਹਿੰਦੇ ਨੇ। ਇਹ 2021 ਦੀ ਮਰਦਮਸ਼ੁਮਾਰੀ ਵਿੱਚ ਦੇਖ ਲੈਣਾ, ਪੰਜਾਬੀ ਬੋਲਣ ਵਾਲਿਆਂ ਦੀ ਵੀ ਗਿਣਤੀ ਘਟੇਗੀ, ਸਿੱਖਾਂ ਦੀ ਵੀ ਗਿਣਤੀ ਘਟੇਗੀ। ਕਿਉਂ? ਉਹਨਾਂ ਨੇ ਕੈਟੇਗਰਾਈਜ਼ ਕਰ ਦਿੱਤਾ, ਨਿਰੰਕਾਰੀ ਆਪਣੇ ਆਪ ਨੂੰ ਨਿਰੰਕਾਰੀ ਕਹਿਣਗੇ, ਰਾਧਾ ਸਵਾਮੀ ਆਪਣੇ ਆਪ ਨੂੰ ਰਾਧਾ ਸਵਾਮੀ ਕਹਿਣਗੇ। ਇੱਦਾਂ ਮਤਲਬ ਵੰਡ ਕਰ ਦਿੱਤੀ ਗਈ ਹੈ ਕਿ ਸਿੱਖ ਜਿਹੜੇ ਨੇ ਕੋਈ ਸਟਰਗਲ ਨਾ ਕਰ ਸਕਣ, ਕੱਲ੍ਹ ਨੂੰ ਕੋਈ ਜੱਦੋਜਹਿਦ ਨਾ ਕਰ ਸਕਣ। ਸੋ ਇਹ ਸਾਰੀਆਂ ਗੱਲਾਂ ਇੰਟਲੈਕਚੁਅਲ ਲੈਵਲ 'ਤੇ, ਬੌਧਿਕ ਲੈਵਲ 'ਤੇ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਜੇ ਸਾਡੇ ਕੋਲ ਅੰਕੜੇ ਨਹੀਂ ਹੈਗੇ, ਜੇ ਅਸੀਂ ਕਿਤਾਬਾਂ ਨਹੀਂ ਪੜ੍ਹਦੇ, ਤਾਂ ਫਿਰ ਅਸੀਂ ਟੇਬਲ 'ਤੇ ਜਾ ਕੇ ਗੱਲ ਕਿਵੇਂ ਕਰਾਂਗੇ? ਜਿਵੇਂ ਹੁਣੇ ਇੱਕ ਵੀਰ ਨੇ ਕਿਹਾ ਵੀ ਸੀ ਵੀ ਸਾਡੇ ਕੋਲ ਸਾਡੇ 'ਚ ਵੱਡੇ ਵਿਦਵਾਨ ਹੋਣੇ ਚਾਹੀਦੇ ਨੇ। ਮੇਰੀ ਇਹ ਤਮੰਨਾ ਹੈ ਕਿ ਯੂਨਾਈਟਿਡ ਸਿੱਖ ਪਾਰਟੀ ਦਾ ਹਰ ਇੱਕ ਵੀਰ ਇਹਨਾਂ ਪ੍ਰੋਬਲਮ ਦੇ ਵਿੱਚ ਡੁੱਬੇ। ਤੁਸੀਂ ਇੱਕ ਮੈਸੇਜ ਲੈ ਕੇ ਜ਼ਰੂਰ ਜਾਓ ਅੱਜ ਕਿ ਅਸੀਂ ਪੜ੍ਹਨਾ। ਮਤਲਬ ਮੇਰਾ ਇੱਕ ਦੋਸਤ ਕਹਿੰਦਾ ਵਾ ਵੀ ਕਰਮਜੀਤ ਤੂੰ ਐਵੇਂ ਲੱਗਾ ਰਹਿਣਾ ਵੀ ਸਿੱਖ ਗੋਲੀ ਖਾਣ ਨੂੰ ਤਿਆਰ ਹੋ ਜਾਂਦਾ ਪਰ ਕਿਤਾਬ ਨਹੀਂ ਉਹਨੇ ਪੜ੍ਹਨੀ, ਗੋਲੀ ਖਾ ਲੂਗਾ ਉਹ। ਮੈਨੂੰ ਮਤਲਬ ਕਹਿੰਦਾ, ਮੈਂ ਕਹਿੰਦਾ ਆਪਣੇ ਸਾਹਮਣੇ ਇਹ ਚੈਲੰਜ ਹੈ, ਇੱਕ ਵੰਗਾਰ ਹੈ, ਇੱਕ ਚੁਣੌਤੀ ਹੈ। ਆਪਾਂ ਇਸ ਚੁਣੌਤੀ ਦਾ ਗੁਰੂ ਰੂਪ ਖਾਲਸਾ ਜੀ ਟਾਕਰਾ ਕਰਨਾ ਪੈਣਾ ਆਪਾਂ ਨੂੰ। ਆਪਾਂ ਨੂੰ ਵੇਖਣਾ ਪੈਣਾ ਕਿ ਕਿਹੜੀਆਂ ਕਿਤਾਬਾਂ ਸਾਡੀ ਅਗਵਾਈ ਕਰ ਸਕਦੀਆਂ ਨੇ। ਹਰਿੰਦਰ ਸਿੰਘ ਮਹਿਬੂਬ ਨੇ ਸਹਿਜੇ ਰਚੋ ਖਾਲਸਾ ਇੱਕ ਵੱਡੀ, ਮਤਲਬ ਕਿੰਨਿਆਂ ਕੁ ਨੂੰ ਪਤਾ ਕਿ ਸਹਿਜੇ ਰਚੋ ਖਾਲਸਾ ਜਿਹੜੀ ਕਿਤਾਬ ਹੈ ਉਹ ਇੱਕ ਬਹੁਤ ਵੱਡਾ ਸ਼ਾਹਕਾਰ ਹੈ। ਉਹ ਦੱਸਦਾ ਕਿ ਸਿਧਾਂਤ ਰੂਪ ਵਿੱਚ ਅਸੀਂ ਕਿੱਥੇ ਖੜੇ ਹਾਂ, ਸਾਨੂੰ ਕੀ ਹੋਣਾ ਚਾਹੀਦਾ, ਅਸੀਂ ਕੀ ਸਾਂ, ਕੀ ਹਾਂ, ਹੁਣ ਕੀ ਹਾਂ। ਇਹ ਉਹ ਕਿਤਾਬ ਬਹੁਤ ਘੱਟ ਲੋਕਾਂ ਨੇ ਪੜ੍ਹੀ ਹੈ। ਔਰ ਮੇਰੇ ਦੋਸਤ ਤੇ ਕਹਿੰਦੇ ਨੇ ਯਾਰ ਸਮਝ ਨਹੀਂ ਲੱਗਦੀ। ਸਮਝ ਲੱਗੂਗੀ ਕਿਵੇਂ? ਜਦੋਂ ਤੱਕ ਤੁਸੀਂ ਵੈਦਿਕ ਸੰਸਕ੍ਰਿਤੀ ਨੂੰ ਨਹੀਂ ਜਾਣਦੇ, ਤੁਸੀਂ ਮਤਲਬ ਹਿੰਦੂ ਧਰਮ ਦੀ ਗਹਿਰਾਈਆਂ 'ਚ ਨਹੀਂ ਜਾਣਦੇ, ਤੁਸੀਂ ਵਿਪਰ ਸੰਸਕਾਰ ਦੀਆਂ ਗਹਿਰਾਈਆਂ ਵਿੱਚ ਨਹੀਂ ਡੁੱਬਦੇ, ਫਿਰ ਤੁਹਾਨੂੰ ਕਿਵੇਂ ਪਤਾ ਲੱਗੂਗਾ? ਫਿਰ ਤੁਸੀਂ ਨਾਂ ਦੇ ਸਿੱਖ ਹੋਵੋਗੇ। ਇੱਕ ਸਵਾਲ ਇੱਕ ਵੀਰ ਨੇ ਕੀਤਾ ਸੀ, ਗੱਲ ਕਹੀ ਸੀ ਇਹਦੇ ਆਪਣੇ ਵਿੱਚੋਂ ਹੀ ਕਿ ਅੰਮ੍ਰਿਤਧਾਰੀ ਸਿੱਖ ਹੈਗੇ ਨੇ, ਕਿੰਨੇ ਅੰਮ੍ਰਿਤਧਾਰੀ ਸਿੱਖ ਨੇ, ਲੇਕਿਨ ਰਾਜਨੀਤਿਕ ਚੇਤਨਤਾ ਨਹੀਂ ਹੈਗੀ। ਜਿਹੜੀ ਪੋਲੀਟੀਕਲ ਕੌਨਸ਼ੀਅਸਨੈਸ ਹੈ ਨਾ, ਇਹ ਜਦ ਤੱਕ ਨਹੀਂ ਹੈਗੀ ਮਾਰ ਖਾ ਜਾਵਾਂਗੇ। ਕੋਈ ਸੁਖਬੀਰ ਸਾਡੀ ਅਗਵਾਈ ਕਰੇਗਾ ਜਿਹਨੂੰ
ਨਾ ਰਿਲੀਜਨ ਦਾ ਨਾ ਇਤਿਹਾਸ ਦਾ ਪਤਾ। ਬਰਗਾੜੀ ਮੋਰਚਾ ਕਿਉਂ ਅਸਫਲ ਹੋਇਆ, ਇਹਦੀ ਗਹਿਰਾਈ 'ਚ ਜਾਣ ਦੀ ਲੋੜ ਹੈ। ਮੈਂ ਨਹੀਂ ਕਹਿੰਦਾ ਅੱਜ ਆਪਾਂ ਗਾਲਾਂ ਕੱਢਣ ਲੱਗ ਜਾਓ, ਇੱਕਦਮ ਸਾਰਿਆਂ ਨੂੰ ਗਾਲਾਂ ਕੱਢੋ। ਕਿਉਂ ਲੀਡਰ ਜਿਹੜੇ ਨੇ ਵਿਕਦੇ ਨੇ, ਕਿਉਂ ਸਮਝੌਤੇ ਹੁੰਦੇ ਨੇ, ਕਿਉਂ? ਕਿਉਂਕਿ ਯੂਨਾਈਟਿਡ ਸਿੱਖ ਪਾਰਟੀ ਦੇ ਹਜ਼ਾਰਾਂ ਵਰਕਰ ਜੇ ਮਤਲਬ ਛਾ ਜਾਣਗੇ, ਬੌਧਿਕ ਤੌਰ 'ਤੇ ਛਾ ਜਾਣਗੇ, ਜਥੇਬੰਦਕ ਤੌਰ 'ਤੇ ਛਾ ਜਾਣਗੇ, ਫਿਰ ਇੱਕ ਪ੍ਰੈਸ਼ਰ ਹੋਵੇਗਾ, ਇੱਕ ਦਬਾਅ ਹੋਏਗਾ। ਸੰਤ ਜਰਨੈਲ ਸਿੰਘ ਦੀ ਆਹੀ ਗੱਲ ਸੀ। ਮੈਂ ਸੰਤਾਂ ਦੇ ਨਾਲ ਜਦੋਂ 2-3 ਵਾਰੀ ਇੰਟਰਵਿਊਜ਼ ਕੀਤੀਆਂ ਨੇ ਜਰਨੈਲ ਸਿੰਘ ਉਹਨਾਂ ਨਾਲ, ਗੁਰੂ ਰੂਪ ਖਾਲਸਾ ਜੀ ਜੋ ਗੱਲ ਕਰਦੇ ਸੀ ਨਾ, ਉਹ ਹੇਠਾਂ ਤੱਕ ਜਾਂਦੀ ਸੀ, ਯਾਨੀ ਕਿ ਰੇਹੜੀ ਵਾਲੇ ਤੱਕ ਪਹੁੰਚਦੀ ਸੀ। ਮਤਲਬ ਇੱਦਾਂ ਦੇ ਆਪਾਂ ਲੀਡਰ ਜਿਹੜੇ ਨੇ, ਆਪਣੇ ਜਿਹੜੇ ਵਰਕਰ ਨੇ, ਉਹ ਲੀਡਰ ਬਣਾਉਣੇ ਨੇ। ਲੀਡਰਸ਼ਿਪ ਦਾ ਕ੍ਰਾਈਸਿਸ ਹੋਰ ਤਰ੍ਹਾਂ ਹੱਲ ਹੋਣਾ ਹੀ ਨਹੀਂ। ਕਦੇ ਸੋਚਿਓ ਇਕਾਂਤ ਵਿੱਚ ਬੈਠ ਕੇ, ਤੁਹਾਡੀਆਂ ਰਾਤਾਂ ਦੀਆਂ ਨੀਂਦਰਾਂ ਗਵਾਚ ਜਾਣੀਆਂ ਚਾਹੀਦੀਆਂ ਨੇ। ਸੋਚੋ ਕਦੀ ਮਤਲਬ ਰਾਤਾਂ ਨੂੰ ਉੱਤੇ ਬੈਠ ਕੇ ਕਿ ਸਾਡੀ ਕੌਮ ਦੇ ਉੱਤੇ ਅਮੀਰ ਕਿਉਂ ਲੀਡਰ ਬਣੇ ਹੋਏ ਨੇ, ਵੱਡੇ ਵੱਡੇ ਜ਼ਮੀਨਾਂ ਵਾਲੇ ਕਿਉਂ ਲੀਡਰ ਨੇ, ਕੋਈ ਭਾਈ ਲਾਲੋ ਦਾ ਵਾਰਸ ਕਿਉਂ ਨਹੀਂ ਆ ਰਿਹਾ, ਹੇਠੋਂ ਕੋਈ ਗਰੀਬ ਕਿਸਾਨ ਜਿਹੜਾ ਉੱਤੇ ਮੁੱਖ ਮੰਤਰੀ ਕਿਉਂ ਨਹੀਂ ਬਣ ਰਿਹਾ। ਇਹ ਸਵਾਲ ਨੇ ਬਹੁਤ ਡੂੰਘੇ। ਇਹ ਲੀਡਰਸ਼ਿਪ ਦਾ ਫਿਰ ਸੰਕਟ ਐਂ ਤਾਂ ਹੱਲ ਹੋਣਾ ਨਹੀਂ। ਇਹਦੇ ਸਾਰੀਆਂ ਲੇਅਰਸ ਜਿਹੜੀਆਂ ਨੇ, ਇਹਦੀਆਂ ਜਿਹੜੀਆਂ ਲੀਡਰਸ਼ਿਪ ਦੀਆਂ ਪਰਤਾਂ ਨੇ, ਇਕੱਲੀ ਇਕੱਲੀ ਪਰਤ ਨੂੰ ਵੇਖੋ ਕਿ ਮਹਾਰਾਜ ਨੇ ਮਤਲਬ ਕੀ ਕੀਤਾ, ਅਸੀਂ ਉਹ ਕਿਵੇਂ ਆ, ਜਵਾਬਦੇਹ ਬਣਾਈਏ ਉਹਨਾਂ ਨੂੰ, ਉਹਨਾਂ ਨੂੰ ਪਤਾ ਲੱਗੇ ਵੀ ਇੱਕ ਬੰਦਾ 2-2 ਖਿਤਾਬ ਲੈ ਜਾਂਦਾ, ਮਤਲਬ ਉਹ ਫਖਰੇ ਕੌਮ ਮਤਲਬ ਬਣ ਜਾਂਦਾ, ਉਹਨੂੰ ਸਿੱਖ ਇਤਿਹਾਸ ਬਾਰੇ ਹੀ ਨਹੀਂ ਸਮਝ ਹੈਗੀ। ਉਹ ਓਪਨਲੀ ਕਹਿੰਦਾ ਮੈਂ ਕਿਤਾਬ ਕਤੂਬ ਨਹੀਂ ਪੜ੍ਹਦਾ। ਬਾਦਲ ਸਾਹਿਬ ਨੇ, ਮੈਂ ਉਸ ਸਮਾਗਮ 'ਚ ਬੈਠਾ ਸੀ ਜਿੱਥੇ ਬਾਦਲ ਸਾਹਿਬ ਨੇ ਕਿਹਾ ਮੈਂ ਕਿਤਾਬ ਕਤੂਬ ਨਹੀਂ ਪੜ੍ਹਦਾ। ਦੱਸੋ ਤੁਸੀਂ ਮਤਲਬ ਫਿਰ ਕੀ ਹੋਵੇਗਾ, ਤੁਹਾਨੂੰ ਪਤਾ ਕਿਵੇਂ ਲੱਗੇਗਾ ਪਾਣੀ ਕੀ ਹੁੰਦਾ, ਪਾਣੀਆਂ ਦਾ ਜਿਹੜਾ ਟੈਕਨੀਕਲ ਕ੍ਰਾਈਸਿਸ ਕੀ ਹੈ, ਸੰਕਟ ਕੀ ਹੈ? ਫਿਰ ਤਾਂ ਤੁਹਾਨੂੰ ਲੋਕ ਅਗਵਾਈ ਕਰਨਗੇ, ਤੁਹਾਡੀ ਹੋਰ ਕਰਨਗੇ। ਬਹੁਤ ਸਾਲ ਪਹਿਲਾਂ ਹਾਂ ਜੀ, ਮੇਰਾ ਇਹਨਾਂ ਨੇ ਵੀ ਬੋਲਣਾ ਨਾ। ਮੈਂ ਬਾਰ ਬਾਰ ਮੇਰੀ ਮਤਲਬ ਜਿਹੜੀ ਮਤਲਬ ਸਰਦਾਰ ਜਰਨੈਲ ਸਿੰਘ ਹੋਣਾ ਨਾਲ, ਜਸਵਿੰਦਰ ਹੋਣਾ ਨਾਲ, ਹੋਰ ਲੀਡਰਾਂ ਨਾਲ ਬੜੀ ਖੁਸ਼ੀ ਹੋਈ। ਮੈਨੂੰ ਕੁਲਵੰਤ ਹੋਣਾ ਨੇ ਕੁਛ ਵਧੀਆ ਗੱਲਾਂ ਕੀਤੀਆਂ ਇੱਥੇ, ਨਵਾਂ ਸਵਰਨ ਸਿੰਘ ਹੋਣਾ ਨੂੰ ਸੈਕਟਰੀ ਬਣਾਇਆ, ਆਹੀ ਗੱਲ ਹੋਣੀ ਚਾਹੀਦੀ ਹੈ। ਇੱਦਾਂ ਦੇ ਸੈਕਟਰੀ ਬਣਨ, ਮਤਲਬ ਇਹ ਨਹੀਂ ਵੀ ਜਸਵਿੰਦਰ ਹੀ ਸੈਕਟਰੀ ਬਣੇ ਉੱਥੇ ਜਾ ਕੇ, ਉਹ ਪਤਾ ਕੀ ਇੱਕ ਹੰਕਾਰ ਆ ਜਾਏਗਾ। ਜਿਹੜੀ ਮਤਲਬ ਇਸ ਕਿਤਾਬ ਦੇ ਵਿੱਚ ਵੀ ਲਿਖਿਆ, ਬੜੀਆਂ ਇੰਟਰਸਟਿੰਗ ਗੱਲਾਂ, ਬੜੀਆਂ ਦਿਲਚਸਪ ਗੱਲਾਂ ਨੇ ਕਿ ਜੱਸਾ ਸਿੰਘ ਨੇ ਲਾਹੌਰ ਜਿੱਤਿਆ, ਹੁਣ ਲੀਡਰ ਹੈ ਬਹੁਤ ਵੱਡਾ, ਆਪਣਾ ਸਿੱਕਾ ਚਲਾਤਾ, ਖਾਲਸੇ ਨੇ ਉਹਨੂੰ ਸੱਦ ਲਿਆ, ਫਿਰ ਉਹਨੇ ਮਾਫ਼ੀ ਮੰਗੀ। ਮਤਲਬ ਜਿਹੜੀ ਚੇਤਨਤਾ ਦਾ ਲੈਵਲ ਹੈ ਨਾ, ਲੈਵਲ ਪੱਧਰ, ਉਹ ਸ਼ਬਦ ਸੁਰਤ ਦੇ ਨਾਲ ਜਿੰਨੀ ਗਹਿਰਾਈ 'ਚ ਜੁੜੇ ਹੋਏਗੀ ਕੌਮ, ਓਨਾ ਹੀ ਮਤਲਬ ਜਿਹੜਾ ਨਾ ਉਹਨੂੰ ਕੋਈ ਠੱਗ ਨਹੀਂ ਸਕੇਗਾ। ਤਾਂ ਮੇਰੀ
ਬਾਰ ਬਾਰ ਇਹ ਜਿਹੜੀ ਜਿਹੜੀ ਬੇਨਤੀ ਹੈ ਜਿਹੜੀ ਮਤਲਬ ਤੁਹਾਨੂੰ ਸਾਰਿਆਂ ਨੂੰ ਮਤਲਬ ਕਿ ਇੱਦਾਂ ਦਾ ਇੱਕ ਮਾਹੌਲ ਕ੍ਰੀਏਟ ਕਰ ਦਿਓ, ਤੁਸੀਂ ਜੋ ਗੱਲ ਕਹਿੰਦੇ ਹੋ ਉਹ ਮਤਲਬ ਹਵਾ ਵਿੱਚ ਚਲੇ ਜਾਵੇ। ਕਹਿੰਦੇ ਨੇ ਕਿ ਕੂੰਜਾਂ ਦੀਆਂ ਕੂਕਾਂ ਕੂੰਜਾਂ ਦੇ ਲੰਘ ਜਾਣ ਪਿੱਛੋਂ ਵੀ ਹਵਾ ਵਿੱਚ ਉੱਡਦੀਆਂ ਰਹਿੰਦੀਆਂ ਨੇ। ਮਹਾਰਾਜ ਨਹੀਂ ਰਹੇ ਸਰੀਰਕ ਤੌਰ 'ਤੇ, ਲੇਕਿਨ ਸ਼ਬਦ ਸਾਡੇ ਕੋਲ ਹੈ, ਸ਼ਬਦ ਸਾਡੀ ਰੂਹ ਦਾ ਹਾਣੀ ਹੈ। ਕਿਉਂ ਮਤਲਬ ਕ੍ਰਾਈਸਿਸ ਹੈਗਾ ਲੀਡਰਸ਼ਿਪ ਦਾ ਕਿ ਸੁਰਤ ਸ਼ਬਦ ਦੇ ਨਾਲ ਸਾਡਾ ਨਹੀਂ ਮਿਲਾਪ ਹੈਗਾ। ਹੁਣ ਇਹ ਗੱਲਾਂ ਬਹੁਤ ਵੱਡੀਆਂ ਨੇ ਗੁਰੂ ਰੂਪ ਖਾਲਸਾ ਜੀ, ਸੁਰਤ ਅਤੇ ਸ਼ਬਦ ਦਾ ਮਿਲਾਪ। ਦੂਸਰੇ ਗੁਰੂ ਨੇ ਕਹਿਤਾ ਵੀ ਸ਼ਬਦ ਸੁਰਤ ਸ਼ਬਦ ਕੀ ਨੀਂਵ ਰਖਾਈ। ਹੁਣ ਇਹਦੇ ਉੱਤੇ ਬੁਨਿਆਦ ਉਸਰਨੀ ਸੀ, ਰਾਜਨੀਤੀ ਵੀ ਇਹਦੇ ਉੱਤੇ ਉਸਰਨੀ ਹੈ। ਹੁਣ ਨਾ ਤਾਂ ਮੇਰੀ ਕੌਮ ਨੇ ਕਦੇ ਮਤਲਬ ਸੁਰਤ ਸ਼ਬਦ ਕੀ ਹੁੰਦਾ ਹੈ ਇਹਦੇ ਉੱਤੇ ਵਿਚਾਰ ਕੀਤਾ, ਅਸੀਂ ਸਿੱਧੇ ਰਾਜਨੀਤੀ ਦੇ ਵਿੱਚ ਕਦਮ ਧਰਦੇ ਹਾਂ, ਆਹੀ ਗੱਲ ਮਤਲਬ ਇੱਥੋਂ ਵਿਛੜੇ ਹੋਏ ਹਾਂ। ਇਸ ਲਈ ਗੁਰੂ ਗ੍ਰੰਥ ਸਾਹਿਬ ਜਿਹੜਾ ਵਾਰ ਵਾਰ ਮਤਲਬ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਰ ਵਾਰ ਸਾਨੂੰ ਹਾਂਟ ਕਰਦੇ ਨੇ, ਸਾਡਾ ਪਿੱਛਾ ਕਰਦੇ ਨੇ। ਇਹ ਜੁਝਾਰੂ ਲਹਿਰ ਵਿੱਚ ਵੀ ਇੱਦਾਂ ਹੋਇਆ ਸੀ। ਇੱਕ ਐਗਜ਼ੈਂਪਲ, ਮੀਟਿੰਗ ਚੱਲ ਰਹੀ ਸੀ ਅਤੇ ਹੋਇਆ ਵੀ ਇੱਕ ਚੱਲਦਾ ਸੀ ਨਾ ਵੀ ਹਿੰਦੂਆਂ ਨੂੰ ਮਾਰ ਦਿਓ, ਇੱਕ ਲਹਿਰ ਦੇ ਵਿੱਚ ਇੱਦਾਂ ਦੇ ਝੁਕਾਅ ਆ ਗਿਆ ਸੀ। ਅਤੇ ਇੱਕ ਮੀਟਿੰਗ 'ਚ ਬਿਲਕੁਲ ਇੱਕ ਸਧਾਰਨ ਜਿਹੜਾ ਸਿੰਘ ਸੀ ਉਹਨੇ ਕਿਹਾ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੈਗੇ, ਅਸੀਂ ਹਿੰਦੂਆਂ ਨੂੰ ਕਿਉਂ ਮਾਰੀਏ, ਜੇ ਕੋਈ ਸਿੱਧਾ ਕੋਈ ਸਾਡੇ ਉੱਤੇ ਅਟੈਕ ਕਰਦਾ ਜਾਂ ਉਹ ਸਾਡੇ ਧਰਮ 'ਤੇ ਅਟੈਕ ਕਰਦਾ ਫਿਰ ਉਹ ਸਾਡਾ ਟਾਰਗੇਟ ਬਣੇਗਾ। ਤਾਂ ਮਸਲਾ ਹੱਲ ਹੋ ਗਿਆ, ਉਹਦੀ ਗੱਲ ਸੁਣਨੀ ਪਈ, ਮੰਨਣੀ ਪਈ। ਮੇਰਾ ਮਤਲਬ ਹੈ ਵੀ ਜਦੋਂ ਜਥੇਬੰਦੀ ਦੇ ਵਿੱਚ ਏਕਤਾ ਹੋਏਗੀ, ਇਕੱਠ ਹੋਏਗਾ, ਉਦੋਂ ਸਾਰੇ ਫੈਸਲੇ ਸਰਬਸੰਮਤੀ ਨਾਲ ਹੋਣਗੇ। ਉਦੋਂ ਯੂਨਾਈਟਿਡ ਸਿੱਖ ਪਾਰਟੀ, ਅੱਜ ਤਾਂ ਆਪਣਾ ਇੰਨੇ ਕੁ ਲੱਗਦੇ ਆ ਨਾ, ਚਾਈਨਾ ਵਿੱਚ 5 ਬੰਦਿਆਂ ਨੇ ਸ਼ੁਰੂ ਕੀਤਾ ਸੀ ਕੰਮ, ਇਹ ਤਾਂ ਬਹੁਤ ਜ਼ਿਆਦਾ ਗਿਣਤੀ ਹੈ। ਮੈਂ ਮਤਲਬ ਇਸ ਗਿਣਤੀ ਤੋਂ ਪ੍ਰਭਾਵਿਤ ਹਾਂ, ਮੈਨੂੰ ਬਹੁਤ ਖੁਸ਼ੀ ਹੈ, ਮੈਨੂੰ ਬਹੁਤ ਖੁਸ਼ੀ ਹੈ ਕਿ ਇਕੱਲੇ ਇਕੱਲੇ ਨੇ ਆਪਣੀ ਗੱਲ ਕਹੀ ਹੈ। ਪਰ ਮੈਂ ਉਦਣ ਖੁਸ਼ ਹੋਵਾਂਗਾ ਜਿੱਦਣ ਇਹ ਸਾਰੇ ਵੀਰ ਜਿਹੜੇ ਨੇ ਉਹ ਮਤਲਬ ਇਹਨਾਂ ਚੀਜ਼ਾਂ ਉੱਤੇ ਗੰਭੀਰਤਾ ਨਾਲ ਵਿਚਾਰ ਕਰਨਗੇ। ਮੈਂ ਜਸਵਿੰਦਰ ਨੂੰ ਕਿਹਾ ਸੀ ਵੀ ਇੱਕ ਨਾ ਅਸੀਂ ਰਾਊਂਡ ਟੇਬਲ ਮਤਲਬ ਕਰ ਲਈਏ, ਅਗਲੇ ਗੇੜੇ ਜਦੋਂ ਆਪਾਂ ਮਿਲਾਂਗੇ ਮਹੀਨੇ ਬਾਅਦ, ਤਾਂ 6-7 ਜਣਿਆਂ ਦਾ ਨਾ ਰਾਊਂਡ ਟੇਬਲ ਹੋਵੇ। ਉਹ ਇਹ ਨਹੀਂ ਵੀ ਮੈਂ ਹੁਣ ਘੰਟਾ ਬੋਲ ਗਿਆ ਅਤੇ ਇਹਦੂ ਬਾਅਦ ਇੱਕ ਜਣਾ ਹੋਰ ਬੋਲ ਗਿਆ, ਵਧੀਆ ਬੋਲ ਕੇ ਵਧੀਆ ਮਤਲਬ ਲੈਕਚਰ ਦੇ ਦਿੱਤਾ ਅਤੇ ਇੱਥੋਂ ਤੱਕ ਨਹੀਂ ਆਪਾਂ ਰਹਿਣਾ। ਆਪਾਂ ਮਤਲਬ ਉਸ ਸਰਕਲ ਦੇ ਵਿੱਚ ਮੈਂ ਇਹ ਵੇਖਿਆ ਸੀਗਾ ਇੱਦਾਂ ਦਾ ਇੱਕ ਸਿਸਟਮ ਕਿ ਉਹਦੇ ਵਿੱਚ ਤੁਸੀਂ ਸਾਰੇ ਆਪੋ ਆਪਣੇ ਵਿਚਾਰ ਪ੍ਰਗਟ ਕਰੋ, 2-2 ਘੰਟੇ 3-3 ਘੰਟੇ ਲੱਗ ਜਾਣ, ਇੱਕ ਬੰਦਾ ਉਹਨਾਂ ਦੇ ਅਗਵਾਈ ਕਰੇ 7-8 ਦੀ, ਇਸ ਤਰ੍ਹਾਂ ਜਿਵੇਂ ਆਪਾਂ 50 ਜਣੇ ਹਾਂ 6 ਟੇਬਲ ਲੱਗ ਜਾਣ ਆਪਣੇ,
ਸਾਰੇ ਇਨਵੋਲਵ ਹੋਣਗੇ, ਸਾਰਿਆਂ ਨੂੰ ਕੌਨਫੀਡੈਂਸ ਹੋਏਗਾ ਵੀਰਾਂ ਨੂੰ ਵੀ ਸਾਡੀ ਗੱਲ ਯੂਨਾਈਟਿਡ ਸਿੱਖ ਪਾਰਟੀ 'ਚ ਸੁਣੀ ਜਾ ਰਹੀ ਹੈ, ਗੱਲ ਗਾਂਹ ਤੁਰੇਗੀ, ਹੋਰ ਵਿਦਿਆਰਥੀ ਆਉਣਗੇ, ਨੌਜਵਾਨ ਆਉਣਗੇ, ਆਪਣੇ ਜ਼ਰੂਰ ਆਉਣਗੇ, ਮੈਨੂੰ ਮਤਲਬ ਯਕੀਨ ਹੈ, ਕਿਉਂਕਿ ਇਹ ਇਹਦੀ ਜਿਹੜੀ ਅਗਵਾਈ ਕਰਨ ਵਾਲੇ ਜਿਹੜੇ ਨੇ ਉਹ ਮਤਲਬ ਜਿਹੜੇ ਨੇ ਉੱਚੀ ਸੁਰਤ ਵਾਲੇ ਵੀਰ ਨੇ, ਜ਼ਰੂਰ ਇੱਦਾਂ ਦੀ ਗੱਲ ਬਣੇਗੀ, ਮੁਸ਼ਕਲਾਂ ਰੁਕਾਵਟਾਂ ਆਉਣਗੀਆਂ ਅਤੇ ਆਪਾਂ ਇਸ ਮੁਸ਼ਕਲਾਂ ਦਾ ਹੱਲ ਜਿਹੜਾ ਹੌਲੀ ਹੌਲੀ ਸਾਡਾ ਜਿਹੜਾ ਲੱਭਾਂਗੇ। ਮੈਂ ਇਹਨਾਂ ਸ਼ਬਦਾਂ ਦੇ ਨਾਲ ਇਹ ਅਖੀਰ 'ਤੇ ਮਤਲਬ ਕਹਿੰਦਾ ਕਿ ਇਹ ਕਿਤਾਬ ਜਿਹੜੀ ਹੈ ਵੀਰ ਬਣ ਕੇ ਸਾਰੇ ਜਣੇ ਪੜ੍ਹਿਓ, ਇਹ ਕਿਤਾਬ ਜੇ ਆਖੋ ਤਾਂ ਅਸੀਂ 30-40 ਕਿਤਾਬਾਂ ਮੁੱਲ ਲੈ ਲਾਂਗੇ, ਤੁਹਾਨੂੰ ਵੰਡ ਵੀ ਦੇਵਾਂਗੇ ਆਖੋ ਤਾਂ, ਅਤੇ ਜੇ ਤੁਸੀਂ ਖਰੀਦ ਵੀ ਸਕਦੇ ਹੋਵੋ ਤਾਂ ਇਹ ਖਰੀਦੀ ਵੀ ਸਸਤੀ ਹੈ, ਕੋਈ ਬਹੁਤੀ ਮਹਿੰਗੀ ਨਹੀਂ। ਇਹਨਾਂ ਸ਼ਬਦਾਂ ਨਾਲ ਮੈਂ ਮਤਲਬ ਸਰਦਾਰ ਮਨਦੀਪ ਸਿੰਘ ਹੁਣਾਂ ਨੂੰ ਮੈਂ ਚਾਹਾਂਗਾ ਕਿ ਬਹੁਤ ਧਿਆਨ ਨਾਲ ਸੁਣਿਓ, ਬਹੁਤ ਫਾਇਦਾ ਹੋਏਗਾ ਇਹ ਜੀਓ ਪੋਲੀਟਿਕਸ ਦਾ। ਸਿੱਖਾਂ ਦੇ ਵਿੱਚ ਬਿਲਕੁਲ ਇਸ ਚੀਜ਼ ਬਾਰੇ ਅਗਿਆਨਤਾ, ਬਿਲਕੁਲ ਉਹਨਾਂ ਨੂੰ ਪਤਾ ਨਹੀਂ। ਇਹ ਨਾ ਹੋਵੇ ਕੱਲ੍ਹ ਸਾਡੇ 'ਤੇ ਫਿਰ ਸੰਕਟ ਆਵੇ ਅਤੇ ਸਾਨੂੰ ਪਤਾ ਹੀ ਨਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਡਾਕਟਰ ਕਰਮਜੀਤ ਸਿੰਘ ਜੀ ਚੰਡੀਗੜ੍ਹ ਉਹਨਾਂ ਦਾ। ਸੋ ਪਿਛਲੀ ਮੈਂ ਵਰਕਸ਼ਾਪ ਅਟੈਂਡ ਨਹੀਂ ਕਰ ਸਕਿਆ ਅਤੇ ਉਦੋਂ ਮੈਂ ਸੋਚਿਆ ਸੀ ਚਲੋ ਕੋਈ ਗੱਲ ਨਹੀਂ ਗਾਂਹ ਸਹੀ, ਪਰ ਹੁਣ ਮੈਂ ਬੈਠਾ ਬੈਠਾ ਸੋਚਦਾ ਸੀ ਕਿ ਮੈਂ ਪਿਛਲੀ ਵਾਰ ਕਿਉਂ ਨਹੀਂ ਆਇਆ, ਏਡੀਆਂ ਵਧੀਆ ਗੱਲਾਂ ਪਹਿਲਾਂ ਸੱਚ ਜਾਣਿਓ ਸੁਣਨ ਨੂੰ ਕਦੇ ਵੀ ਨਹੀਂ ਮਿਲੀਆਂ। ਮੈਂ ਇਹਨਾਂ ਦੀ ਵੀਡੀਓ ਵੇਖੀ ਸੀ, ਉਦੋਂ ਵੀ ਮੈਂ ਵੇਖ ਰਿਹਾ ਸੀ ਵੀ ਏਡੀਆਂ ਬਹੁਤ ਵਧੀਆ ਵਿਚਾਰ। ਸੋ ਗਾਂਹ ਤੋਂ ਮੈਂ ਇੱਕ ਆਪਦੇ ਮਨ ਦਾ ਵਿਚਾਰ ਬਣਾ ਲਿਆ ਵੀ ਕਿਤੇ ਵੀ ਵਰਕਸ਼ਾਪ ਹੋਵੇ, ਕੋਈ ਵੀ ਜ਼ਰੂਰੀ ਕੰਮ ਹੋਵੇ, ਉਹਨੂੰ ਛੱਡ ਕੇ ਮੈਂ ਉਸ ਵਰਕਸ਼ਾਪ ਨੂੰ ਅਟੈਂਡ ਜ਼ਰੂਰ ਕਰੂੰਗਾ। ਸੋ ਹੁਣ ਮੈਂ ਬੇਨਤੀ ਕਰਾਂ ਸਰਦਾਰ ਜਸਵਿੰਦਰ ਸਿੰਘ ਜੀ ਰਾਜਪੁਰਾ, ਉਹ 10 ਮਿੰਟ ਵਾਸਤੇ ਆਪਣੇ ਵਿਚਾਰ ਰੱਖਣਗੇ, ਉਸ ਤੋਂ ਬਾਅਦ ਆਪਾਂ ਸਾਰੇ ਵੀਰ ਲੰਗਰ ਪ੍ਰਸ਼ਾਦਾ ਛਕਾਂਗੇ, ਕਿਉਂਕਿ ਭੁੱਖੇ ਢਿੱਡ ਵੀ ਗੱਲ ਨਹੀਂ ਸੁਣੀ ਜਾਂਦੀ। ਸੋ ਅਸੀਂ ਗੱਲਾਂ ਨੂੰ ਦਿਮਾਗ ਦੇ ਵਿੱਚ ਭਾਉਣਾ ਵਾ, ਇੱਕ ਤਰੀਕੇ ਦੇ ਨਾਲ ਚੱਲਣਾ, ਪ੍ਰਸ਼ਾਦਾ ਛਕ ਕੇ ਆਪਾਂ ਫਿਰ ਇਕੱਤਰ ਹੋਵਾਂਗੇ ਅਤੇ ਉਸ ਤੋਂ ਬਾਅਦ ਆਪਣੇ ਡਾਕਟਰ ਮਨਦੀਪ ਸਿੰਘ ਜੀ ਉਹ ਆਪਣੇ ਵਿਚਾਰ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਹੋਰਾਂ ਨੇ ਬੜੇ ਹੀ ਸੁਚੱਜੇ ਢੰਗ ਦੇ ਨਾਲ ਸਾਨੂੰ ਦੱਸਿਆ ਕਿ ਕਿਵੇਂ ਦੁਨੀਆ ਦੇ ਵਿੱਚ ਵੱਡੇ ਵੱਡੇ ਰੈਵੋਲਿਊਸ਼ਨ ਆਏ ਨੇ, ਪਰ ਸਾਡਾ ਜਿਹੜਾ ਰੈਵੋਲਿਊਸ਼ਨ ਸੀ ਖਾਲਸਾ ਰੈਵੋਲਿਊਸ਼ਨ, ਉਹ ਦੁਨੀਆ ਦੇ ਜਿੰਨੇ ਵੀ ਰੈਵੋਲਿਊਸ਼ਨ ਆਏ ਨੇ ਉਹਨਾਂ ਤੋਂ ਵੱਖਰਾ ਸੀ, ਨਵੇਕਲਾ ਸੀ, ਕਿਉਂਕਿ ਜਿਵੇਂ ਦੁਨੀਆ ਦੇ ਵਿੱਚ ਸ਼ਹਾਦਤਾਂ ਹੋਈਆਂ ਨੇ ਇਸ ਮੁਲਕ ਦੇ ਅੰਦਰ ਕਦੇ ਕੋਈ ਸ਼ਹਾਦਤ ਨਹੀਂ ਹੋਈ ਸੀਗੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੋਂ ਪਹਿਲਾਂ। ਅਤੇ ਜਿਹੜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਸੀ ਉਹ ਵੀ ਦੁਨੀਆ ਤੋਂ ਵੱਖਰੀ ਸੀ। ਮੈਂ ਤਾਂ ਸਮਝਦਾ ਕਿ ਜਿਹੜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਸੀ ਉਹ ਦੁਨੀਆ ਦੀ ਇੱਕ ਪਹਿਲੀ ਸ਼ਹਾਦਤ ਸੀ। ਜਦੋਂ ਈਸਾ ਨੂੰ ਸ਼ਹੀਦ ਕੀਤਾ
ਉਦੋਂ ਈਸਾ ਨੂੰ ਕੋਈ ਆਪਸ਼ਨ ਨਹੀਂ ਦਿੱਤੀ ਗਈ ਕਿ ਤੂੰ ਸਾਡੇ ਧਰਮ 'ਚ ਆ ਜਾ, ਤੈਨੂੰ ਛੱਡ ਦਿੱਤਾ ਜਾਵੇਗਾ। ਉੱਥੇ ਕੋਈ ਹੈ ਹੀ ਨਹੀਂ ਸੀ ਗੱਲ। ਪਰ ਜਿਸ ਅਸੀਂ ਆਪਣੇ ਸ਼ਹੀਦਾਂ ਦੀ ਗੱਲ ਕਰ ਲਈਏ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੱਲ ਕਰ ਲਈਏ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਗੱਲ ਕਰ ਲਈਏ, ਉਹ ਤੋਂ ਬਾਅਦ ਅਨੇਕ ਸ਼ਹੀਦ ਹੋਏ ਨੇ। ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਸਲਾਮ ਕਬੂਲ ਕਰ ਲਓ, ਸਾਡੀ ਗੱਲਾਂ ਮੰਨ ਲਓ, ਸਿੱਖ ਧਰਮ ਛੱਡ ਦਿਓ। ਪਰ ਸਿੱਖਾਂ ਨੇ, ਸਾਡੇ ਗੁਰੂ ਸਾਹਿਬਾਨ ਨੇ, ਸਾਡੇ ਸ਼ਹੀਦਾਂ ਨੇ ਉੱਥੇ ਕਿਹਾ ਕਿ ਸਾਨੂੰ ਸ਼ਹੀਦ ਹੋਣਾ ਮਨਜ਼ੂਰ ਹੈ, ਪਰ ਆਪਣੇ ਸਿਧਾਂਤ ਤੋਂ ਪਿੱਛੇ ਨਹੀਂ ਹੋ ਸਕਦੇ। ਉਸੇ ਚੀਜ਼ 'ਚੋਂ ਅੱਗੇ ਚੀਜ਼ ਨਿਕਲੀ ਹੈ ਇਨਕਲਾਬ। ਇਹ ਸਿੱਖ ਇਨਕਲਾਬ ਜਿਹੜੀ ਕਿਤਾਬ ਹੈ, ਜਿੱਦਾਂ ਭਾਈ ਕਰਮਜੀਤ ਸਿੰਘ ਜੀ ਨੇ ਦੱਸਿਆ ਕਿ ਉਸ ਕਿਤਾਬ ਦੇ ਵਿੱਚ ਲਿਖਿਆ ਕਿ ਇਸ ਖਿੱਤੇ ਦੇ ਵਿੱਚ ਇੱਕੋ ਇਨਕਲਾਬ ਹੋਇਆ, ਉਹ ਸੀਗਾ ਸਿੱਖ ਇਨਕਲਾਬ। ਇਨਕਲਾਬ ਕਿੱਦਾਂ ਆਉਂਦੇ ਨੇ, ਉਹਨਾਂ ਪਿੱਛੇ ਕੀ ਕਰਨਾ ਪੈਂਦਾ, ਕਿਹੜੇ ਰਾਹਾਂ 'ਚੋਂ ਲੰਘਣਾ ਪੈਂਦਾ, ਇਹ ਬੜੀ ਔਖੀ ਗੱਲਾਂ ਨੇ, ਸਮਝਣੀਆਂ ਵੀ ਬੜੀ ਔਖੀਆਂ ਨੇ। ਪਰ ਜੇ ਜਿਨ੍ਹਾਂ ਨੇ ਸਮਝੀਆਂ ਨੇ, ਜਿਹੜੇ ਉਹਨਾਂ ਰਾਹਾਂ 'ਚੋਂ ਲੰਘੇ ਨੇ, ਉਹਨਾਂ ਲਈ ਕੋਈ ਵੱਡੀ ਗੱਲ ਵੀ ਨਹੀਂ ਹੈਗੀ। ਮੈਂ ਜਿਵੇਂ ਭਾਈ ਸਾਹਿਬ ਹੋਰਾਂ ਨੇ ਗੱਲ ਕੀਤੀ ਸੀਗੀ, ਬੁੱਧ ਧਰਮ ਤੋਂ ਗੱਲ ਸ਼ੁਰੂ ਕਰਾਂਗਾ। ਬੁੱਧ ਧਰਮ ਨੇ ਜਦੋਂ ਇਸ ਮੁਲਕ ਦੇ ਵਿੱਚ ਸੀ, ਬੁੱਧ ਧਰਮ ਇਸ ਮੁਲਕ 'ਚ ਸੀ, ਬੁੱਧ ਧਰਮ, ਉਹਨਾਂ ਨੇ ਸੋਚਿਆ ਕਿ ਕਿਉਂ ਨਾ ਬੋਧੀਆਂ ਨੂੰ ਜਥੇਬੰਦ ਕੀਤਾ ਜਾਵੇ। ਉਹਨਾਂ ਨੇ ਸੰਘ ਬਣਾਏ ਬੋਧੀਆਂ ਦੇ, ਜਿਨ੍ਹਾਂ ਨੇ ਪੂਰੇ ਮੁਲਕ ਦੇ ਅੰਦਰ ਬੋਧਿਜ਼ਮ ਖੜ੍ਹਾ ਕਰ ਦਿੱਤਾ ਕੁਛ ਦਿਨਾਂ 'ਚ ਹੀ। ਈਵਨ ਕਿ ਇਸ ਮੁਲਕ ਤੋਂ ਬਾਹਰ ਵੀ ਉਹਨਾਂ ਦੇ ਜਿਹੜੇ ਜਥੇ ਨੇ ਪ੍ਰਚਾਰ 'ਤੇ ਜਾਣ ਲੱਗੇ, ਅਤੇ ਰਾਜ ਆ ਗਿਆ ਅਸ਼ੋਕ ਦਾ। ਅਸ਼ੋਕ ਨੇ ਸੋਚਿਆ, ਉਹ ਬੜਾ ਇਹਨਾਂ ਜਥਿਆਂ ਤੋਂ ਪ੍ਰਭਾਵਿਤ ਹੋ ਗਿਆ। ਮੈਂ ਗੱਲ ਕਰ ਰਿਹਾ ਕਿ ਜਥੇਬੰਦੀ ਅਤੇ ਪਾਰਟੀ ਦੀ, ਕਿ ਜਥੇਬੰਦੀਆਂ ਪਾਰਟੀਆਂ ਕੀ ਕੁਛ ਬਦਲਾਵ ਲਿਆ ਸਕਦੀਆਂ ਨੇ, ਕੀ ਬਦਲ ਸਕਦੀਆਂ ਨੇ। ਉਹ ਅਸ਼ੋਕ ਵੀ ਉਹਨਾਂ ਬੋਧੀਆਂ ਦੇ ਪ੍ਰਭਾਵ ਹੇਠ ਆਇਆ, ਉਹਨਾਂ ਦੇ ਸੰਘ ਤੋਂ ਪ੍ਰਭਾਵ ਹੋਇਆ। ਉਹ ਤੋਂ ਬੜਾ ਕੁਛ ਸਿੱਖਿਆ ਉਹਨੇ, ਅਸ਼ੋਕ ਨੇ, ਰਾਜੇ ਨੇ। ਅਤੇ ਉਹਨੇ ਸੋਚਿਆ ਕਿ ਮੈਂ ਕਿਉਂ ਨਾ ਵੀ ਜਿਹੜੇ ਬੋਧੀ ਨੇ ਇਹਨਾਂ ਨੂੰ ਇਕੱਠਿਆਂ ਕਰ ਦਿਆਂ, ਤਾਂ ਕਿ ਸਾਡਾ ਰਾਜ ਹੈ, ਭਾਗ ਹੈ, ਉਹ ਵੱਡਾ ਹੋਊਗਾ ਦੁਨੀਆ ਦੇ ਵਿੱਚ। ਉਸ ਤੋਂ ਬਾਅਦ ਉਹਨੇ ਬੜੀ ਔਕੜਾਂ ਆਈਆਂ, ਜਿੰਨੇ ਬੋਧੀ ਸੀ, ਮਤਲਬ ਸਿੱਖਾਂ ਦੀ ਜਿੱਦਾਂ ਮਰਿਆਦਾਵਾਂ ਅਲੱਗ ਨੇ, ਗੱਲਾਂ ਅਲੱਗ ਨੇ ਸਾਰੀਆਂ, ਬੋਧੀਆਂ ਦੀ ਸਾਡੇ ਨਾਲੋਂ ਹਜ਼ਾਰ ਗੁਣਾ ਵੱਧ ਸੀਗੀਆਂ। ਅਸੀਂ ਐਵੇਂ ਰੌਲਾ ਪਾਈ ਜਾਂਦੇ ਹਾਂ, ਆਹ ਮਰਿਆਦਾ, ਮਤਲਬ ਛੱਡ ਦਿੱਤੀ ਜਾਵੇ ਇਹ ਗੱਲ। ਉਹਨੇ ਸੋਚਿਆ, ਬੋਧੀਆਂ ਨੂੰ ਬੁਲਾਇਆ, ਜਿਹੜੇ ਉਹਨਾਂ ਦੇ ਮੁਖੀ ਸੀ, ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਮਰਿਆਦਾ ਛੱਡੋ, ਆਪਾਂ ਮਰਿਆਦਾ ਇੱਕ 'ਤੇ ਗੱਲ ਕਰ ਲਈਏ, ਵੱਖੋ ਵੱਖਰੀਆਂ, ਹਰ ਬੰਦਾ ਤੁਰਿਆ ਉਹਨੂੰ ਛੱਡ ਕੇ ਇੱਕ ਹੋਈਏ। ਅਤੇ ਉਹਨੇ ਕਈ ਮਹੀਨੇ ਲਾਏ, ਇੱਕ ਦਿਨ 'ਚ ਨਹੀਂ ਹੋਇਆ ਹੈ, ਜਿੰਨੇ ਵੀ ਉਹਨਾਂ ਦੇ ਵਿਦਵਾਨ ਸੀਗੇ ਸਾਰਿਆਂ ਨੂੰ ਬੁਲਾਇਆ, ਬੋਧੀਆਂ ਦਿਆਂ ਨੂੰ। ਅਤੇ ਉਹ ਜਿਹੜੀ ਸਭਾ ਉਹਨਾਂ ਸ਼ੁਰੂ ਕੀਤੀ, ਉਹ ਕਈ ਮਹੀਨੇ ਚੱਲੀ। ਉਹ ਤੋਂ ਬਾਅਦ ਉਹ ਜਿੰਨੇ ਵੀ ਬੋਧੀਆਂ ਦੇ ਆਗੂ ਸੀਗੇ, ਪ੍ਰਚਾਰਕ ਸੀਗੇ, ਉਹਨਾਂ ਨੇ ਇੱਕ ਮੁੱਠ ਕਰ ਲਏ। ਉਸ ਤੋਂ ਬਾਅਦ ਤੁਸੀਂ ਦੇਖੋ, ਇਤਿਹਾਸ ਤੁਸੀਂ ਪੜ੍ਹਦੇ ਹੋ ਕਿ ਕਿਵੇਂ ਅਸ਼ੋਕ ਦਾ ਰਾਜ ਵਧਿਆ। ਤੁਸੀਂ ਏਸ਼ੀਆ ਦੇ ਖਿੱਤੇ 'ਚੋਂ ਸਭ ਤੋਂ ਵੱਡਾ ਧਰਮ ਕਿਹੜਾ ਇਸ ਏਸ਼ੀਆ ਦੇ ਖਿੱਤੇ ਵਿੱਚ,
ਬੁੱਧ ਧਰਮ ਦੀ ਕਿੰਨੀਆਂ ਕੰਟਰੀਆਂ ਨੇ, ਪਰ ਸਿੱਖਾਂ ਦੇ ਕੋਲ ਕੁਛ ਵੀ ਨਹੀਂ। ਮੈਨੂੰ ਉਹ ਜਦੋਂ ਬੁੱਧ ਧਰਮ ਬਾਰੇ ਮੈਂ ਸਟੱਡੀ ਕੀਤੀ, ਪੜ੍ਹਿਆ, ਉਹ 'ਚੋਂ ਇੱਕ ਗੱਲ ਜ਼ਰੂਰ ਸਿੱਖਣ ਨੂੰ ਮਿਲੀ ਹੈ ਵੀ ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਸੋ ਸਾਨੂੰ ਉਸ ਲੈਵਲ ਦੀ ਸੋਚ ਰੱਖਣੀ ਪਊਗੀ। ਕਿਉਂ ਸਿੱਖਾਂ 'ਤੇ ਅੱਜ ਹਮਲੇ ਹੋ ਰਹੇ ਨੇ, ਕਿਉਂ ਸਾਨੂੰ ਆਪਣੇ ਨੌਜਵਾਨਾਂ ਨੂੰ ਬੇਨਤੀਆਂ ਕਰਨੀ ਪੈਂਦੀਆਂ ਕਿ ਸਿੱਖ ਬਣ ਜਾਓ। ਅੱਜ ਅਸੀਂ ਆ ਰਹੇ ਸੀ ਜਿੱਥੇ ਮੇਰਾ ਦਫ਼ਤਰ ਹੈ, ਉਹਦੇ ਨਾਲ ਪੈਲਸ ਹੈ, ਮੇਰੇ ਨਾਲ ਵੀਰ ਬੈਠੇ ਨੇ ਸੁਖਵੀਰ ਸਿੰਘ ਹਰੀ ਹੋਰ, ਉਹ ਗੱਲਾਂ ਕਰਦੇ ਸੀਗੇ ਕਿ ਈਸਾਈਆਂ ਦਾ ਇੱਥੇ ਪ੍ਰੋਗਰਾਮ ਹੋ ਰਿਹਾ, ਸਿੱਖਾਂ ਦੀ ਗਿਣਤੀ ਵੱਧ ਹੈ। ਮਤਲਬ ਕਿਉਂ ਸਾਡੇ ਇਹ ਹਾਲਾਤ ਬਣ ਰਹੇ ਨੇ, ਇਹਨਾਂ ਨੂੰ ਸੋਚਣਾ ਪਵੇਗਾ। ਇਹ ਸਿਰਫ ਅੱਜ ਆਪਾਂ ਗੱਲਬਾਤ ਕਰ ਲਈ ਹੈ, ਮੁੜ ਕੇ ਘਰ ਜਾ ਕੇ ਉਸ ਬਾਰੇ ਚਰਚਾ ਨਹੀਂ ਕਰਨੀ, ਇੱਥੇ ਇਹ ਗੱਲ ਨਹੀਂ ਖਤਮ ਹੋਣੀ। ਖਾਲਸਾ ਜੀ, ਸਾਨੂੰ ਸਭ ਤੋਂ ਪਹਿਲਾਂ ਮਹਿਸੂਸ ਕਰਨਾ ਪਵੇਗਾ ਇਸ ਗੱਲ ਨੂੰ ਕਿ ਸਿੱਖਾਂ ਦਾ ਹਾਲਾਤ ਜਿਹੜੇ ਉਹ ਬਹੁਤ ਮਾੜੇ ਹੋ ਗਏ ਨੇ, ਸਾਡੇ ਪੰਥ ਦੇ ਪੰਜਾਬ ਦੇ ਹਾਲਾਤ ਬੜੇ ਗੰਭੀਰ ਹੋ ਗਏ ਨੇ। ਕਿਹੋ ਜੀ ਖਬਰਾਂ ਜਿਹੜੀ ਦਿਨੋਂ ਦਿਨ ਅਸੀਂ ਆ ਰਹੀਆਂ ਨੇ ਟੀ ਵੀ ਰਾਹੀਂ, ਚੈਨਲਾਂ ਰਾਹੀਂ ਅਸੀਂ ਪੜ੍ਹ ਰਹੇ ਹਾਂ ਰੋਜ਼, ਪਰ ਉਸ ਪ੍ਰਤੀ ਸਿੱਖਾਂ ਨੂੰ ਕੋਈ ਫਿਕਰ ਨਹੀਂ, ਕੋਈ ਗੰਭੀਰਤਾ ਨਹੀਂ। ਜਿਵੇਂ ਕਿ ਭਾਈ ਸਾਹਿਬ ਹੋਰਾਂ ਨੇ ਦੱਸਿਆ ਕਿ ਪੰਜਾਬੀ ਬੋਲੀ ਪ੍ਰਤੀ ਇੰਨੇ ਖਤਰਨਾਕ ਜਿਹੜੇ ਸ਼ਬਦ ਨੇ ਉਹ ਬੰਦੇ ਨੇ ਵਰਤੇ, ਪਰ ਕਿਸੇ ਵੀ ਇੱਕ ਵੀ ਪੋਲੀਟੀਕਲ ਪਾਰਟੀ ਦੇ ਲੀਡਰ ਦਾ ਬਿਆਨ ਨਹੀਂ ਆਇਆ। ਉਹਨਾਂ ਨੇ ਹਾਂ ਦਾ ਨਾਰਾ ਵੀ ਨਹੀਂ ਮਾਰਿਆ ਹੈਗਾ। ਕਿਉਂ? ਇਹ ਸਾਰੀਆਂ ਚੀਜ਼ਾਂ ਨੂੰ ਸਮਝਣਾ ਪਵੇਗਾ। ਮੈਂ ਹੁਣ ਗੱਲ ਕਰਾਂਗਾ ਕਿ ਪੰਜਾਬ ਦੀ ਬਰਬਾਦੀ ਨੂੰ 1947 ਤੋਂ ਬਾਅਦ ਕਿਵੇਂ ਧਕੇਲਿਆ ਗਿਆ, ਉਹ 'ਚ ਧੱਕਾ ਦਿੱਤਾ ਗਿਆ। ਜਦੋਂ ਸਿੱਖ ਇਤਿਹਾਸ ਪੜ੍ਹੀ ਦਾ ਮੌਜੂਦਾ ਆਪਣੇ ਹਾਲਾਤ ਦੇਖੀ ਨੇ, ਬੜਾ ਸ਼ਰਮ ਮਹਿਸੂਸ ਹੁੰਦੀ ਹੈ ਕਿ ਅਸੀਂ ਕੀ ਤੋਂ ਕੀ ਬਣ ਗਏ ਹਾਂ। 47 ਤੋਂ ਬਾਅਦ ਇਸ ਮੁਲਕ 'ਚ ਮੁਲਕ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੰਜਾਬ ਦੇ ਅੰਦਰ ਇੱਕ ਹਰਿਤ ਕ੍ਰਾਂਤੀ ਲਿਆਂਦੀ 60-65 ਦੇ ਵਿੱਚ। ਪੰਜਾਬ ਦੇ ਵਿੱਚ ਪਾਣੀ ਬਹੁਤ ਘੱਟ ਹੈ, ਉਸ ਸਮੇਂ ਵੀ ਕੋਈ ਜ਼ਿਆਦਾ ਨਹੀਂ ਸੀ, ਫਿਰ ਵੀ ਹਰਿਤ ਕ੍ਰਾਂਤੀ ਹੈ ਜਿਹੜੀ ਪੰਜਾਬ 'ਚ ਕਿਉਂ ਲਿਆਂਦੀ ਗਈ। ਜਿਹੜਾ ਉਸ ਸਮੇਂ ਖੇਤਾਂ ਦੇ ਵਿੱਚ ਤੁਸੀਂ ਬੈਠੇ ਹੋ, ਕਿਸਾਨ ਕਿਸਾਨੀ ਕਰਦੇ ਹੋ ਬਹੁਤੇ ਨੌਜਵਾਨ ਪਰਿਵਾਰਾਂ 'ਚੋਂ, ਜਿਹੜਾ ਉਸ ਸਮੇਂ ਥੋੜ੍ਹਾ ਜਿਹਾ ਯੂਰੀਆ, ਥੋੜ੍ਹੀ ਜਿਹੀ ਰੇਹ ਵੱਡੇ ਵੱਡੇ ਖੇਤਾਂ 'ਚ ਸੱਟੀ ਜਾਂਦੀ ਸੀ, ਅੱਜ ਕਿੰਨੇ ਕਿੰਨੇ ਥੈਲੇ ਸੱਟਣ ਤੋਂ ਬਾਅਦ ਵੀ ਸਾਡੀ ਫਸਲ ਹੈ ਨਹੀਂ ਉਸ ਮਿਕਦਾਰ ਦੀ ਹੋ ਰਹੀ। ਈਵਨ ਕਿ ਆਹ ਨੇਪਾਲ ਹੈ, ਕਿੱਡਾ ਕੁ ਮਤਲਬ ਬੜਾ ਛੋਟਾ ਮੁਲਕ ਹੈ, ਉਹ ਕਹਿ ਰਿਹਾ ਕਿ ਮੈਂ ਪੰਜਾਬ ਦੀ ਸਬਜ਼ੀ ਨਹੀਂ ਲੈਣੀ, 22 ਟਰੱਕ ਮੋੜੇ ਨੇ ਉਹਨਾਂ ਨੇ। ਸਾਡੇ ਪੰਜਾਬ ਨੂੰ ਹਰਿਤ ਕ੍ਰਾਂਤੀ ਦੇ ਨਾਂ 'ਤੇ ਤਬਾਹ ਕੀਤਾ ਗਿਆ। ਸਾਨੂੰ ਉਸ ਸਮੇਂ ਪਾਲਿਸੀਆਂ ਬਣਾਈ ਗਈਆਂ ਬੈਂਕਾਂ ਨੂੰ ਕਿ ਕਿਸਾਨਾਂ ਨੂੰ ਕਰਜ਼ੇ ਨੇ, ਜਿੰਨੇ ਮੰਗਦੇ ਦੇ ਦਿਓ। ਇਹ ਕਿਸੇ ਮੁਲ ਪੂਰੇ ਜਿੰਨੀ ਵੀ ਸਟੇਟਾਂ ਨੇ ਇਸ ਮੁਲਕ ਦੀਆਂ, ਕਿਸੇ ਸਟੇਟ 'ਚ ਇੱਦਾਂ ਨਹੀਂ ਹੋਇਆ ਹੈਗਾ ਕਿਸਾਨਾਂ ਨਾਲ।
ਹਰਤ ਕ੍ਰਾਂਤੀ ਪੰਜਾਬ ਦੇ ਅੰਦਰ ਲਿਆਂਦੀ ਗਈ, ਜਿਹੜੀ ਸਾਡੀ ਫਸਲ ਨਹੀਂ ਸੀ ਝੋਨਾ ਉਹ ਸਾਡੇ ਗਲ ਪਾ ਤੀ, ਪੰਜਾਬ ਦਾ ਜਿਹੜਾ ਰੁੱਖੇ ਨਹੀਂ ਸੀ ਸਫੈਦਾ ਉਹ ਸਾਡੇ ਘਰਾਂ ਦੇ ਵਿੱਚ ਲਾਤਾ। ਜਿੱਥੇ ਵੀ ਤੁਸੀਂ ਪੜ੍ਹ ਕੇ ਦੇਖਿਓ, ਅੱਜ ਕੱਲ੍ਹ ਗੂਗਲ ਤੁਹਾਡੇ ਕੋਲ ਹੈ, ਹੁਣ ਜਾਣ ਲੱਗਿਆ ਖੋਲ੍ਹ ਕੇ ਦੇਖ ਲਿਓ ਕਿ ਸਫੈਦਾ ਜਿੱਥੇ ਹੁੰਦਾ ਉਹਦੇ 30 ਫੁੱਟ ਨੇੜੇ ਥੱਲੇ ਪਾਣੀ ਖਤਮ ਕਰ ਦਿੰਦਾ, ਅਤੇ ਉਹ ਰੁੱਖ ਦੀ ਲੋੜ ਹੀ ਨਹੀਂ ਸੀ। ਸਾਡੇ ਇੱਥੇ ਕਿਉਂ ਲਾਇਆ ਗਿਆ, ਟਾਲੀ ਕਿਉਂ ਨਹੀਂ ਲਾਈ ਗਈ, ਹੋਰ ਕਿੰਨੇ ਰੁੱਖ ਨੇ ਜਿਨ੍ਹਾਂ ਨਾਲ ਸਾਡੇ ਦਰਵਾਜ਼ੇ ਬਣਦੇ ਨੇ, ਜਿਨ੍ਹਾਂ ਨਾਲ ਬੈੱਡ ਬਣਦੇ ਨੇ, ਸੋਫੇ ਬਣਦੇ ਨੇ, ਬੜਾ ਕੁਛ ਬਣਦਾ, ਉਹ ਸਾਰਾ ਕੁਛ ਤਾਂ ਉਹਨਾਂ ਨੇ ਯੂਪੀ ਚ ਲਾ ਲਿਆ। ਤੁਹਾਨੂੰ ਕੀ ਦੇ ਤਿਆ ਸਫੈਦਾ? ਪੰਜਾਬ ਦੇ ਅੰਦਰ ਕੋਈ ਵੀ ਕਾਰਖਾਨਾ ਨਹੀਂ ਲਾਇਆ ਵੱਡਾ, ਸਾਰੇ ਕਾਰਖਾਨੇ ਲੈ ਗਏ ਨੇ ਯੂਪੀ, ਉਹ ਤੁਹਾਨੂੰ ਪਤਾ ਹੋਊਗਾ ਜਿੰਨੀ ਲੱਕੜ ਹੈ ਜਿਹੜੀ ਕੰਮ ਦੀ ਹੈ ਸਾਰੀ ਯੂਪੀ 'ਚੋਂ ਆਉਂਦੀ ਹੈ, ਪੰਜਾਬ 'ਚੋਂ ਨਹੀਂ। ਉਸ ਤੋਂ ਬਾਅਦ ਜਿਹੜੀ ਮੈਂ ਗੱਲ ਕਰਨ ਜਾ ਰਿਹਾ, ਅਹਿਮ ਗੱਲ ਹੈ, ਬੜੀ ਗੰਭੀਰਤਾ ਨਾਲ ਸੁਣਨਾ, ਮੈਨੂੰ ਲੱਗਦਾ ਪੂਰੀ ਭਾਰਤ 'ਚ ਕੀ ਕਿ ਪੂਰੀ ਦੁਨੀਆ 'ਚ ਇਹੋ ਜਿਹੀ ਸਟੇਟ ਨਹੀਂ ਹੋਣੀ ਜਿਹਦੀ ਕੁੜੀਆਂ, ਜਿਹਦੀ ਧਰਤੀ ਵੀ ਬਾਂਝ, ਜਿਨ੍ਹਾਂ ਦੇ ਪਸ਼ੂ ਵੀ ਬਾਂਝ, ਅਤੇ ਹੁਣ ਇਹੋ ਜਿਹੇ ਹਾਲਾਤ ਹੋ ਗਏ ਨੇ ਸਾਡੀ ਭੈਣਾਂ ਅਤੇ ਸਾਡੇ ਵੀਰ ਵੀ ਬਾਂਝ ਹੋਣ ਲੱਗ ਗਏ ਨੇ। ਤੁਸੀਂ ਸਮਝੋ, ਤੁਸੀਂ ਡਾਕਟਰਾਂ ਕੋਲ ਜਾ ਕੇ ਬੈਠੋ, ਤੁਸੀਂ ਵੈਦਾਂ ਕੋਲ ਜਾ ਕੇ ਬੈਠੋ, ਕਿੰਨੇ ਲੋਕ ਨੇ, ਕਿੰਨੀ ਭੈਣਾਂ ਨੇ, ਕਿੰਨੇ ਵੀਰ ਨੇ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ, ਉਹ ਦਵਾਈ ਲੈਣ ਲਈ ਲਾਈਨਾਂ ਲਾ ਕੇ ਖੜ੍ਹੇ ਨੇ। ਤੁਹਾਡੇ ਪਸ਼ੂ ਵੀ ਬਾਂਝ ਹੋ ਗਏ ਨੇ, ਪਸ਼ੂਆਂ ਨੂੰ ਤੁਸੀਂ ਦਵਾਈਆਂ ਦੇ ਰਹੇ ਹੋ। ਖਾਲਸਾ ਜੀ, ਇਹ ਕਿਹੜੀ ਖੇਡ ਸਾਡੇ ਨਾਲ ਵਰਤੀ ਹੈ? ਕਿੱਦਾਂ ਦੇ ਹਾਲਾਤ ਬਣ ਗਏ ਨੇ? ਅਸੀਂ ਸੁੱਤੇ ਹੀ ਰਹੇ ਹਾਂ। ਜਦੋਂ ਬਾਕੀ ਸਟੇਟਾਂ ਤੁਸੀਂ ਉਹਨਾਂ ਦੀ ਸਟੱਡੀ ਕਰੋ, ਸਟੇਟ ਦੀ, ਕੰਟਰੀਆਂ ਦੀ, ਕਿ ਉੱਥੇ ਵੀ ਇਹ ਸਭ ਕੁਛ ਹੋ ਰਿਹਾ, ਪੜ੍ਹੋ ਤਾਂ ਸਹੀ ਇੱਕ ਵਾਰੀ ਉਹਨੂੰ। ਜੇ ਨਹੀਂ ਹੋ ਰਿਹਾ ਤਾਂ ਪੰਜਾਬ 'ਚ ਕਿਉਂ? ਮੈਂ ਗੱਲ ਕਰਨੀ ਹੈ ਇੱਕ ਨਵਾਂ ਹੜ੍ਹ ਆ ਰਿਹਾ ਸਿੱਖਾਂ ਦਾ, ਜਿਹੜਾ ਕਤਲੇਆਮ ਕਰਨ ਦੇ ਲਈ, ਉਸ ਦੇ ਬਾਬਤ 10 ਮਿੰਟ ਵੱਧ ਲੈ ਲਏ ਹਾਂ। ਮੈਂ ਬੇਨਤੀ ਕਰਾਂਗਾ ਪ੍ਰਬੰਧਕਾਂ ਨੂੰ, ਨਾਲਦਿਆਂ ਨੂੰ, ਕਿ ਕਿਵੇਂ ਸਾਨੂੰ ਇੱਕ ਨਵਾਂ ਤਰੀਕਾ ਆ ਰਿਹਾ ਉਹਦੇ ਨਾਲ ਬਰਬਾਦ ਕੀਤਾ ਜਾਣਾ। ਪਹਿਲਾਂ ਹਰਤ ਕ੍ਰਾਂਤੀ ਆਈ ਹੈ, ਉਸ ਤੋਂ ਬਾਅਦ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਗਿਆ, ਝੂਠੇ ਪੁਲਿਸ ਮੁਕਾਬਲੇ ਬਣਾਏ ਗਏ, ਉਸ ਤੋਂ ਬਾਅਦ ਉਸ ਸਮੇਂ ਦੌਰਾਨ ਹੀ ਨਸ਼ਿਆਂ ਦਾ ਜਿਹੜਾ ਬੀਜ ਹੈ ਉਹ ਬੀਜਿਆ ਜਾਣਾ ਸ਼ੁਰੂ ਹੋ ਗਿਆ ਸੀਗਾ। ਉਸ ਤੋਂ ਬਾਅਦ ਸਾਡੇ ਨੌਜਵਾਨ ਨੇ ਉਹ ਨਸ਼ਿਆਂ ਦੇ ਵਿੱਚ ਲਾਇਆ ਗਿਆ ਨੌਜਵਾਨਾਂ ਨੂੰ। ਅੰਕੜੇ ਦੱਸ ਰਹੇ ਨੇ, ਨਸ਼ਿਆਂ ਦੀ ਮੈਂ ਗੱਲ ਕਰ ਲਵਾਂ 2 ਮਿੰਟ। ਸਾਡੀ ਅੰਮ੍ਰਿਤਸਰ ਦੀ ਜਿਹੜੀ ਧਰਤੀ ਹੈ, ਸਿੱਖ ਬੜੇ ਸਮੇਂ ਤੋਂ ਮੰਗ ਕਰਦੇ ਨੇ ਕਿ ਉਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ। ਸਿੱਖ ਕਹਿੰਦੇ ਸਭ ਤੋਂ ਪਵਿੱਤਰ ਸਾਡੇ ਲਈ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਹੈ, ਉਹ ਧਰਤੀ ਸਾਡੇ ਲਈ ਵਾਕਈ ਪਵਿੱਤਰ ਹੈ। ਪਰ ਖਾਲਸਾ ਜੀ, ਤੁਸੀਂ ਕਦੇ ਸੋਚਿਆ ਪਿਛਲੇ 2 ਸਾਲਾਂ ਦੇ ਵਿੱਚ 67 ਨੌਜਵਾਨਾਂ ਦੀ ਮੌਤ ਹੋਈ ਹੈ ਨਸ਼ੇ ਦੀ ਓਵਰਡੋਜ਼ ਨਾਲ, ਲੋੜ ਤੋਂ ਵੱਧ ਨਸ਼ਾ ਲੈਣ ਕਾਰਨ। ਸਭ ਤੋਂ ਵੱਧ ਅੰਮ੍ਰਿਤਸਰ ਜ਼ਿਲ੍ਹੇ ਦੇ 16 ਨੌਜਵਾਨ ਸਨ। ਸਾਡੀ ਇਹੋ ਜਿਹੀ ਧਰਤੀ 'ਤੇ ਇਹੋ ਜਿਹਾ ਕਹਿਰ ਵਰਪ ਰਿਹਾ, ਸਾਨੂੰ ਕੋਈ ਫਰਕ ਹੀ ਨਹੀਂ ਹੈ ਉਸ ਗੱਲ ਦਾ, ਨਾ ਹੀ ਸਾਡੀ ਕੋਈ ਲੀਡਰਸ਼ਿਪ ਹੈ ਜਿਹੜੀ ਗੱਲ ਕਰੇ ਕਿ ਸਾਡੇ ਨਾਲ ਕਿਉਂ ਹੋ ਰਿਹਾ। ਹਰਿਆਣੇ ਦਾ ਇੱਕ ਵੀ ਜ਼ਿਲ੍ਹਾ ਦੱਸੋ ਜਿਹਦੇ 'ਚ ਇੰਨੀ ਵੱਡੀ ਗਿਣਤੀ 'ਚ ਹੋਇਆ, ਰਾਜਸਥਾਨ ਦਾ ਦੱਸ ਦਿਓ, ਹਿਮਾਚਲ ਦਾ ਦੱਸ ਦਿਓ, ਪੰਜਾਬ 'ਚ ਕਿਉਂ? ਹੋਰ ਮੈਂ ਗੱਲ ਕਰਾਂ ਨਾਲ, ਜਿਹੜੇ ਅੰਕੜੇ ਦੱਸ ਰਹੇ ਨੇ, 33,000
ਨੌਜਵਾਨ ਫੜੇ ਗਏ ਪੰਜਾਬ ਪੁਲਿਸ ਨੇ 2 ਸਾਲਾਂ ਦੇ ਵਿੱਚ, ਜਿਹੜੇ ਨਸ਼ਾ ਵੇਚਦੇ ਸੀ, ਸਪਲਾਈ ਕਰਦੇ ਸੀ, ਸਮਗਲਰ ਸੀਗੇ, ਉਹ ਵੱਖ ਵੱਖ ਕੈਟਾਗਰੀਆਂ ਨੇ। ਕੁੱਲ 33,500 ਨੌਜਵਾਨ ਫੜਿਆ 2 ਸਾਲਾਂ ਦੇ ਵਿੱਚ। ਇੰਨਾ ਨੌਜਵਾਨ ਨਾ ਤਾਂ ਹਰਿਆਣੇ 'ਚ ਫੜਿਆ ਗਿਆ, ਨਾ ਰਾਜਸਥਾਨ ਦੇ ਵਿੱਚ ਫੜਿਆ ਗਿਆ, ਨਾ ਹਿਮਾਚਲ ਦੇ ਵਿੱਚ ਫੜਿਆ ਗਿਆ। ਅਤੇ ਗ੍ਰਹਿ ਮੰਤਰਾਲੇ ਦੀ ਰਿਪੋਰਟ ਉੱਤੇ ਮੋਹਰ ਲਾ ਰਹੀ ਹੈ ਕਿ ਇਸ ਮੁਲਕ ਦੇ ਵਿੱਚ 37% ਜਿਹੜੇ ਡਰੱਗ ਤਸਕਰ ਨੇ, ਕੌਣ ਨੇ? ਉਹ ਪੰਜਾਬੀ ਨੇ। ਖਾਲਸਾ ਜੀ, ਸਾਡੇ ਗੁਰੂ ਦਾ ਇੰਨਾ ਵੱਡਾ ਸਿਧਾਂਤ ਹੋਵੇ, ਸਿੱਖ ਇਤਿਹਾਸ ਹੋਵੇ, ਅਸੀਂ ਕਿੱਥੇ ਘਿਰ ਗਏ ਹਾਂ? ਇਹਨੂੰ ਸੋਚਣਾ ਪਵੇਗਾ। ਉਸ ਤੋਂ ਅਗਲੀ ਗੱਲ ਤੁਹਾਨੂੰ ਸੁਣ ਕੇ ਬੜੀ ਹੈਰਾਨਗੀ ਹੋਵੇਗੀ। ਭਾਈ ਕਰਮਜੀਤ ਸਿੰਘ ਜੀ, ਮੈਂ ਜਦੋਂ ਹਿਮਾਚਲ ਦਾ ਜਿਹੜਾ ਨਸ਼ਿਆਂ ਦਾ ਡਾਟਾ ਪੜ੍ਹਿਆ, ਉਹ ਬੜੀ ਇੱਕ ਕਮਾਲ ਦੀ ਗੱਲ ਨਿਕਲੀ ਉੱਚੋਂ ਕਿ ਹਿਮਾਚਲ 'ਚੋਂ ਨਸ਼ੇ ਵਾਲੇ ਬੰਦੇ ਕਿੰਨੇ ਫੜੇ ਗਏ ਨੇ। ਤਾਂ ਉਹਨਾਂ ਨੇ ਦੱਸਿਆ ਕਿ 786 ਬੰਦਾ ਜਿਹੜਾ ਅਸੀਂ ਫੜਿਆ 1 ਸਾਲ ਦੇ ਅੰਦਰ ਸਿਰਫ, ਕਿਤੇ 33,500 ਅਤੇ ਕਿਤੇ 786 ਬੰਦਾ। ਅਤੇ ਜਿਹੜੀ ਹੋਰ ਉੱਤੋਂ ਅਗਲੀ ਗੱਲ ਕਹਿਣ ਲੱਗਿਆਂ, 786 ਚੋਂ ਜਿਹੜੇ ਹਿਮਾਚਲ 'ਚ ਫੜੇ ਗਏ ਨੇ, ਉਹਨਾਂ 'ਚੋਂ ਅੱਧੇ ਪੰਜਾਬੀ ਸੀਗੇ, ਪੰਜਾਬ ਨਾਲ ਸੰਬੰਧਿਤ। ਕਿੱਥੇ ਖੜੇ ਹਾਂ ਖਾਲਸਾ ਜੀ? ਅਸੀਂ ਵਿਚਾਰੀਏ ਤਾਂ ਸਹੀ, ਸਾਡੇ ਗੁਰਦੁਆਰਿਆਂ 'ਚ ਕਦੇ ਵੀ ਇਹੋ ਜਿਹੀ ਗੱਲਾਂ ਕਿਉਂ ਨਹੀਂ ਹੁੰਦੀਆਂ? ਉੱਥੇ ਰੋਕਿਆ ਜਾਂਦਾ ਵੀ ਇਹੋ ਜਿਹੀ ਗੱਲਾਂ ਨਾ ਕਰੋ ਜੀ, ਤੁਸੀਂ ਕੋਈ ਗੁਰਬਾਣੀ ਦੀ ਗੱਲ ਕਰੋ। ਇਹ ਅਸੀਂ ਗੁਰਬਾਣੀ ਦੀ ਗੱਲ ਕਰ ਰਹੇ ਹਾਂ, ਉਹ 'ਚੋਂ ਨਿਕਲੀ ਗੱਲਾਂ ਨੇ ਕਿ ਅਸੀਂ ਖਾਲਸਾ ਪੰਥ ਦੀ ਪਹਿਰਾਦਾਰੀ ਕਰਨੀ ਹੈ। ਪਰ ਅਫਸੋਸ ਇਸ ਗੱਲ ਦਾ ਕਿ ਇਸ ਪ੍ਰਤੀ ਕੋਈ ਵੀ ਪੋਲੀਟੀਕਲ ਪਾਰਟੀ ਚਿੰਤਤ ਨਹੀਂ ਕਿ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਨਸ਼ਿਆਂ ਰਾਹੀਂ ਕਤਲ ਕੀਤਾ ਜਾ ਰਿਹਾ। ਮੇਰੇ ਵੀਰਾਂ ਨੇ ਕੁਛਾਂ ਨੇ ਗੱਲ ਕੀਤੀ ਸੀ ਮੀਡੀਆ ਬਾਰੇ ਵੀ, ਪਿਛਲੀ ਵਾਰੀ ਭਾਈ ਸਾਹਿਬ ਵੀ ਬੋਲੇ ਸੀਗੇ ਜਗਬਾਣੀ ਅਖਬਾਰ ਬਾਰੇ। ਮੈਂ 2 ਮਿੰਟ ਲਈ ਉਹਦੀ ਵੀ ਗੱਲ ਕਰ ਲਵਾਂ। ਜਗਬਾਣੀ ਅਖਬਾਰ ਅਸੀਂ ਪੜ੍ਹਦੇ ਹਾਂ, ਮੈਂ ਵੀ ਬਹੁਤ ਟਾਈਮ ਪਹਿਲਾਂ, ਮੈਨੂੰ ਬੜਾ ਵਧੀਆ ਲੱਗਦਾ ਸੀ ਕਿ ਜਗਬਾਣੀ ਅਖਬਾਰ ਪੜ੍ਹਨਾ ਚਾਹੀਦਾ। ਪਰ ਜਦੋਂ ਉਹਦਾ ਮੈਂ ਇਤਿਹਾਸ ਪੜ੍ਹਿਆ ਜਗਬਾਣੀ ਅਖਬਾਰ ਦਾ, ਤਾਂ ਬੜੀ ਹੈਰਾਨਗੀ ਹੋਈ ਹੈ। ਜਗਬਾਣੀ ਅਖਬਾਰ ਦਾ ਜਿਹੜਾ ਐਡੀਟਰ ਸੀ ਲਾਲਾ ਜਗਤ ਨਾਰਾਇਣ, ਜਦੋਂ ਪੰਜਾਬੀ ਸੂਬਾ ਮੋਰਚਾ ਸ਼ੁਰੂ ਹੋਇਆ ਲੱਗਿਆ, ਉਹਨੇ ਸਭ ਤੋਂ ਪਹਿਲਾਂ ਵਿਰੋਧ ਕੀਤਾ ਸੀਗਾ ਜਗਤ ਨਾਰਾਇਣ ਨੇ, ਜਗਬਾਣੀ ਅਖਬਾਰ ਨੇ। ਉਸ ਤੋਂ ਬਾਅਦ ਜਦੋਂ ਪੰਜਾਬੀ ਬੋਲੀ ਦੀ ਮਰਦਮਸ਼ੁਮਾਰੀ ਹੋਈ ਹੈ ਕਿ ਅਸੀਂ ਪੰਜਾਬੀ ਲਿਖਾਣੀ ਹੈ, ਉਹ ਹਿੰਦੂਆਂ ਦੇ ਇਕੱਠਾਂ ਦੇ ਵਿੱਚ ਜਾ ਕੇ ਕਹਿੰਦਾ ਰਿਹਾ ਕਿ ਸਾਡੀ ਬੋਲੀ ਹਿੰਦੀ ਹੈ, ਤੁਸੀਂ ਹਿੰਦੀ ਲਿਖਾਣੀ ਹੈ। ਉਹ ਹੈ ਲਾਲਾ ਜਗਤ ਨਾਰਾਇਣ। ਉਸ ਤੋਂ ਅੱਗੇ ਮੈਂ ਗੱਲ ਕਰਾਂ, ਜਦੋਂ 78 ਦੇ ਵਿੱਚ 13 ਸਿੰਘ ਸ਼ਹੀਦ ਕੀਤੇ ਨੇ, ਉੱਥੇ ਸਪੀਕਰ ਜਿਹਦਾ ਮੈਂ ਖੜਿਆ, ਕੌਣ ਸੀਗਾ ਉੱਥੇ? ਲਾਲਾ ਜਗਤ ਨਾਰਾਇਣ ਉਸ ਸਮੇਂ ਸਪੀਕਰ ਸੀਗਾ ਨਿਰੰਕਾਰੀਆਂ ਦਾ, ਬੋਲ ਰਿਹਾ ਸੀ ਉਸ ਸਮੇਂ ਲਾਲਾ ਜਗਤ ਨਾਰਾਇਣ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ। ਉਸ ਤੋਂ ਬਾਅਦ ਦੀ ਗੱਲ ਕਰਾਂ, ਜਦੋਂ ਗੁਰਬਚਨੇ ਨੂੰ ਸਜ਼ਾ ਹੋਣੀ ਸੀ, ਕੇਸ ਚੱਲਦਾ ਸੀ ਉਹਦਾ, ਬਰੀ ਹੋ ਗਿਆ ਸੀ, ਖੈਰ ਉਹ 'ਤੇ ਕੇਸ ਚੱਲਦਾ ਸੀ ਜਦੋਂ ਉਹਦਾ ਹਰਿਆਣੇ 'ਚ ਸ਼ਿਫਟ ਕਰਤੇ ਸੀ ਕਰਨਾਲ, ਉੱਥੇ ਜਾ ਕੇ ਲਾਲਾ ਜਗਤ ਨਾਰਾਇਣ ਨੇ ਗਵਾਹੀ ਦਿੱਤੀ ਹੈ ਇਸ ਗੱਲ ਦੀ ਕਿ ਉੱਥੇ ਜਿਹੜੇ ਸਿੱਖ ਮਾਰੇ ਨੇ ਉਹ ਨਿਰੰਕਾਰੀਆਂ ਨੇ ਨਹੀਂ ਮਾਰੇ, ਕੋਈ ਹੋਰ ਬੰਦੇ ਆ ਕੇ ਮਾਰ ਗਏ ਨੇ ਪਤਾ ਨਹੀਂ ਕਿੱਥੋਂ। ਇਹ ਸੀ ਲਾਲਾ
ਜਗਤ ਨਾਰਾਇਣ। ਸੋ ਸਾਨੂੰ ਘੱਟੋ ਘੱਟ ਸਾਡੇ ਨੌਜਵਾਨਾਂ ਨੂੰ ਪਤਾ ਤਾਂ ਹੋਵੇ ਖਾਲਸਾ ਜੀ। ਇਹ ਇਸੇ ਗੱਲ 'ਚੋਂ ਇੱਕ ਗੱਲ ਸਿੱਖਣ ਨੂੰ ਮਿਲਦੀ ਹੈ, ਜੇ ਤੁਸੀਂ ਨੌਜਵਾਨਾਂ ਨੂੰ ਨਾ ਅਵੇਅਰ ਕਰ ਪਾਏ ਤਾਂ ਤੁਸੀਂ ਉੱਥੇ ਇਕੱਲੇ ਖੜ੍ਹੇ ਹੋਵੋਗੇ। ਜਿਹੜੇ ਪੰਜਾਬੀ ਪੰਜਾਬ ਦੇ ਨੌਜਵਾਨ ਹੋਣਗੇ ਸਿੱਖ ਨੌਜਵਾਨ, ਉਹ ਤੁਹਾਨੂੰ ਰੋਕਣ ਲਈ ਖੜਨਗੇ ਜੇ ਨਾ ਤੁਸੀਂ ਅਵੇਅਰ ਕਰੇ, ਜੇ ਨਾ ਉਹਨਾਂ ਨੂੰ ਤੁਸੀਂ ਜਾਣਕਾਰੀ ਦਿੱਤੀ ਕਿ ਕਿਹੜੇ ਬੰਦੇ ਪੰਥ ਨਾਲ ਧਰੋ ਕਮਾਉਣ ਵਾਲੇ ਨੇ, ਉਹਨਾਂ ਦਾ ਕਤਲ ਕਰਨ ਵਾਲੇ ਨੇ ਅਤੇ ਕਿਹੜੇ ਪੰਥ ਲਈ ਮਰਨ ਮਿਟਣ ਵਾਲੇ ਨੇ। ਸੋ ਇਹ ਬੜੀ ਜ਼ਰੂਰੀ ਹੈ। ਸੋ ਮੈਂ ਗੱਲ ਕਰ ਰਿਹਾ ਸੀਗਾ ਨਸ਼ਿਆਂ ਦੀ ਕਿ ਨਸ਼ਿਆਂ ਤੋਂ ਬਾਅਦ ਜਿਹੜੀ ਗੱਲ ਆ ਰਹੀ ਹੈ ਉਹ ਬੜੀ ਗੰਭੀਰ ਹੈ। ਹੁਣੇ ਪਿੱਛੇ ਜੀ ਇਸ ਪਿਛਲੇ ਮਹੀਨੇ ਦੀ ਗੱਲ ਹੈ, ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਇਹੋ ਜਿਹੀ ਘਟਨਾ ਵਾਪਰੀ ਹੈ ਜਿਹੜੀ ਇਕੱਲੇ ਪੰਜਾਬ ਦੀ, ਭਾਰਤ ਦੀ, ਦੁਨੀਆ ਦੀ ਇੱਕ ਵੱਡੀ ਖਬਰ ਹੈ। ਦੁਨੀਆ ਦੇ ਵਿੱਚ ਇਹੋ ਜਿਹੀ ਖਬਰ ਮੈਂ ਅੱਜ ਤੱਕ ਨਹੀਂ ਪੜ੍ਹੀ, ਸ਼ਾਇਦ ਕਿਤੇ ਵਾਪਰੀ ਹੋਵੇ, ਕਿ ਇੱਕੋ ਪਿੰਡ ਦੇ 16 ਨੌਜਵਾਨਾਂ ਨੂੰ ਏਡਸ ਹੋ ਗਿਆ। ਬੜੀ ਗੰਭੀਰ ਖਬਰ ਹੈ। ਇਸ ਨਾਲ ਪੰਜਾਬ ਦੀ ਧਰਤੀ ਦੇ ਵਿੱਚ ਵੱਡੀ ਹਲਚਲ ਹੋਣੀ ਸੀ ਕਿ ਇੱਕੋ ਪਿੰਡ ਦੇ 16 ਨੌਜਵਾਨਾਂ ਨੂੰ ਏਡਸ ਕਿਵੇਂ ਹੋ ਗਿਆ। ਅਤੇ ਜਦੋਂ ਉਹਦੀ ਡਿਟੇਲ ਲਈ ਹੈ ਅਸੀਂ ਕਿ ਉਹ ਸਰਿੰਜ ਉਹ ਨੌਜਵਾਨ ਚੁੱਕ ਕੇ ਲਿਆਏ ਅਤੇ ਵਾਰੀ ਵਾਰੀ ਸਿਰ ਨਸ਼ਾ ਉਹਦੇ ਵਿੱਚ ਭਰਿਆ ਅਤੇ 16 ਨੌਜਵਾਨਾਂ ਨੇ ਲਾਇਆ, ਅਤੇ ਜਿਸ ਕਾਰਨ ਉਹ 16 ਨੌਜਵਾਨ ਏਡਸ ਦੀ ਚਪਟ 'ਚ ਆ ਗਏ ਨੇ, ਜਿਹਦਾ ਕੋਈ ਇਲਾਜ ਹੀ ਨਹੀਂ। ਅਤੇ ਜਦੋਂ ਮੈਂ ਉਹ ਖਬਰ ਪੜ੍ਹੀ ਅਤੇ ਸੋਚਿਆ ਕਿ ਇਹਦੇ ਬਾਰੇ ਹੋਰ ਜਾਣਕਾਰੀ ਲਈ ਜਾਵੇ, ਕਿਤੇ ਇਹ ਕੋਈ ਪੋਲਿਸੀ ਤਾਂ ਨਹੀਂ ਨਵੀਂ। ਅਤੇ ਮੈਂ ਅੱਗੇ ਜਿਹੜੀ ਰਿਪੋਰਟ ਪੜ੍ਹੀ ਹੈ ਅਤੇ ਜਾਣਕਾਰੀ ਵੀ ਇਕੱਤਰਿਤ ਕੀਤੀ ਹੈ ਕਿ 2016 ਦੇ ਵਿੱਚ ਜੇਲ੍ਹਾਂ ਦੇ ਵਿੱਚ, ਪੰਜਾਬ ਦੀ ਜੇਲ੍ਹਾਂ ਦੇ ਅੰਕੜੇ ਨੇ ਕਿ 1054 ਬੰਦੇ ਨੂੰ ਏਡਸ ਹੋਈ ਹੈ। ਜੇਲ੍ਹਾਂ ਦੇ ਵਿੱਚ ਕਿੱਥੋਂ ਹੋ ਗਈ, ਕਿੱਥੋਂ ਉਹ ਸਰਿੰਜਾਂ ਪੰਜਾਬ 'ਚ ਆ ਰਹੀਆਂ ਨੇ, ਉਹ ਜਿਹੜੇ ਮੁੰਡੇ ਨਸ਼ੇ ਕਰ ਰਹੇ ਨੇ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ, ਕਿਵੇਂ ਮਤਲਬ ਨੌਜਵਾਨੀ ਬਰਬਾਦ ਕਿਵੇਂ ਹੋ ਰਹੀ ਹੈ। ਉਸ ਤੋਂ ਬਾਅਦ ਜਿਹੜੇ ਅੰਕੜੇ ਆਏ ਨੇ, ਫਿਰ ਅੰਮ੍ਰਿਤਸਰ ਜ਼ਿਲ੍ਹਾ ਫਿਰ ਮੋਹਰੀ ਹੈ। ਮੈਨੂੰ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਲੱਗਦੀ ਹੈ ਕਿ ਜਿਹੜੀ ਹਰ ਪੱਖੋਂ ਅੰਮ੍ਰਿਤਸਰ ਜ਼ਿਲ੍ਹੇ ਨੂੰ ਟਾਰਗੇਟ ਕੀਤਾ ਜਾ ਰਿਹਾ, ਤਾਂ ਕਿ ਤੁਸੀਂ ਕੱਲ੍ਹ ਨੂੰ ਕਹੋ ਇਹਨਾਂ ਕਿ ਪਵਿੱਤਰ ਸ਼ਹਿਰ ਦਾ ਦਰਜਾ ਦਿਓ, ਅਗਲੇ ਕਹਿਣ ਇਹ ਇੱਥੇ ਤਾਂ ਨਸ਼ਾ ਕਰਨ ਵਾਲੇ ਬਹੁਤ ਨੇ, ਏਡਸ ਵਾਲੇ ਬਹੁਤ ਨੇ, ਬੜੀ ਗੱਲਾਂ ਆ ਜਾਣੀਆਂ ਨੇ ਅੱਗੇ। ਪਰ ਅਸੀਂ ਸੁੱਤੇ ਹਾਂ। ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ 265 ਜਿਹੜੇ ਕੇਸ ਸਾਹਮਣੇ ਆਏ ਨੇ ਜੇਲ੍ਹ ਦੇ ਵਿੱਚੋਂ। ਉਸ ਤੋਂ ਬਾਅਦ ਲੁਧਿਆਣਾ, ਗੁਰਦਾਸਪੁਰ ਦੇ ਆਏ ਨੇ 44, ਲੁਧਿਆਣਾ 33, ਫਰੀਦਕੋਟ 299, ਫਰੀਦਕੋਟ। ਉਸ ਤੋਂ ਬਾਅਦ ਬਠਿੰਡਾ 26, ਕਪੂਰਥਲਾ ਬਹੁਤ ਵੱਡੀ ਜਿਹੜੀ ਗਿਣਤੀ ਹੈ 221, ਪਟਿਆਲਾ 19, ਫਿਰੋਜ਼ਪੁਰ 147। ਜਿਹੜੇ ਨਸ਼ੇ ਦੇ ਅੰਕੜੇ ਨੇ, ਏਡਸ ਦੇ ਅੰਕੜੇ ਨੇ, ਉਹ ਦੋਨਾਂ ਨੂੰ ਜੇ ਤੁਸੀਂ ਮਿਲਾਪ ਕਰ ਲਵੋ ਤਾਂ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੇ ਮਾਝੇ ਦੁਆਬੇ ਦੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਨੂੰ ਪ੍ਰਮੁੱਖ ਤੌਰ 'ਤੇ ਟਾਰਗੇਟ ਕੀਤਾ ਜਾ ਰਿਹਾ ਇੰਨੀ ਵੱਡੀ ਗਿਣਤੀ ਦੇ ਵਿੱਚ। ਅਤੇ ਟਾਈਮਸ ਆਫ ਇੰਡੀਆ ਦੀ ਰਿਪੋਰਟ ਹੈ ਕਿ 23 ਜਨਵਰੀ 2018 ਦੀ, ਕਿ ਸਟੇਟ ਦੇ ਵਿੱਚ 1630 ਬੰਦਿਆਂ ਨੂੰ ਏਡਸ ਹੋਇਆ ਸਰਿੰਜਾਂ ਲੱਗਣ ਦੇ ਨਾਲ। ਆ ਪਿਛਲੇ ਸਾਲ ਦੀ ਗੱਲ ਹੈ। ਅਤੇ ਜਿਹੜੀ ਸਾਡੇ ਉੱਤੇ ਹੁਣ ਨਵੀਂ ਗੱਲ ਮੜੇ ਜਾਣੀ ਹੈ, ਪਹਿਲਾਂ ਤਾਂ ਸਾਨੂੰ ਅੱਤਵਾਦੀ ਦਾ ਲੇਵਲ ਲਾਇਆ ਸਾਡੇ ਮੱਥੇ ਉੱਤੇ,
ਉਸ ਤੋਂ ਬਾਅਦ ਨਸ਼ੇੜੀਆਂ ਦਾ ਸਾਨੂੰ ਨਸ਼ੇ 'ਚ ਲਾ ਕੇ ਨਸ਼ੇੜੀਆਂ ਦਾ ਸਾਡੇ ਉੱਤੇ ਲੇਵਲ ਲਾਇਆ ਅਤੇ ਹੁਣ ਅਗਲਾ ਲੇਵਲ ਲਾਉਣ ਲਈ ਤੁਸੀਂ ਤਿਆਰ ਹੋਵੋ ਜਾਂ ਉਹਦਾ ਮੁਕਾਬਲਾ ਕਰਨ ਲਈ ਇਹ ਤੁਹਾਨੂੰ ਸੋਚਣਾ ਪਵੇਗਾ ਕਿ ਉਹ ਕੌਮ ਹੈ ਜਿਹੜੀ ਖੰਡੇ ਦੀ ਬਾਟੇ ਦੀ ਪੌਲ ਲੈ ਕੇ ਇੱਕ ਮੁਗਲੀਆ ਹਕੂਮਤ ਦੀ ਜੜ ਉਹਨੇ ਪੱਟ ਸੁੱਟੀ ਸੀਗੀ ਜਦੋਂ ਅਫਗਾਨੀ ਉੱਥੋਂ ਤੁਰਦਾ ਸੀਗਾ ਸਿੰਘ ਆਪਣੀ ਜਿਹੜੀ ਕਿਰਪਾਨਾਂ ਕੱਸ ਲੈਂਦੀ ਸੀ ਅਤੇ ਅਫਗਾਨੀਆਂ ਨੂੰ ਖਬਰ ਮਿਲ ਜਾਂਦੀ ਸੀ ਕਿ ਸਿੱਖ ਤਿਆਰ ਨੇ ਅਤੇ ਜਦੋਂ ਸਾਡੇ ਉੱਤੇ ਇਹੋ ਜਿਹਾ ਜਿਹੜਾ ਹੁਣ ਲੇਵਲ ਲੱਗੂਗਾ ਅਤੇ ਅਸੀਂ ਕਿੱਥੇ ਜਾ ਕੇ ਕਹਾਂਗੇ ਕਿ ਅਸੀਂ ਉਸ ਕੌਮ 'ਚ ਹਾਂ ਕਿਹੜੇ ਕਿਹਨਾਂ ਨੂੰ ਤੁਸੀਂ ਆਪਣਾ ਇਤਿਹਾਸ ਸੁਣਾਓਗੇ ਕਿ ਕਦੋਂ ਕਰੋਗੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਸਾਡੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਈਸਾਈ ਬਣਾਇਆ ਜਾ ਰਿਹਾ ਕੋਈ ਪ੍ਰਬੰਧ ਹੀ ਨਹੀਂ ਹੈਗਾ ਖਾਲਸਾ ਜੀ ਤੁਸੀਂ ਪੰਜਾਬ ਨੂੰ ਸਮਝੋ ਮੁਲਕ ਨੂੰ ਸਮਝੀਏ ਸੀ ਏਸ਼ੀਆ ਨੂੰ ਸਮਝੀਏ ਕਿ ਇੱਥੇ ਕਿਵੇਂ ਧਰਮ ਨੇ ਜਿਹੜੇ ਡਿਵੈਲਪ ਹੋਏ ਨੇ ਕਿਵੇਂ ਬੋਧੀਆਂ ਦੀ ਗਿਣਤੀ ਵਧੀ ਹੈ ਕਿਵੇਂ ਮੁਸਲਮਾਨਾਂ ਦੀ ਗਿਣਤੀ ਵਧੀ ਹੈ ਕ੍ਰਿਸਚਨ ਬਾਹਰ ਦਾ ਧਰਮ ਹੈ ਇਸ ਮੁਲਕ ਦੀ 7 ਸਟੇਟਾਂ ਦੀ ਰਾਜਨੀਤੀ ਦਾ ਫੈਸਲਾ ਕ੍ਰਿਸਚਨ ਕਰਦੇ ਨੇ ਕਿ ਉੱਥੇ ਕਿਹੜੀ ਸਰਕਾਰ ਬਣੂਗੀ ਉਹ ਭਾਰਤ ਦਾ ਧਰਮ ਨਹੀਂ ਹੈਗਾ ਪਰ ਸਿੱਖ ਪੰਜਾਬ 'ਚ ਵੀ ਨਹੀਂ ਫੈਸਲਾ ਕਰ ਸਕਦੇ ਕਿ ਇੱਥੇ ਕਿਹੜਾ ਬੰਦਾ ਸਰਕਾਰ ਬਣਾਊਗਾ ਸਿੱਖ 'ਤੇ ਕਦੇ ਟੋਪੀਆਂ ਵਾਲੇ ਆ ਗਏ ਕਦੇ ਕੋਈ ਆ ਗਿਆ ਇੱਥੇ ਕਦੇ ਕਾਂਗਰਸ ਪਤਾ ਨਹੀਂ ਕਿਹਦੇ ਕਿਹਦੇ ਮਗਰ ਲੱਗੇ ਹੋਏ ਨੇ ਸਮਝੇ ਨਹੀਂ ਆਉਂਦੀ ਕਿ ਅਸੀਂ ਜਾਣਾ ਕਿੱਥੇ ਹੈ ਸਾਡਾ ਰਾਹ ਕਿਹੜਾ ਹੈ ਇਹੋ ਜਿਹੇ ਗੰਭੀਰ ਸੰਕਟਾਂ ਦੇ ਵਿੱਚ ਅਸੀਂ ਗੁਜ਼ਰ ਰਹੇ ਹਾਂ ਅਤੇ ਜਿਵੇਂ ਗੱਲ ਕੀਤੀ ਸੀਗੀ ਭਾਈ ਸਾਹਿਬ ਹੋਰਾਂ ਨੇ ਕਿ ਸਾਡੇ ਲਾਗੇ ਕਸ਼ਮੀਰ ਹੈ ਪਾਕਿਸਤਾਨ ਹੈ ਇੱਧਰ ਹਿੰਦੁਸਤਾਨ ਹੈ ਅਤੇ ਪੰਜਾਬ ਦਾ ਜਿਹੜਾ ਕੀ ਫੈਸਲੇ ਲੈਣੇ ਨੇ ਪੰਜਾਬ ਨੇ ਉਹਦੇ ਬਾਰੇ ਕਿਸੇ ਗੁਰਦੁਆਰੇ 'ਚ ਕਿਸੇ ਪਿੰਡ 'ਚ ਕੋਈ ਚਰਚਾ ਨਹੀਂ ਆਹ ਬਰਬਾਦੀ ਜਿਹੜੀ ਹੋ ਰਹੀ ਹੈ ਸਾਡੀ ਉਸ ਬਾਬਤ ਵੀ ਕੋਈ ਚਰਚਾ ਨਹੀਂ ਸੋ ਅਸੀਂ ਇਹੀ ਇੱਕ ਟੀਚਾ ਮਿੱਥਿਆ ਕਿ ਜਦੋਂ ਤੱਕ ਅਸੀਂ ਪੰਜਾਬ ਦੀ ਨੌਜਵਾਨੀ ਨੂੰ ਅਵੇਅਰ ਨਹੀਂ ਕਰ ਲੈਂਦੇ ਅਸੀਂ ਬਿਲਕੁਲ ਟਿੱਕੇ ਨਹੀਂ ਬੈਠਾਂਗੇ ਕੋਈ ਟਾਈਮ ਪਾਸ ਲਈ ਇਹ ਜਥੇਬੰਦੀ ਨਹੀਂ ਬਣਾਈ ਸਾਰਿਆਂ ਨੂੰ ਬੇਨਤੀ ਹੈ ਮੇਰੀ ਵੀਰਾਂ ਨੂੰ ਕਿ ਆਪਾਂ ਤਗੜੇ ਹੋਈਏ ਤਗੜੇ ਹੋ ਕੇ ਇਹਨਾਂ ਚੀਜ਼ਾਂ ਦਾ ਮੁਕਾਬਲਾ ਕਰੀਏ ਜੇ ਇਹ ਸਾਰੀ ਚੀਜ਼ਾਂ ਹੋਣ ਤਾਂ ਸਾਡੀ ਪਾਰਟੀ ਆ ਉਹ ਚੁੱਪ ਕਰਕੇ ਬੈਠੀ ਰਹੇ ਅਤੇ ਇਹਦਾ ਕੋਈ ਵੀ ਮਕਸਦ ਨਹੀਂ ਰਹਿ ਜਾਂਦਾ ਕੋਈ ਵੀ ਏਜੰਡਾ ਨਹੀਂ ਰਹਿ ਜਾਂਦਾ ਅਸੀਂ ਚਾਹੁੰਦੇ ਹਾਂ ਅਰਦਾਸ ਵੀ ਕਰੀ ਦੀ ਹੈ ਗੁਰੂ ਅੱਗੇ ਕਿ ਆਪਣੀ ਪਾਰਟੀ ਵੱਲੋਂ ਅਸੀਂ ਇੱਕ ਨੌਜਵਾਨਾਂ ਦਾ ਇੱਕ ਯੂਥ ਹੈ ਜਿਹੜਾ ਵਿੰਗ ਹੈ ਉਹ ਪੰਜਾਬ 'ਚ ਖੜ੍ਹਾ ਕਰੀਏ ਜਿਹੜਾ ਪੰਥ ਨੂੰ ਵਾਕਈ ਜਿਹੜਾ ਇੱਕ ਮੋੜ ਦੇਵੇ ਉੱਥੇ ਆ ਕੇ ਇੱਕ ਵੱਖਰੀ ਲਕੀਰ ਖਿੱਚੇ ਸੋ ਉਸ ਲੈਵਲ 'ਤੇ ਅਸੀਂ ਜਾਣਾ ਚਾਹੁੰਦੇ ਹਾਂ ਸੋ ਉਹਦੇ ਲਈ ਤੁਹਾਡੇ ਸਾਰੇ ਵੀਰਾਂ ਦੇ ਸਹਿਯੋਗ ਦੀ ਲੋੜ ਹੈ ਮੈਂ ਬੇਨਤੀ ਕਰਾਂਗਾ ਬਾਕੀ ਸਾਰੇ ਕੰਮ ਕਰਨੇ ਬੜੇ ਜ਼ਰੂਰੀ ਨੇ ਪਰ ਮਹੀਨੇ ਦੇ ਵਿੱਚ ਇੱਕ ਦਿਨ ਜ਼ਰੂਰ ਕੱਢਿਆ ਕਰੋ ਜੇ ਤੁਸੀਂ ਇੱਕ ਦਿਨ ਪੰਥ ਲਈ ਨਹੀਂ ਕੱਢਦੇ ਯਾਨੀ ਕਿ ਤੁਸੀਂ ਚਾਹੁੰਦੇ ਹੋ ਆ ਜਿਹੜੀ ਰਿਪੋਰਟਸ ਹੈਗੀਆਂ ਨੇ ਲਿਖੀ ਹੋਈਆਂ ਨਸ਼ਿਆਂ ਦੀਆਂ ਹਰਿਤ ਕ੍ਰਾਂਤੀ ਦੀਆਂ ਏਡਸ ਦੀਆਂ ਉਹ ਸਾਡੇ ਪਰਿਵਾਰ ਨੂੰ ਕਿਸੇ ਨੂੰ ਕੱਲ੍ਹ ਨੂੰ ਚਪੇਟ 'ਚ ਲੈ ਲੈਣ ਇਹ ਨਾ ਸੋਚੋ ਕਿ ਆਹ ਨੌਜਵਾਨਾਂ ਨੂੰ ਹੋਇਆ ਕੱਲ੍ਹ ਨੂੰ ਸਾਡੇ ਪਰਿਵਾਰ 'ਚ ਜ਼ਰੂਰ ਇਹ ਚੀਜ਼ ਪਹੁੰਚਣੀ ਹੈ ਸੋ ਸਾਨੂੰ ਲੋੜ ਹੈ ਅਵੇਅਰ ਹੋਣ ਦੀ ਅਸੀਂ ਬੇਨਤੀ ਕਰਦੇ ਹਾਂ ਕਿ ਹੋਰ ਵੀ ਜਿਵੇਂ ਜਿਵੇਂ ਪਾਰਟੀ ਵੱਲੋਂ ਪ੍ਰੋਗਰਾਮ ਲਿਖ ਕੇ ਜਾਣੇ ਨੇ ਉਹਦੇ ਵਿੱਚ ਸਹਿਯੋਗ ਕਰੋ ਪਿਛਲੇ ਦਿਨੀ ਡੇਰਾ ਬਿਆਸ
ਧਰਨਾ ਲਾਈ ਬੈਠੇ ਭਾਈ ਬਲਦੇਵ ਸਿੰਘ, ਉਹਨਾਂ ਦਾ ਵੀ ਪਾਰਟੀ ਵੱਲੋਂ ਸਮਰਥਨ ਕੀਤਾ ਗਿਆ, ਕਿਉਂਕਿ ਉੱਥੇ ਡੇਰੇ ਦੀ ਜਿਹੜੀ ਜ਼ਮੀਨ ਹੈ ਡੇਰੇ ਨੇ ਆਮ ਲੋਕਾਂ ਦੀ ਦੱਬੀ ਹੋਈ ਹੈ। ਬਕਾਇਦਾ ਮੈਂ ਉਹਨਾਂ ਦੀ ਰਜਿਸਟਰੀਆਂ ਵੀ ਦੇਖੀਆਂ ਨੇ, ਹਾਈ ਕੋਰਟ ਨੇ ਹੁਕਮ ਕਰਤੇ ਨੇ ਕਿ ਤੁਸੀਂ ਪੁਲਿਸ ਨੂੰ ਕਿ ਕਬਜ਼ਾ ਡੇਰੇ ਵਾਲੇ ਤੋਂ ਕਿਸਾਨਾਂ ਨੂੰ ਦਵਾਓ, ਪੁਲਿਸ ਕੁਛ ਨਹੀਂ ਕਰ ਰਹੀ, ਚੁੱਪ ਕਰਕੇ ਬੈਠੀ ਹੈ। ਉੱਥੇ ਵੀ ਅਸੀਂ ਸਮਰਥਨ ਕਰਕੇ ਆਏ ਹਾਂ ਧਾਰਾ 370 ਦੇ ਵਿਰੋਧ 'ਚ, ਜਿਹੜਾ ਕਸ਼ਮੀਰੀਆਂ ਦੇ ਖਿਲਾਫ ਜ਼ੁਲਮ ਹੋ ਰਿਹਾ ਉਹਦੇ ਬਾਬਤ ਵੀ ਅਸੀਂ ਉੱਥੇ ਹਾਂ ਦਾ ਨਾਰਾ ਮਾਰਿਆ, ਅੰਮ੍ਰਿਤਸਰ ਪ੍ਰੈਸ ਕਾਨਫਰੰਸ ਕੀਤੀ ਹੈ, ਅਤੇ ਜਦੋਂ ਪਠਾਨਕੋਟ ਤੋਂ ਅੱਗੇ ਗਏ ਤਾਂ ਉੱਥੇ ਸਾਨੂੰ ਪੁਲਿਸ ਨੇ ਰੋਕ ਲਿਆ, ਨਹੀਂ ਜਾਣ ਦਿੱਤਾ। ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਵੀ ਪੰਥਕ ਮਸਲੇ ਨੇ ਉਹਨਾਂ ਨੂੰ ਗੰਭੀਰਤਾ ਦੇ ਨਾਲ ਨਜਿੱਠਿਆ ਜਾਵੇ, ਅਤੇ ਜਿਹੜੀ ਭਾਈ ਕਰਮਜੀਤ ਸਿੰਘ ਹੋਰਾਂ ਨੇ ਗੱਲ ਨਵੀਂ ਮੇਰੇ ਨਾਲ ਰਾਤੀ ਡਿਸਕਸ ਵੀ ਕੀਤੀ ਸੀ, ਹੁਣ ਵੀ ਕੀਤੀ ਹੈ, ਕਿ ਪਾਰਟੀ ਦੀ ਰੂਪ ਰੇਖਾ ਇੱਦਾਂ ਦੀ ਹੋਵੇ ਕਿ ਅਸੀਂ ਜਥੇਬੰਦਕ ਵੀ ਹੋਈਏ ਅਤੇ ਸਾਨੂੰ ਅਸੀਂ ਇੰਟਲੈਕਚੁਅਲ ਵੀ ਹੋਈਏ, ਸਾਨੂੰ ਸਮਝ ਹੋਵੇ ਕਿ ਜੇ ਪੰਜਾਬ ਦੇ ਵਿੱਚ ਸੈਂਟਰ ਹਰਤ ਕ੍ਰਾਂਤੀ ਲੈ ਕੇ ਆ ਰਹੀ ਹੈ ਤਾਂ ਕਿਉਂ ਲੈ ਕੇ ਆ ਰਹੀ ਹੈ, ਜੇ ਏਡਸ ਸਾਡੇ ਜ਼ਿਲ੍ਹਿਆਂ ਦੇ ਵਿੱਚ ਵੱਡ ਰਿਹਾ ਤਾਂ ਏਡਸ ਕਿੱਥੋਂ ਆ ਰਿਹਾ। ਇਹ ਸਾਰੀ ਗੱਲਾਂ ਦੇ ਬਾਬਤ ਜੇ ਸਮਝ ਹੋਊਗੀ ਦੋਨੋਂ ਗੱਲਾਂ ਨੂੰ ਲਾਲ ਲੈ ਕੇ, ਤਾਂ ਹੀ ਅਸੀਂ ਕਿਸੇ ਮਿਸ਼ਨ 'ਤੇ ਕਿਸੇ ਅੱਗੇ ਵੱਧ ਸਕਾਂਗੇ। ਨਹੀਂ ਤਾਂ ਬਾਕੀ ਜਥੇਬੰਦੀਆਂ ਬੜੀਆਂ ਬਣੀਆਂ ਨੇ, ਅਸੀਂ ਵੀ ਉੱਥੇ ਹੀ ਫਿਰ ਖਲੋਤੇ ਰਹਾਂਗੇ, ਉਹਦਾ ਵੀ ਕੋਈ ਫਾਇਦਾ ਨਹੀਂ। ਸੋ ਸਮਾਂ ਮੈਂ ਥੋੜ੍ਹਾ ਜਿਹਾ ਮੈਨੂੰ ਲੱਗਦਾ ਵੱਧ ਲੈ ਗਿਆ, ਅਤੇ ਹੁਣ ਮੈਨੂੰ ਲੱਗਦਾ ਲੰਗਰ ਵੀ ਤਿਆਰ ਹੈ, ਅਤੇ ਸਮਾਪਤੀ ਤੋਂ ਬਾਅਦ ਹੁਣ ਲੰਗਰ ਜ਼ਰੂਰ ਸਾਰੇ ਜਿਹੜੀ ਸੰਗਤ ਹੈ ਉਹ ਛਕੇ, ਅਤੇ ਹੁਣ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਕੋਈ ਵੀ ਮੇਰਾ ਵੀਰ ਪ੍ਰੋਗਰਾਮ ਦੀ ਹੁਣ ਜਦੋਂ ਲੰਗਰ ਛਕਣ ਤੋਂ ਬਾਅਦ ਜਾਇਓ ਨਾ, ਕਿਉਂਕਿ ਦੇਖੋ ਇਹ ਪ੍ਰੋਗਰਾਮ ਹੈ ਅਸੀਂ ਤੁਹਾਡੇ ਲਈ ਉਲੀਕਿਆ, ਤਾਂ ਕਿ ਅਸੀਂ ਆਪਣੇ ਵੀਰਾਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ, ਮਾਤਾਵਾਂ ਨੂੰ ਜਾਗਰੂਕ ਕਰ ਸਕੀਏ ਅਤੇ ਖੁਦ ਵੀ ਹੋਈਏ, ਤੁਹਾਡੇ 'ਚੋਂ ਵੀ ਬੜਾ ਕੁਛ ਸਿੱਖਣਾ ਅਸੀਂ। ਅਤੇ ਇੱਕ ਚਾਹੁੰਦੇ ਹਾਂ ਕਿ ਨੌਜਵਾਨਾਂ ਦਾ ਇੱਕ ਵੱਖਰਾ ਪੰਜਾਬ ਦੇ ਅੰਦਰ ਯੂਥ ਹੈ ਉਹਨੂੰ ਖੜ੍ਹਾ ਕੀਤਾ ਜਾਵੇ, ਜਿਹੜਾ ਪੰਥ ਦੀ ਪੰਜਾਬ ਦੀ ਗੱਲ ਕਰੇ, ਕਿਉਂਕਿ ਥੋੜ੍ਹੇ ਦਿਨ ਪਹਿਲਾਂ ਇੱਕ ਕਾਨਫਰੰਸ ਹੋਈ ਹੈ ਸੈਂਟਰ ਗੌਰਮੈਂਟ ਦੀ ਜਿਹਦੀ ਅਗਵਾਈ ਅਮਿਤ ਸ਼ਾਹ ਕਰ ਰਹੇ ਸੀਗੇ, ਉੱਥੇ ਉਹਨਾਂ ਨੇ ਇੱਕ ਗੱਲ ਦਾ ਬੜਾ ਜ਼ੋਰ ਦਿੱਤਾ ਕਿ ਦੇਸ਼ ਦੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੂਰੇ ਮੁਲਕ ਦੇ ਦਰਿਆਈ ਪਾਣੀ ਇਕੱਠੇ ਕਰਨੇ ਜ਼ਰੂਰੀ ਨੇ। ਇਹਦੇ ਅਰਥ ਕੀ ਨੇ, ਕੋਈ ਵੀਰ ਮੇਰਾ ਖੜ੍ਹਾ ਹੋ ਕੇ ਦੱਸ ਸਕਦਾ? ਉਹਨੇ ਕਿਹਾ ਕਿ ਪੂਰੇ ਦੇਸ਼ ਦੇ ਸੰਘੀ ਢਾਂਚੇ ਨੂੰ, ਦੇਸ਼ ਨੂੰ ਮਜ਼ਬੂਤ ਕਰਨ ਲਈ ਪੂਰੇ ਮੁਲਕ ਦੇ ਦਰਿਆਈ ਪਾਣੀ ਇਕੱਠੇ ਕਰਨੇ ਬੜੀ ਜ਼ਰੂਰੀ ਨੇ। ਇਹਦੇ ਅਰਥ ਨੇ ਕਿ ਪੰਜਾਬ ਦਾ ਪਾਣੀ ਜਿਹੜਾ ਖੋਣਾ ਜ਼ਰੂਰੀ ਹੈ। ਉੱਥੇ ਹਰਿਆਣੇ ਦਾ ਮੁੱਖ ਮੰਤਰੀ ਕਹਿ ਰਿਹਾ ਕਿ